ਸੋ ਜੇ ਮੈਂ ਗੱਲ ਕਰਾਂ ਵੀ ਜੇ ਮੰਨ ਲਓ ਤੁਸੀਂ ਕ੍ਰਿਕਟ ਖੇਡਣ ਚਲ ਗਏ ਤਾਂ ਤੁਹਾਨੂੰ ਇਹੀ ਨਹੀਂ ਪਤਾ ਵੀ ਕ੍ਰਿਕਟਸ ਦੇ ਰੂਲਸ ਕੀ ਨੇ, ਕਿਹੜੇ ਕਿਹੜੇ ਤਰੀਕੇ ਨਾਲ ਇੱਕ ਜਿਹੜਾ ਪਲੇਅਰ ਆ ਉਹ ਆਊਟ ਹੋ ਸਕਦਾ, ਵੀ ਰਨ ਆਊਟ, ਬਾਲਡ ਜਾਂ ਕੈਚ ਆਊਟ। ਤਾਂ ਓਬਵੀਅਸ ਆ ਵੀ ਤੁਸੀਂ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ, ਤੁਸੀਂ ਛੇਤੀ ਹੀ ਆਊਟ ਹੋ ਜਾਓਗੇ। ਸੋ ਇਸੇ ਤਰੀਕੇ ਨਾਲ ਹੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਦੇ 'ਤੇ ਆ ਵੀ ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਇੱਕ ਆਇਲਸ ਐਗਜ਼ਾਮਿਨਰ ਤੁਹਾਡੀ ਰਾਈਟਿੰਗ ਦਾ ਜਿਹੜਾ ਮੋਡਿਊਲ ਆ ਉਹਦੇ ਵਿੱਚ ਕੀ ਮੰਗਦਾ ਪਿਆ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਉਹਨੂੰ ਦਿਓਗੇ, ਕੀ ਕੀ ਚੀਜ਼ ਲਿਖ ਕੇ ਆਉਂਗੇ, ਤਾਂ ਓਬਵੀਅਸ ਆ ਵੀ ਤੁਸੀਂ ਆਊਟ ਹੋਊਂਗੇ ਹੀ ਹੋਊਂਗੇ। ਸੋ ਹੈਲੋ ਸਟੂਡੈਂਟਸ, ਮਾਈਸੈਲਫ ਨਵਦੀਪ ਸਿੰਘ ਫਰੋਮ ਦੀ ਵਾਈਬ ਆਇਲਸ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਊਂਗਾ ਵੀ ਇੱਕ ਆਇਲਸ ਐਗਜ਼ਾਮਿਨਰ ਕਿਵੇਂ ਰਾਈਟਿੰਗ ਨੂੰ ਚੈੱਕ ਕਰਦਾ ਵਾ, ਠੀਕ ਆ। ਸਾਰਿਆਂ ਨੂੰ ਪਤਾ ਹੋਊਗਾ, ਠੀਕ ਆ, ਵੀ ਟਾਸਕ ਰਿਸਪੋਂਸ ਹੁੰਦਾ, ਵੋਕੈਬਲਰੀ ਹੁੰਦੀ ਆ, ਕਨੈਕਟਰਸ ਹੁੰਦੇ ਆ, ਬਟ ਤੁਹਾਨੂੰ ਇਹ ਨਹੀਂ ਪਤਾ ਉਹਨੂੰ ਯੂਜ਼ ਕਿਵੇਂ ਕਰਨਾ, ਵੀ ਇੱਕ ਐਗਜ਼ਾਮਿਨਰ ਕੀ ਕਹਿੰਦਾ ਵੀ ਕਨੈਕਟਰ ਕਿਵੇਂ ਯੂਜ਼ ਕਰਨੇ ਆ, ਕਿੱਥੇ ਯੂਜ਼ ਕਰਨੇ ਆ, ਠੀਕ ਹੈ। ਤੁਸੀਂ ਤਾਂ ਟੈਂਪਲੇਟਸ ਰੱਟ ਲੈਣੇ ਆ, ਫਿਰ ਤੁਸੀਂ ਜਾ ਕੇ ਉਹਦੇ ਵਿੱਚ ਟੈਂਪਲੇਟਸ ਉਵੇਂ ਦੇ ਉਵੇਂ ਚੇਪ ਦੇਣੇ ਆ ਜਿਹਦੇ ਵਿੱਚ ਬਹੁਤ ਸਾਰੀ ਵਕੈਬ ਹੁੰਦੀ ਆ, ਫਿਰ ਜਦੋਂ ਤੁਸੀਂ ਰੀਅਲ ਐਗਜ਼ਾਮ ਦੇ ਵਿੱਚ ਲਿਖ ਕੇ ਆਉਂਗੇ ਫਿਰ ਤੁਹਾਡੇ ਬੈਂਡ ਆਉਣੇ ਆ 6, 5.5, ਵੱਧ ਤੋਂ ਵੱਧ ਬਹੁਤ ਘੱਟ ਚਾਂਸ ਆ 6.5 'ਤੇ ਪਹੁੰਚੋਗੇ। ਫਿਰ ਕਹੋਗੇ ਅਸੀਂ ਤਾਂ ਬਹੁਤ ਵਧੀਆ ਲਿਖ ਕੇ ਆਏ ਸੀ, ਅਸੀਂ ਇਹਦਾ ਟੈਂਪਲੇਟ ਯੂਜ਼ ਕੀਤਾ ਸੀ, ਸਾਡੇ ਬੈਂਡ ਨਹੀਂ ਆਏ, ਠੀਕ ਆ। ਨਹੀਂ ਆਉਣੇ, ਨਹੀਂ ਆਉਣੇ, ਨਹੀਂ ਆਉਣੇ, ਉਹ ਚੀਜ਼ ਸਾਰੀ ਡਿਟੇਲ ਦੇ ਵਿੱਚ ਮੈਂ ਦੱਸੂਗਾ ਵੀ ਕੀ ਚੀਜ਼ ਕਿੱਥੇ ਯੂਜ਼ ਕਰਨੀ ਆ, ਕਿਵੇਂ ਯੂਜ਼ ਕਰਨੀ ਆ, ਅਤੇ ਇੱਕ ਆਇਲਸ ਐਗਜ਼ਾਮਿਨਰ ਕੀ ਕੁਛ ਮੰਗਦਾ। ਇਹ ਚੀਜ਼ਾਂ ਮੈਂ ਕੋਈ ਫਾਲਤੂ ਦੀਆਂ ਨਹੀਂ ਐਵੇਂ ਬੋਲੂੰਗਾ, ਜਿਹੜੀ IDP ਨੇ ਆਪਦੀ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਉੱਥੋਂ ਪੜ੍ਹੀਆਂ ਮੈਂ, ਠੀਕ ਆ। ਉਹਨੂੰ ਪ੍ਰੋਪਰ ਤਰੀਕੇ ਨਾਲ ਐਨਾਲਾਈਜ਼ ਕੀਤਾ ਅਤੇ ਐਕਸਪੈਰੀਮੈਂਟਸ ਕੀਤੇ ਆ ਮੈਂ ਆਪਣੇ ਇੰਸਟੀਟਿਊਟਸ ਦੇ ਸਟੂਡੈਂਟਸ 'ਤੇ, ਫਿਰ ਮੈਂ ਇਹ ਚੀਜ਼ ਲੈ ਕੇ ਆਇਆ। ਸੋ ਚਲੋ ਮਿਲਦੇ ਹਾਂ। ਦੇਖੋ ਇੱਕ ਚੀਜ਼, ਇਹ ਚੀਜ਼ ਤਾਂ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਰਾਈਟਿੰਗ ਦਾ ਜਿਹੜਾ ਬੈਂਡ ਡਿਸਕ੍ਰਿਪਟਰ ਆ ਉਹਦੇ ਵਿੱਚ 4 ਕ੍ਰਾਈਟੇਰੀਆਜ਼ ਦਿੱਤੇ ਹੋਏ ਆ ਵੀ ਜਿਹੜੇ ਤਰੀਕੇ ਨਾਲ ਰਾਈਟਿੰਗ ਚੈੱਕ ਹੁੰਦੀ ਆ। ਕੀ ਆ? ਸਾਰਿਆਂ ਨਾਲ ਪਹਿਲਾਂ ਤਾਂ ਆਪਾਂ ਨੂੰ ਪਤਾ ਟਾਸਕ ਰਿਸਪੋਂਸ, ਓਕੇ। ਦੈਨ ਦੂਸਰਾ ਆ ਜਾਂਦਾ ਕੋਹਰੈਂਸ ਐਂਡ ਕੋਹੈਸ਼ਨ, ਜਿਹਨੂੰ CC ਬੋਲ ਦਿੰਦੇ ਆ, ਠੀਕ ਹੈ। ਦੈਨ ਚੌਥੀ ਚੀਜ਼ ਆ ਜਾਂਦੀ ਆ ਆਪਣੀ ਲੈਕਸੀਕਲ ਰਿਸੋਰਸਿਸ। ਦੈਨ ਲਾਸਟ ਆ ਜਾਂਦੀ ਆ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ, ਠੀਕ ਆ। ਜਾਂ ਤੁਸੀਂ ਇਹਨੂੰ CC ਲਿਖ ਲਓ, ਠੀਕ ਆ। ਇਹ 4 ਕ੍ਰਾਈਟੇਰੀਆਜ਼ ਕੀ ਨੇ, ਠੀਕ ਆ। ਇਹਦੇ ਵਿੱਚ ਤਾਂ ਤੁਹਾਡਾ ਆ ਜਾਂਦਾ ਟਾਸਕ ਰਿਸਪੋਂਸ, ਵੀ ਤੁਸੀਂ ਟੋਪਿਕ 'ਤੇ ਕਿੰਨਾ ਕੁ ਲਿਖਦੇ ਹੋ। ਇੱਕ ਤੁਹਾਨੂੰ ਟੋਪਿਕ ਦੇ ਤਾਂ ਕੋਈ ਮੋਬਾਈਲ ਫੋਨ 'ਤੇ ਆ ਗਿਆ, ਪੋਲਿਊਸ਼ਨ 'ਤੇ ਆ ਗਿਆ, ਤੁਸੀਂ ਉਹਦੇ 'ਤੇ ਹੀ ਲਿਖਿਆ, ਕਿਤੇ ਤੁਸੀਂ ਆਊਟ ਆਫ ਟੋਪਿਕ 'ਤੇ ਨਹੀਂ ਹੋ ਗਈ, ਉਹ ਤੁਹਾਡਾ ਆ ਜੂਗਾ ਟਾਸਕ ਰਿਸਪੋਂਸ ਦੇ ਵਿੱਚ, ਠੀਕ ਆ। ਦੈਨ ਤੁਹਾਡੀ C&C ਦੇ ਵਿੱਚ ਆ ਜਾਂਦੀ ਆ ਕਨੈਕਸ਼ਨ, ਵੀ ਤੁਸੀਂ ਇੱਕ ਜਿਹੜਾ ਆਈਡੀਆ ਲਿਖਿਆ ਉਹ ਕਿੰਨਾ ਕੁ ਟੋਪਿਕ ਨਾਲ ਰਿਲੇਟਡ, ਤੁਸੀਂ ਉਹਨੂੰ ਕਿਹੜੇ ਤਰੀਕੇ ਨਾਲ ਟੋਪਿਕ ਨਾਲ ਰਿਲੇਟ ਕੀਤਾ। ਕਹਿਣ ਦਾ ਮਤਲਬ ਕਨੈਕਟਰਸ ਆਉਂਦੇ ਇਹਦੇ 'ਚ, ਕੋਹੈਸਿਵ ਡਿਵਾਈਸਿਸ ਆਉਂਦੇ ਆ, ਵੀ ਜਿਹੜੇ ਤੁਸੀਂ ਉਹਦੇ ਵਿੱਚ ਪੁਆਇੰਟ ਲਿਖੇ ਆ ਉਹਨੂੰ ਤੁਸੀਂ ਕਿਵੇਂ ਕਨੈਕਟ ਕੀਤਾ, ਕਿਹੜੇ ਕਿਹੜੇ ਕਨੈਕਟਰਸ ਲਗਾ ਕੇ ਕਨੈਕਟ ਕੀਤਾ, ਉਹ ਤੁਹਾਡੇ ਇਹਦੇ ਵਿੱਚ ਆ ਜਾਂਦਾ, ਠੀਕ ਆ। ਕੋਹੈਸਿਵ ਡਿਵਾਈਸਿਸ ਜਿਹਨੂੰ ਬੋਲ ਦਿੰਦੇ ਆ। ਦੈਨ ਤੁਹਾਡੀ LR ਦੇ ਵਿੱਚ ਤੁਸੀਂ ਮੋਟੇ ਤਰੀਕੇ ਨਾਲ ਤੁਹਾਨੂੰ ਦੱਸਾਂ, ਇਹਦੇ ਵਿੱਚ ਕਨੈਕਟਰਸ ਆ ਗਏ, ਇਹਦੇ ਵਿੱਚ ਤੁਹਾਡੀ ਵੋਕੈਬ ਆ ਗਈ, ਤੁਸੀਂ ਵੋਕੈਬ ਕਿਹੜੇ ਤਰੀਕੇ ਨਾਲ ਯੂਜ਼ ਕੀਤੀ ਆ, ਠੀਕ ਆ। ਦੈਨ ਤੁਹਾਡੀ ਗ੍ਰੈਮਰ ਸਾਰੀ ਇਹਦੇ 'ਚ ਆ ਜਾਂਦੀ ਆ, ਜੋ ਵੀ ਸਪੈਲਿੰਗ ਮਿਸਟੇਕਸ, ਟੈਂਸਿਸ, ਜੋ ਵੀ ਚੀਜ਼ਾਂ ਤੁਸੀਂ ਲਿਖਦੇ ਹੋ ਗ੍ਰੈਮਰ ਦੇ ਵਿੱਚ ਉਹ ਇਹਦੇ 'ਚ ਆਉਂਦੀ ਆ। ਇਹਨਾਂ ਸਾਰਿਆਂ ਦੇ ਦੇਖਿਆ ਜਾਂਦਾ, ਇਹਨਾਂ ਸਾਰਿਆਂ ਦੀ ਐਵਰੇਜ ਕੱਢ ਕੇ ਫਿਰ ਤੁਹਾਡੇ ਬੈਂਡ, ਮੰਨ ਲਓ ਤੁਹਾਡੇ ਟਾਸਕ ਰਿਸਪੋਂਸ 'ਚ ਵਧੀਆ, ਤੁਹਾਨੂੰ ਟਾਸਕ ਰਿਸਪੋਂਸ 'ਚ 7 ਮਿਲ ਗਏ। ਜੇ ਤੁਸੀਂ ਕਨੈਕਟਰਸ ਬਹੁਤ ਅਲੱਗ ਤਰੀਕੇ ਦੇ ਜਾਂ ਬਹੁਤ ਜ਼ਿਆਦਾ ਯੂਜ਼ ਕਰਤੇ, ਉਹਨਾਂ ਨੂੰ ਸਹੀ ਨਹੀਂ ਲੱਗੀ, ਉਹਨਾਂ ਨੇ ਇਹਦੇ 'ਚ 5.5 ਦੇ ਦੇਣੇ। ਵੋਕੈਬਲਰੀ ਬਹੁਤ ਵਧੀਆ ਲਿਖੀ, 7 ਦੇ ਤੀ, ਗ੍ਰਾਮਰ 'ਚ ਮਿਸਟੇਕਸ ਆ, ਓਕੇ ਓਕੇ 6, ਸਾਰਿਆਂ ਦਾ ਤੁਹਾਡਾ ਨਿਕਲੂਗਾ ਐਵਰੇਜ। ਦੈਨ ਫਾਈਨਲ ਤੁਹਾਡੇ ਬੈਂਡ ਆਉਣਗੇ ਰਾਈਟਿੰਗ ਦੇ ਵਿੱਚ। ਇਹ ਤਰੀਕਾ ਹੁੰਦਾ, ਇੰਨਾ ਕੁ ਤਾਂ ਸਾਰਿਆਂ ਨੂੰ ਪਤਾ, ਬਟ ਫਿਰ ਵੀ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਹਾਡੇ 6 ਬੈਂਡ ਕਿਉਂ ਰਹਿ ਜਾਂਦੇ ਆ, ਤੁਹਾਡੇ 5.5 ਕਿਉਂ ਰਹਿ ਜਾਂਦੇ ਆ, ਉਹਦਾ ਇੱਕ ਕਾਰਨ ਆ, ਬੈਂਡ ਡਿਸਕ੍ਰਿਪਟਰ ਦੇ ਵਿੱਚ ਨਾ ਸਾਰੀਆਂ ਚੀਜ਼ਾਂ ਮੈਂਸ਼ਨਸ ਨੇ ਕਿਉਂ ਰਹਿ ਜਾਂਦੇ ਆ, ਬਟ ਆਪਾਂ ਕਦੇ ਉਹਨੂੰ ਪੜ੍ਹਿਆ ਹੀ ਨਹੀਂ, ਉਹਨੂੰ ਕਦੇ ਦੇਖਿਆ ਹੀ ਨਹੀਂ। ਕੋਈ ਦਿੱਕਤ ਨਹੀਂ, ਅੱਜ ਆਪਾਂ ਸਾਰਾ ਕੁਛ ਤਸੱਲੀ ਨਾਲ ਦੱਸਾਂਗੇ, ਠੀਕ ਆ। ਸਰ ਨਾਲ ਪਹਿਲਾਂ ਤਾਂ ਮੈਂ ਗੱਲ ਕਰਦਾ ਵਾਂ, ਤਾਂ ਜਿਹੜਾ ਬੈਂਡ ਡਿਸਕ੍ਰਿਪਟਰ ਹੁੰਦਾ ਨਾ ਉਹ 0 ਬੈਂਡ ਤੋਂ ਇੱਥੋਂ ਸ਼ੁਰੂ ਹੁੰਦਾ, 0 ਤੋਂ ਲੈ ਕੇ 5 ਜਾਂ 5.5 ਬੈਂਡ ਲਾਓ, 0 ਤੋਂ ਲੈ ਕੇ 5, 5.5 ਬੈਂਡ ਦੀ ਕੋਈ ਵੈਲਿਊ ਨਹੀਂ ਗੀ, 5.5 ਬੈਂਡ 'ਤੇ ਕੈਨੇਡਾ ਦੀ ਫਾਈਲਿੰਗ ਨਹੀਂ ਹੁੰਦੀ, 5 ਬੈਂਡ ਤੱਕ, 0 ਤੋਂ ਲੈ ਕੇ 5 ਬੈਂਡ ਤੱਕ ਇਹ ਬੈਂਡ 0 ਦੇ ਬਰਾਬਰ ਹੀ ਆ, ਜੇ ਕਿਸੇ ਦੇ 5 ਬੈਂਡ ਆ 0 ਦੇ ਬਰਾਬਰ ਹੀ ਆ। ਉਹਦੇ ਵਿੱਚ ਸਾਫ਼ ਲਿਖਿਆ ਹੋਇਆ 0 ਬੈਂਡ ਦੇ ਉੱਤੇ ਵੀ ਜਿਹੜੀਆਂ ਵੀ ਚੀਜ਼ਾਂ ਕੀ ਹੁੰਦੀਆਂ, ਜਿਹੜੀਆਂ ਵੀ ਚੀਜ਼ਾਂ ਮੈਮੋਰਾਈਜ਼ਡ
मेमोराइज्ड रिस्पोंस, तुसी जाके खोलो थोनू दिखूगा मेमोराइज रिस्पोंस दे 0 बैंड आ। हुण मेमोराइज रिस्पोंस की हुंदा, मेमोराइज रिस्पोंस हुंदा सर ना पहली जड़ी गलती स्टूडेंट्स करते आ थोनू मैं दसदा। मेमोराइज रिस्पोंस सर ना पहला मैं दसदा, जदों भी आपां टास्क टू लिखते हाँ इंट्रो लिखते हाँ, इंट्रो दे विच पहली लाइन ही आपां जनरल लाइन तो स्टार्ट कर देने। मोबाइल फोन ते टॉपिक आ गया एज द टेक्नोलॉजी वाइडर्स इट्स आर्म्स, टेक्नोलॉजी दी इधरों उधरों लाइन आ चंगी रट्टी हुंदी आ टेक्नोलॉजी ते लाइन इन द मॉडर्नाइजेशन दिस दिस दिस, इत्थों तक जनरल लाइन लिखती जिहड़ी कि उन्हें मंगी नहीं सी, जिहड़ी कि तुसीं याद कीती होई सी। ये भी गल पक्की है तुसीं याद कीती सी, याद कीती चीज़ नूं मेमोराइज लाइन कहिंदे आ। ठीक है ओके, एक जनरल लाइन पाती इंट्रो च, दैन तुसीं करती पैराफ्रेजिंग, दैन फिर थल्ले उहदे ते आ गए दिस एसे विल एक्सप्लीकेट इट्स एडवांटेजिज एंड डिसएडवांटेजिज इन अपकमिंग पैराग्राफ, जिहड़ी एज इट इज सारे बच्चे लिख के आउंदे आ। कहण दा मतलब है इंट्रो दे विच आपां दो लाइनां एवें दीआं पातीआं जिहड़ियां मेमोराइज हुंदीआं, किहड़ियां किहड़ियां जनरल लाइन क्योंकि तुहानूं याद आ टेक्नोलॉजी ते, आ वाली लाइन भी तुसीं सारे च पाउणी आ, ते उहनां नूं उत्ते बैठे ने जिहड़े उहनां नूं सारा पता भी किहड़ियां लाइनां मेमोराइज़ आ किहड़ियां नहीं गीआं। इस चीज़ दे तुहानूं किन्ने बैंड मिलने आ 0 बैंड। बैंड डिस्क्रिप्टर ये कहिंदा जिहड़ा कि ब्रिटिश कौंसिल ते IDP दोनों ने बनाया होया भी मेमोराइज़ लाइन ते तुहानूं 0 बैंड मिलने आ, ते ये गल पक्की आ थोड़े जनरल लाइन ते जिहड़ी थ्योरी थोड़ी थीसिस आ उहदा कोई बैंड नहीं मिलता, लिखण दा फायदा नहीं गा, टाइम खराब, थोड़ा इंट्रो च ही इंप्रैशन डाउन चल जाता, ना लिखिया करो। इंट्रो कैसे लिखनी आ, देखो ब्रिटिश कौंसिल ने सीधा किया होया वा, तुसी IDP दी साइट ते जाओ उत्थे राइटिंग दे उत्ते लिखा होया, मैं थल्ले थोड़ी स्क्रीन ते भी शो कर दूंगा भी राइटिंग ओ होनी चाहिए है जिहड़ी ईजी टू अंडरसटैंड होवे, केड़ी जिहड़ी ईजी टू अंडरसटैंड होवे, थल्ले लिखा आऊगा थोड़े देख लियो ईजी टू अंडरसटैंड। ईजी टू अंडरसटैंड दे विच हुण की आऊगी, इंट्रो दे विच सीधी आपदी लाइन जिहड़ी पैराफ्रेजिंग तो शुरू करो, जिन्नी सौखे तरीके नाल पैराफ्रेजिंग करोगे जिन्नी ईजी अगले नूं समझ आऊगी उन्नी ही ज़्यादा बैंड आ। तो ब्रिटिश कौंसिल ने एक चीज़ होर लिखी हुई है थोड़े को थले IDP की एक लाइन आ जूगी जिदे लिखा है जो तुसी पैराफ्रेजिंग करते हो ना, जे तुसी एक वर्ड दे एक वर्ड का भी सिनोनिम लिख दोगे ना एक वर्ड का भी वो भी सही आ, जरूरी नहीं तुसी हर वर्ड नूं ही पैराफ्रेज करना, जरूरी नहीं गाए ठीक है, एक वर्ड नूं भी चेंज कर दो, बस कहन दा मतलब ये आ जिहड़ी चीज़ उत्ते स्टेटमेंट दित्ती हुई आ मतलब ना चेंज होवे। आपां की करदे आ बहुत तगड़ी वकैब पा के पैराफ्रेज कर दिंदे आ, सारा मतलब ही चेंज हो जाता। ठीक है अपने दिमाग दे विच कई वर्ड वड़े हुए आ जिवें प्रोज एंड कॉन्स, टू रेक्चुकुलेट, एवें दे वर्ड्स वड़े हुए आ, टू कमेंस विद, जिदे नाल की आपां नूं लगदा भी इन्हां दा मतलब उही आ, जिवें कि बिगन दा मतलब कमेंस दा मतलब तुसीं कहने उही आ ठीक है सेम आ, बट ये चीज़ें एग्जिस्ट नहीं कर दियाँ इस दे विच। कोई नहीं अगे मैं थोड़ा दसूँगा, इंट्रो दे विच तुसी सीधी पैराफ्रेजिंग करो, पैराफ्रेजिंग भावें एक वर्ड की करो जिहड़ी ईजी टू अंडरसटैंड होवे, उस तो बाद जिहड़ी गल आउंदी आ उस तो बाद इत्थे आ जाओ 0 बैंड ते आ रहा जांदा। ठीक आ 5.5 बैंड ते 0 तो लैके 5 बैंड तक सेम ही चीज़ चलती आ। ठीक आ ते जिहड़े बच्चे एवें इंट्रो लिख के आउंदे आ उहनां दे वध तो वध 5-5.5 तक रह जाणगे। ठीक है इत्थे थोड़े आ सेम चीज़ ही चलती रहनी क्योंकि तुसी मेमोराइज लाइना लिखिया, बट तुसी जाके देखो 9 ते 8 बैंड दी जड़ी टास्क रिस्पोंस आ वो की कहिंदा, ये कहिंदा भी थोड़े 8 या 9 बैंड उदों आउणगे जदों तुसी वैल डेवलप्ड आंसर्स दोगे, किन्ना दा क्वेश्चंस दा, वैल डेवलप्ड आंसर दोगे क्वेश्चन का। हुण क्वेश्चन की है इतने, क्वेश्चन इतने ये आ मान लो थोड़ा मोबाइल फोन के टॉपिक आ गया, किसी भी टेक्नोलॉजी का टॉपिक आ गया, वो अगर क्वेश्चन देते भी क्यों इन्हें यूज़ करी जाते हैं, की सोल्यूशन आ, कहने का मतलब आ उन्हों का वैल डेवलप्ड आंसर थोड़ा इंट्रो च ही देना पेगा, फिर थोड़ी इंट्रो पूरी होगी। पैराफ्रेज करो भावें एक सिनोनिम ला के पैराफ्रेज करो, पर इंट्रो दे 8 या 9 बैंड चाहिए आ, तो जोड़े क्वेश्चन पूछे हुए उन्हों का वैल डेवलप्ड इन्हों का आंसर इतें ही दो भी ये कारण एवें नहीं लिख के छड़ देना भी देर आर मैनी रीजनस देर आर मैनी सोल्यूशन जोड़े रीजनस आ देर आर सो सोल्यूशन दसो द रीज़न इज दिस एंड दिस एंड वी कैन सोल्व इट बाय दिस एंड दिस, बस इन्नी सिंपल लिखोंगे। ये नहीं मतलब अगले नूं लगेगा भी इन्हूं तो लिखना ही नहीं आता, गल इत्थे ए वा भी उन्हूं अगले नूं समझ किन्नी वधिया तरीके नाल लगदी पई आ।
ਠੀਕ ਆ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਕੋਈ ਗੱਲ ਨਹੀਂ ਸਾਰੀ ਚੀਜ਼ ਦੱਸੂਗਾ, ਵਗੈਬ ਕਿੰਨੀ ਮੈਟਰ ਕਰਦੀ ਆ, ਕਨੈਕਟਰਸ ਕਿੰਨੇ ਮੈਟਰ ਕਰਦੇ ਆ, ਠੀਕ ਆ। ਇਸ ਤਰੀਕੇ ਨਾਲ ਆਪਾਂ ਆਪਣੇ ਟਾਸਕ ਰਿਸਪੋਂਸ 'ਚ 8 ਤੋਂ 9 ਬੈਂਡ ਲੈ ਸਕਦੇ ਹਾਂ। ਇਸ ਤਰੀਕੇ ਨਾਲ ਤੁਹਾਡੀ ਰਾਈਟਿੰਗ ਚੈੱਕ ਹੁੰਦੀ ਆ ਟਾਸਕ ਰਿਸਪੋਂਸ ਦੇ ਕੇਸ ਦੇ ਵਿੱਚ। ਇਹ ਲਾਈਨਾਂ ਨਹੀਂ ਹੋਣਗੀਆਂ, ਇਹ ਲਿਖੂੰਗੇ 0 ਤੋਂ ਲੈ ਕੇ 5, 5.5 ਵੱਧ ਤੋਂ ਵੱਧ ਜਾਊਂਗੇ, ਠੀਕ ਆ। ਵੈਲ ਡਿਵਲਪਡ ਆਨਸਰ ਅਤੇ ਸਿੰਪਲਸ ਅਤੇ ਈਜ਼ੀ ਟੂ ਅੰਡਰਸਟੈਂਡ ਇੰਟਰੋ ਲਿਖ ਕੇ ਆਉਂਗੇ, ਉਨੇ ਹੀ ਵਧੀਆ ਚਾਂਸ ਆ। ਜਿਵੇਂ ਫੋਰ ਇਗਜ਼ਾਮਪਲ ਮੰਨ ਲਓ ਕੋਈ ਟੋਪਿਕ ਆ ਗਿਆ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਬੱਚੇ ਟੀ ਵੀਜ਼ ਦੇਖ ਰਹੇ ਨੇ, ਠੀਕ ਆ। ਇਟ ਕੈਨ ਬੀ ਸੀਨਸ ਦੈਟ ਟੀਨੇਜਰਸ ਆਰ ਵਾਚਿੰਗ ਟੀ ਵੀ ਇਨ ਦਾ ਐਕਸੈਸਿਵ ਅਮਾਊਂਟ ਇਨ ਦੀਜ ਡੇਜ਼, ਸਿੰਪਲ, ਠੀਕ ਹੈ। ਕੀ ਕਾਰਨ ਨੇ, ਮੈਂ ਸਿੱਧਾ ਲਿਖ ਦਿੰਦਾ, ਦਾ ਮੇਨ ਰੀਜ਼ਨ ਬਿਹਾਈਂਡ ਦਿਸ ਇਸ਼ੂ ਇਜ਼ ਨੰਬਰ ਆਫ ਐਲਿਊਰਿੰਗ ਚੈਨਲਸ ਜਾਂ ਨੰਬਰ ਆਫ ਅਟਰੈਕਟਿਵ ਚੈਨਲਸ ਆਰ ਸਟ੍ਰੀਮਸ ਬਾਏ ਟੈਲੀਵਿਜ਼ਨ ਇਨ ਦੀਜ਼ ਡੇਜ਼, ਠੀਕ ਆ। ਬਹੁਤ ਜ਼ਿਆਦਾ ਐਲਿਊਰਿੰਗ ਚੈਨਲਸ ਨੇ ਜਿਹਨਾਂ ਦੁਆਰਾ ਉਹ ਬੈਠੇ ਹੀ ਰਹਿੰਦੇ ਆ, ਹਿਲਦੇ ਨਹੀਂ। ਐਂਡ ਵੀ ਕੈਨ ਸੋਲਵ, ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ ਦਿਸ ਪ੍ਰੋਬਲਮ, ਬਾਏ encourage the children toward the outdoor activities, ਜਾਂ ਫਿਰ ਆਪਾਂ ਉਹਨਾਂ ਨਾਲ ਟਾਈਮ ਸਪੈਂਡ ਕਰੀਏ ਫੈਮਿਲੀਜ਼ ਟਾਈਮ, ਬਸ ਇੰਨੀ ਕੰਟਰੋਲ, ਠੀਕ ਆ। ਜਿਹਦੇ 'ਚ ਆਪਾਂ ਕੋਈ ਇੱਧਰ ਉੱਧਰ ਦੀ ਫਾਲਤੂ ਗੱਲ ਨਹੀਂ ਕੀਤੀ, ਕੋਈ ਅਪਕਮਿੰਗ ਪੈਰਾਗ੍ਰਾਫ ਦੀ ਗੱਲ ਨਹੀਂ ਕੀਤੀ, ਕੋਈ ਜਨਰਲ ਲਾਈਨ ਦੀ ਗੱਲ ਨਹੀਂ ਕੀਤੀ, ਸਿੱਧਾ ਡਾਇਰੈਕਟ ਆਨਸਰ ਦਿੱਤਾ, ਪੈਰਾਸਾਈਜ਼ਨ ਕੀਤੀ ਅਤੇ ਉਹਦਾ ਆਨਸਰ ਦਿੱਤਾ। ਐਵੇਂ ਤੁਸੀਂ ਆਪਦੀ ਟਾਸਕ ਰਿਸਪੋਂਸ ਦੀ ਇੰਟਰੋ ਵਧੀਆ ਕਰੋਗੇ, ਐਵੇਂ ਹੀ ਅੱਗੇ ਬੀ ਪੀ ਲਿਖਣੇ ਆ, ਠੀਕ ਆ। ਦੈਨ ਦੂਜੀ ਗੱਲ ਮੈਂ ਤੁਹਾਨੂੰ ਕਰਨਾ, ਸੀ ਐਂਡ ਸੀ ਕਨੈਕਟਰਸ। ਹੁਣੇ ਹੀ ਤੁਹਾਡੀ ਸਕਰੀਨ 'ਤੇ ਪਹਿਲਾਂ ਹੀ ਮੈਂ ਦਿਖਾ ਦਿੰਦਾ ਵੀ ਨਾ ਇੰਨੇ ਕਨੈਕਟਰ ਯੂਜ਼ ਨਾ ਕਰੋ, ਓਵਰ ਯੂਜ਼ ਨਾ ਕਰੋ ਕਨੈਕਟਰਸ ਦਾ, ਬਹੁਤ ਗਲਤ ਚੀਜ਼ ਆ। ਓਵਰ ਯੂਜ਼ ਦਾ ਕੀ ਮਤਲਬ ਆ, ਦੇਖੋ 6 ਬੈਂਡ ਕਿਉਂ ਰਹਿ ਜਾਂਦੇ, 6 ਬੈਂਡ ਵਾਲੀ ਲਾਈਨ ਆ ਜਿਹੜੀ ਸੀ ਐਂਡ ਸੀ ਦੀ, ਜਾ ਕੇ ਖੋਲ੍ਹ ਕੇ ਕੋਲ ਰੱਖ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਸਹੀ ਬੋਲਦੇ ਪਏ। ਇਹਦੇ ਵਿੱਚ ਲਿਖਿਆ ਉਹਨਾਂ ਨੇ ਕਿਹਾ ਵੀ ਹਾਂ ਵੀ ਕਨੈਕਟਰਸ ਯੂਜ਼ ਕਰੋ, ਕੋਹੈਸਿਵ ਡਿਵਾਈਸ ਯੂਜ਼ ਕਰੋ, ਬਟ ਜਿਹੜੇ ਬੱਚੇ ਨੇ 6 ਰਹਿ ਜਾਂਦੇ ਉਹ ਕੀ ਕਰਦੇ ਆ, ਜਾਂ ਤਾਂ ਉਹਨੂੰ ਇਨਐਕਿਊਰੇਟਲੀ ਯੂਜ਼ ਕਰਦੇ ਆ ਵੀ ਜਿਹੜਾ ਉਹਨਾਂ ਨੂੰ ਇਨਐਕਿਊਰੇਸੀ ਦੇ ਨਾਲ ਯੂਜ਼ ਕਰਦੇ, ਜਾਂ ਫਿਰ ਮਕੈਨੀਕਲੀ ਯੂਜ਼ ਕਰਦੇ ਆ। ਮਕੈਨੀਕਲੀ ਦਾ ਇੱਥੇ ਕੀ ਮਤਲਬ ਆ, ਇੱਕ ਵਰਡ ਇੱਥੇ ਮਕੈਨੀਕਲੀ ਲਿਖਿਆ ਹੋਇਆ 6 ਬੈਂਡ, ਮਕੈਨੀਕਲੀ ਦਾ ਮਤਲਬ ਆ, ਮਕੈਨੀਕਲ ਹੋ ਗਿਆ ਕੰਪਿਊਟਰ ਵਾਂਗੂ, ਮਤਲਬ ਤੁਹਾਡੇ 'ਚ ਪਲਾਂਟ ਕਰ ਦਿੱਤੇ ਹੋ, ਤੁਸੀਂ ਕੰਪਿਊਟਰ ਵਾਂਗੂ ਲੱਗ ਗਏ ਬੋਲਣ। ਕਹਿਣ ਦਾ ਮਤਲਬ ਆ ਬਹੁਤ ਜ਼ਿਆਦਾ, ਕਹਿਣ ਦਾ ਮਤਲਬ ਆ ਓਵਰ ਯੂਜ਼ ਜਦੋਂ ਕਰਨ ਲੱਗ ਪੈਂਦੇ ਹੋ ਕਨੈਕਟਰਸ ਦਾ, ਫਿਰ ਤੁਸੀਂ 6, 6.5 'ਤੇ ਹੀ ਰਹਿਣੇ ਆ। ਓਵਰ ਯੂਜ਼ ਕਿਵੇਂ, ਬੀ ਪੀ ਸਟਾਰਟ ਕਰਦਾ ਟੂ ਬਿਗਨ ਵਿਦ ਤੋਂ, ਫਿਰ ਉਹਨੂੰ ਲਿਖਣਾ ਜਦੋਂ ਐਕਸਪਲੇਨ ਕਰਾਂ ਟੂ ਐਕਸਪਲੀਕੇਟ, ਫਿਰ ਇਗਜ਼ਾਮਪਲ ਫੋਰ ਇਗਜ਼ਾਮਪਲ, ਦੈਨ ਫਿਰ ਅਗਲਾ ਆਪਾਂ ਲਿਖਤਾ ਰਿਜ਼ਲਟ ਐਜ਼ ਏ ਰਿਜ਼ਲਟ, ਫਿਰ ਅਗਲਾ ਬੀ ਪੀ ਬਣਾਉਣਾ ਫਰਦਰ ਮੋਰ, ਅਗਲਾ ਪੁਆਇੰਟ ਦੇਣਾ ਮੋਰ ਓਵਰ। ਇੱਕ ਬੀ ਪੀ ਦੇ ਵਿੱਚ 5 ਤੋਂ 6 ਕਨੈਕਟਰ ਯੂਜ਼ ਕਰਤੇ, ਜਿਹੜੇ ਕਿ ਮਕੈਨੀਕਲ ਯੂਜ਼ ਹੁੰਦਾ, ਓਵਰ ਯੂਜ਼ ਹੁੰਦਾ, ਨਹੀਂ ਬਣਨੀ ਗੱਲ। 5 ਤੋਂ 6, 6.5 ਇੱਥੇ ਹੀ ਰਹਿਣਗੇ, ਨਹੀਂ ਬਣਨੇਗਾ। ਜਾ ਕੇ ਦੇਖੋ 8 ਅਤੇ 9 ਬੈਂਡ ਦਾ ਸੀ ਐਂਡ ਸੀ ਕਹਿੰਦਾ ਓਕੇ ਆ, ਠੀਕ ਆ, ਤੁਸੀਂ ਕਨੈਕਟਰ ਯੂਜ਼ ਕਰਨੇ ਆ, ਬਟ ਕਿਹੜੇ ਕਰਨੇ ਆ, ਵਿੱਚ ਗੇਨਸ ਨੋ ਅਟੈਂਸ਼ਨ, ਜਿਹੜੇ ਕਿ ਕਿਸੇ ਦੀ ਅਟੈਂਸ਼ਨ ਨੂੰ ਗੇਨ ਨਾ ਕਰੇ। ਕਹਿਣ ਦਾ ਮਤਲਬ ਆ ਅਟੈਂਸ਼ਨ ਕਿਹੜੀ ਚੀਜ਼ ਗੇਨ ਕਰਦੀ ਆ, ਜਿਹੜੀ ਅਗਲੇ ਨੂੰ ਅਜੀਬ ਲੱਗਦੀ ਆ। ਜਦੋਂ ਤੁਸੀਂ 5 ਤੋਂ 6 ਕਨੈਕਟਰ ਇੱਕੇ 'ਚ ਹੀ ਯੂਜ਼ ਕਰਦੇ, ਤੁਸੀਂ ਬੀ ਪੀ ਦੇ ਵਿੱਚ ਇੰਨੇ ਇੰਨੇ ਕਨੈਕਟਰ ਯੂਜ਼ ਕਰਦੇ, ਉਹ ਅਗਲੇ ਦੀ ਅਟੈਂਸ਼ਨ ਗੇਨ ਕਰੂਗੀ, ਬਟ ਜਿਹੜੀ ਚੀਜ਼ ਤੁਸੀਂ ਨਹੀਂ ਕਰਨੀ, ਮਤਲਬ ਅਟੈਂਸ਼ਨ ਗੇਨ ਨਹੀਂ ਕਰਾਉਣੀ, ਉਨੇ ਕੁ ਯੂਜ਼ ਕਰੋ ਜਿੰਨੇ ਕੁ ਚਾਹੀਦੇ ਆ। ਕਦੇ ਵੀ ਆਪਦਾ ਬੀ ਪੀ ਆ ਕਿਸੇ ਕਨੈਕਟਰ ਤੋਂ ਟੂ ਕਮੈਂਸ ਟੂ ਬਿਗਨ ਤੋਂ ਸ਼ੁਰੂ ਨਾ ਕਰੋ, ਨੋਰਮਲ ਤੋਂ ਸ਼ੁਰੂ ਕਰੋ। ਜਿਵੇਂ ਮੈਂ ਤੁਹਾਡੇ ਪਿੱਛੇ ਟੋਪਿਕ ਸੀ, ਬੱਚੇ ਬਹੁਤ ਜ਼ਿਆਦਾ ਟੀ ਵੀ ਦੇਖਦੇ, ਤੁਸੀਂ ਰੀਜ਼ਨ ਤਾਂ ਪਹਿਲਾਂ ਲਿਖਣਾ, ਦਾ ਮੇਨ ਰੀਜ਼ਨ ਬਿਹਾਇੰਡ ਦਿਸ ਟ੍ਰੈਂਡ ਇਜ਼ ਦਾ ਮੇਨ ਰੀਜ਼ਨ ਵਾਈ ਦਾ, ਐਵੇਂ ਸਟਾਰਟ ਕਰੋ ਅਤੇ ਉਹਦਾ ਰੀਜ਼ਨ ਲਿਖੋ, ਉਹਨੂੰ ਐਕਸਪਲੇਨ ਕਰੋ, ਫਿਰ ਕੋਈ ਇੱਕ ਅੱਧਾ ਜਿੱਥੇ ਲੋੜ ਪੈਂਦੀ ਹੈ ਇਗਜ਼ਾਮਪਲ ਫੋਰ ਇਗਜ਼ਾਮਪਲ ਪਾ ਦਿਉ, ਵੱਧ ਤੋਂ ਵੱਧ 2 ਜਾਂ ਲੋੜ ਪਵੇ ਤਾਂ 3, ਇਸ ਤੋਂ ਉੱਤੇ ਯੂਜ਼ ਨਹੀਂ ਕਰਨੇ ਕਨੈਕਟਰ, ਨਹੀਂ ਤਾਂ ਤੁਸੀਂ ਇੱਥੇ ਟਿਕ ਜਾਓਗੇ। ਆਹ ਚੀਜ਼ ਤੁਹਾਡੀ ਸੀ ਐਂਡ ਸੀ ਆ, ਇਹਦੇ 'ਚ ਤੁਹਾਡੇ ਬੈਂਡ ਘੱਟ ਜਾਣਗੇ। ਇਹ ਚੀਜ਼ ਮੰਗਦੀ ਆ IDP ਇਸ ਕੇਸ ਦੇ ਵਿੱਚ, ਠੀਕ ਆ। ਸੋ ਇੱਕ ਗੱਲ ਪੱਲੇ ਬੰਨ ਲਓ, ਓਵਰ ਯੂਜ਼ ਨਾ ਕਰੀਏ, ਕਨੈਕਟਰ ਸਿੰਪਲ ਯੂਜ਼ ਕਰੀਏ, ਜਿਹੜੇ ਕਿ ਨੋ ਅਟੈਂਸ਼ਨ ਗੇਨ ਕਰਦੇ। ਕਈਆਂ ਨੂੰ ਐਂ ਲੱਗਦਾ ਵੀ ਅਸੀਂ ਨਾ ਕੰਪਲੈਕਸ ਸੈਂਟੈਂਸ ਬਣਾ ਦਈਏ, ਬਹੁਤ ਜ਼ਿਆਦਾ ਉਹ ਫੁੱਲ ਸਟੋਪ ਹੀ ਨਹੀਂ ਲਾਉਂਦੇ, ਉਹਦਾ ਵੀ ਕੋਈ ਮਤਲਬ ਨਹੀਂ। ਕਈਆਂ ਨੂੰ ਲੱਗਦਾ ਵੀ ਜਿਵੇਂ ਬਹੁਤ ਤਗੜੇ ਤਗੜੇ ਵਰਡ ਹੁੰਦੇ ਨਾ, ਓਇੰਗ ਟੂ ਵਿੱਚ ਉਵੇਂ ਦੇ ਵਰਡ ਲਾਉਂਦੇ ਆ। ਕਹਿਣ ਦਾ ਮਤਲਬ, ਮੰਨ ਲਓ ਮੈਂ ਇਹ ਲਿਖਾਂ ਦ ਮੇਨ ਰੀਜ਼ਨ ਬਿਹਾਇੰਡ ਦਿਸ, ਜਦੋਂ ਮੈਂ ਇੱਕ ਵਰਡ ਹੁੰਦਾ ਬਿਕੋਜ਼,
ਕਈਆਂ ਨੂੰ ਲੱਗਦਾ ਜਿਹੜਾ ਬਿਕੋਜ਼ ਵਰਡ ਹੈ ਨਾ ਉਹ ਬਹੁਤ ਹੀ ਨੋਰਮਲ ਜਿਹਾ ਵਰਡ ਆ, ਜੇ ਮੈਂ ਬਿਕੋਜ਼ ਵਰਡ ਲਾ ਕੇ ਸੈਂਟੈਂਸ ਲਿਖੂੰਗਾ ਅਗਲੇ ਨੂੰ ਲੱਗਣਾ ਵੀ ਇਹਨੂੰ ਤਾਂ ਇੰਗਲਿਸ਼ ਹੀ ਨਹੀਂ ਆਉਂਦੀ, ਤਾਂ ਸੌਖੇ ਜਿਹੇ ਵਰਡ ਲਾਏ। ਬਟ ਮੈਂ ਜੇ ਕਹਿੰਦਾ ਵੀ ਬਿਕੋਜ਼ ਵਰਡ ਨਾਲ ਜਿੰਨੇ ਅੱਛੇ ਤਰੀਕੇ ਨਾਲ ਇੱਕ ਕੰਪਲੈਕਸ ਸੈਂਟੈਂਸ ਬਣਦਾ, ਜਿੰਨੇ ਵਧੀਆ ਤਰੀਕੇ ਨਾਲ ਅਗਲੇ ਕੋਲ ਉਹ ਚੀਜ਼ ਐਕਸਪਲੇਨ ਹੁੰਦੀ, ਉਦੋਂ ਕੋਈ ਵੀ ਨਹੀਂ ਹੁੰਦੀ। ਮੈਂ ਹਮੇਸ਼ਾ ਤੋਂ ਇੱਕੋ ਇਗਜ਼ਾਮਪਲ ਦਿੰਦਾ ਹੁੰਦਾ ਕਨੈਕਟਰਸ ਦੇ ਵਿੱਚ, ਆਪਾਂ ਇਗਜ਼ਾਮਪਲ ਕੋਈ ਨਹੀਂ, ਉਹ ਇਗਜ਼ਾਮਪਲ ਮੈਂ ਤੁਹਾਨੂੰ ਵੋਕੈਬਲਰੀ ਦੇ ਕੇਸ ਦੇ ਵਿੱਚ ਦੱਸੂੰਗਾ, ਕਿਉਂਕਿ ਉਹ ਵੋਕੈਬਲਰੀ ਦਾ ਹੀ ਵਧੀਆ ਉਹਦੇ ਨਾਲ ਚੀਜ਼ ਐਕਸਪਲੇਨ ਹੁੰਦੀ ਆ। ਠੀਕ ਆ, ਹੁਣ ਮੈਂ ਤੁਹਾਨੂੰ ਵੋਕੈਬਲਰੀ 'ਤੇ ਆ ਜਾਓ। ਵੋਕੈਬਲਰੀ ਦੇ ਕੇਸ ਦੇ ਵਿੱਚ ਕੀ ਹੁੰਦਾ ਵਾ, ਸਟੂਡੈਂਟਸ ਨੂੰ ਬਹੁਤ ਜ਼ਿਆਦਾ ਵੋਕੈਬਲਰੀ ਯੂਜ਼ ਕਰਵਾ ਦਿੱਤੀ ਜਾਂਦੀ ਆ, ਬਹੁਤ ਹੀ ਜਿਹੜੀ ਕਿ ਅਗਲਿਆਂ ਨੂੰ ਲੱਗਦੀ ਆ ਵੀ ਜਿੰਨੀ ਜ਼ਿਆਦਾ ਅਸੀਂ ਵੋਕੈਬ ਲਿਖਾਂਗੇ ਓਨੇ ਹੀ ਜ਼ਿਆਦਾ ਸਾਡੇ ਬੈਂਡ ਆਉਣਗੇ, ਬਟ ਐਵੇਂ ਦਾ ਕੁਛ ਵੀ ਨਹੀਂ ਗਾ। ਠੀਕ ਆ, 8 to 9 ਬੈਂਡ 'ਤੇ ਜਾ ਕੇ ਇੱਥੇ ਸਾਫ਼ ਅਤੇ ਸਿੰਪਲ ਲਿਖਿਆ ਹੋਇਆ। ਠੀਕ ਆ, ਤੁਸੀਂ ਵਾਈਡ ਰੇਂਜ ਦੀ ਵੋਕੈਬਲਰੀ ਯੂਜ਼ ਕਰਨੀ ਆ, ਬਟ ਕਿਹੜੀ ਕਰਨੀ ਆ, ਨਾਲ ਇਹ ਵੀ ਗੱਲ ਲਿਖਿਆ ਹੋਇਆ ਜਿਹੜੀ ਕਿ ਨੈਚੁਰਲ ਹੋਵੇ, ਜਿਹੜੀ ਕਿ ਨੈਚੁਰਲ ਵੋਕੈਬਲਰੀ ਹੋਵੇ। ਹੁਣ ਨੈਚੁਰਲ ਵੋਕੈਬਲਰੀ ਕਿਹੜੀ ਆ, ਜਿਹੜੀ ਡੇਲੀ ਬੇਸ 'ਤੇ ਇੱਕ ਬੰਦੇ ਯੂਜ਼ ਕਰਦੇ ਆ। ਠੀਕ ਆ, ਇਹਦੇ 'ਚ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ। ਫੋਰ ਇਗਜ਼ਾਮਪਲ, ਮੰਨ ਲਓ, ਇਹ ਮੈਂ ਪਿਛਲੀ ਵੀਡੀਓਜ਼ ਵੀ ਦਿੰਦਾ ਵਾਂ, ਮੰਨ ਲਓ ਵੀ ਤੁਸੀਂ ਇੱਕ ਕੈਨੇਡਾ ਅਮੈਰੀਕਾ ਦੇ ਬੋਰਨ ਹੋ, ਤੁਸੀਂ ਇੱਕ ਨੇਟਿਵ ਇੰਗਲਿਸ਼ ਸਪੀਕਰ ਹੋ, ਕੀ ਤੁਸੀਂ ਆਪਦੀ ਸਿੰਪਲ ਜਿਹੜੀ ਆਪਾਂ ਘਰ ਇੰਗਲਿਸ਼ ਬੋਲਦੇ ਹਾਂ, ਘਰ ਇੰਗਲਿਸ਼ ਬੋਲਦੇ ਹੋਣਗੇ, ਆਪਾਂ ਤਾਂ ਨਹੀਂ ਬੋਲਦੇ, ਉਹ ਬੰਦੇ ਬੋਲਦੇ ਹੋਣਗੇ, ਕੀ ਉਹ ਆਪਦੀ ਇੰਗਲਿਸ਼ ਦੇ ਵਿੱਚ ਇੰਨੇ ਕਨੈਕਟਰ ਅਤੇ ਇੰਨੀ ਭਾਰੀ ਭਾਰੀ ਵੋਕੈਬ ਜਿਹੜੀ ਆਪਾਂ ਲਿਖਦੇ ਉਹ ਯੂਜ਼ ਕਰਦੇ ਹੋਣਗੇ? ਨਹੀਂ ਕਰਦੇ। ਠੀਕ ਆ, ਉਹਨਾਂ ਨੇ ਕਿਹਾ ਨੈਚੁਰਲ। ਨੈਚੁਰਲ ਕਿਹੜੀ ਹੁੰਦੀ, ਜਿਹੜੀ ਆਪਾਂ ਡੇਲੀ ਬੇਸ 'ਤੇ ਅਗਲੇ ਨੂੰ ਛੇਤੀ ਸਮਝ ਲਾ ਜੇ। ਹੁਣ ਮੈਂ ਪੰਜਾਬੀ 'ਚ ਤੁਹਾਡੇ ਨਾਲ ਗੱਲ ਕਰਦਾ, ਮੈਂ ਇਹ ਪੰਜਾਬੀ ਤੁਹਾਨੂੰ ਸਮਝ ਲੱਗੀ ਜਾਂਦੀ ਆ, ਜੇ ਮੈਂ ਇਹਨੂੰ ਕੰਪਲੈਕਸ ਕਰਾਂ ਤਾਂ ਪੰਜਾਬੀ ਦੀ ਕੰਪਲੈਕਸ ਫੋਰਮ ਕਿਹੜੀ ਆਜੂਗੀ, ਗੁਰਬਾਣੀ ਦੀ ਜਿਹੜੀ ਆਉਂਦੀ ਆ। ਜੇ ਗੁਰਬਾਣੀ ਦੇ ਤੁੱਕਾਂ ਦੇ ਰੂਪ ਦੇ ਵਿੱਚ ਹੀ ਸਾਰੇ ਬੰਦੇ ਗੱਲ ਕਰਨ, ਕੀ ਹਰ ਇੱਕ ਬੰਦੇ ਨੂੰ ਹਰ ਇੱਕ ਚੀਜ਼ ਸਮਝ ਆਜੂਗੀ? ਨਹੀਂ ਆਉਣੀ। ਆਪਾਂ ਵੀ ਇੰਗਲਿਸ਼ ਨੂੰ ਇੰਨਾ ਕੁ ਕੰਪਲੈਕਸ ਕਰਤਾ ਵਾ ਵੀ ਉਹਨਾਂ ਤੱਕ ਆਪਣੀ ਗੱਲ ਹੀ ਨਹੀਂ ਜਾਂਦੀ ਪ੍ਰੋਪਰ, ਕਿਉਂਕਿ ਆਪਾਂ ਉਹਦੇ ਵਿੱਚ ਓਵਰ ਯੂਜ਼ ਕਰੀ ਜਾਂਦੇ ਵੋਕੈਬ ਦੇ ਕਨੈਕਟਰ ਦਾ, ਉਹਨਾਂ ਨੂੰ ਉਹ ਚੀਜ਼ ਸਮਝ ਹੀ ਨਹੀਂ ਆ ਰਹੀ, ਉਹਨਾਂ ਨੂੰ ਹੀ ਡਿਕਸ਼ਨਰੀਆਂ ਖੋਲ੍ਹਣੀਆਂ ਪੈ ਗਈਆਂ ਇੰਗਲਿਸ਼ ਸਪੀਕਰਸ ਨੂੰ। ਸੋ ਵਾਈਡ ਰੇਂਜ ਦੀ ਵੋਕੈਬਲਰੀ ਯੂਜ਼ ਕਰੋ, ਕਿ ਪਰਟ ਉਹ ਕਰੋ ਜਿਹੜੀ ਨੈਚੁਰਲ ਆ। 6 to 8 ਬੈਂਡ ਵਾਲੇ 'ਚ ਲਿਖਿਆ ਹੋਇਆ ਵਾ ਵੀ ਤੁਸੀਂ ਜਿਹੜੀ ਵੋਕੈਬ ਯੂਜ਼ ਕਰਦੇ ਹੋ ਉਹ ਇਨਐਕਿਊਰੇਸੀ ਨਾਲ ਕਰਦੇ ਹੋ, ਉਹ ਬੰਦੇ ਇਨਐਕਿਊਰੇਸੀ ਨਾਲ ਕਰਦੇ, ਉਹਦੇ 6 ਜਾਂ 5.5 ਜਾਂ 6 ਇੰਨੇ ਬੈਂਡ ਰਹਿ ਜਾਂਦੇ ਆ। ਸੋ ਇਹ ਮੇਨ ਰੀਜ਼ਨ ਆ ਵੀ ਜਿਹੜੀ ਆਪਾਂ ਵੋਕੈਬ ਯੂਜ਼ ਕਰਕੇ ਵੀ, ਟੈਂਪਲੇਟ ਯੂਜ਼ ਕਰਕੇ ਵੀ, ਕਿਉਂਕਿ ਟੈਂਪਲੇਟਸ ਦੇ ਵਿੱਚ ਬਹੁਤ ਜ਼ਿਆਦਾ ਵੋਕੈਬ ਹੁੰਦੀ ਆ, ਇੰਨੀ ਵੋਕੈਬ ਯੂਜ਼ ਕਰਨ ਦੇ ਬਾਵਜੂਦ ਵੀ ਬੈਂਡ 5, 5.5, 6 ਤੇ ਰਹਿ ਜਾਂਦੇ ਆ। ਠੀਕ ਆ, ਯੂਜ਼ ਕਰੋ, ਬਟ ਇੰਨੀ ਕੁ ਕਰੋ ਜਿਹੜੀ ਕਿ ਤੁਹਾਨੂੰ ਪਤਾ ਵਾ, ਜਿਹੜੀ ਕਿ ਈਜ਼ੀ ਟੂ ਅੰਡਰਸਟੈਂਡ ਅਗਲੇ ਨੂੰ, ਜਿਹੜੀ ਅਗਲੇ ਨੂੰ ਪੜ੍ਹ ਕੇ ਦੁਬਾਰਾ ਨਾ ਪੜ੍ਹਨਾ ਪਵੇ, ਪੜ੍ਹ ਲਿਆ ਬਸ ਸਮਝ ਲੱਗ ਗਈ, ਸਿੱਧਾ ਪੁਆਇੰਟ 'ਤੇ ਗੱਲ ਕਰੋ। ਠੀਕ ਆ, ਹਾਂ ਵੀ ਮੋਬਾਈਲ ਫੋਨ ਯੂਜ਼ ਕਰਦੇ ਆ, ਜਿਹਦਾ ਮੇਨ ਰੀਜ਼ਨ ਆ ਵੀ ਜਿਹੜੇ ਟੀਵੀ ਨੇ ਜਾਂ ਟੀਵੀ ਚੈਨਲਸ ਨੇ, ਦੇ ਟੈਲੀਕਾਸਟ ਦਾ ਅਟਰੈਕਟਿਵ ਕੰਟੈਂਟ ਜਿਹਦੇ 'ਚ ਕੀ ਆ, ਉਹਨਾਂ ਦੇ ਇੰਟਰਸਟ ਬਣਿਆ ਰਹਿੰਦਾ, ਸੋ ਉਹ ਉਨਾ ਜ਼ਿਆਦਾ ਹੀ ਟਾਈਮ ਉਹਨਾਂ 'ਤੇ ਸਪੈਂਡ ਕਰਦੇ ਆ। ਬਸ ਗੱਲ ਮੁੱਕੀ। ਨੋਰਮਲ ਵਰਡ ਯੂਜ਼ ਕਰੋ ਜਿਹੜੇ ਕਿ ਹਰ ਇੱਕ ਬੰਦੇ ਨੂੰ ਪਤਾ ਹੋਵੇ, ਉਹਨਾਂ ਨੂੰ ਵੀ ਪਤਾ ਹੋਣ। ਠੀਕ ਆ, ਬਹੁਤ ਘੱਟ ਯੂਜ਼ ਕਰਨੀਆਂ ਐਵੇਂ ਦੀਆਂ ਚੀਜ਼ਾਂ ਵੋਕੈਬਲਰੀ, ਜਿੰਨਾ ਚਿਰ ਤੁਸੀਂ ਘੱਟ ਯੂਜ਼ ਕਰਨੋਂ ਨਹੀਂ ਹਟਦੇ, ਜ਼ਿਆਦਾ ਯੂਜ਼ ਕਰਨੋਂ ਨਹੀਂ ਹਟਦੇ, ਬੈਂਡ ਨਹੀਂ ਆਉਣਗੇ, ਇਹ ਗੱਲ ਪੱਕੀ ਆ। ਠੀਕ ਆ, ਸੋ ਇਹਨਾਂ ਦੇ ਕੇਸ ਦੇ ਵਿੱਚ ਤੁਹਾਨੂੰ ਇਹ ਚੀਜ਼ ਰੱਖਣੀ ਪੈਣੀ ਹੈ ਯਾਰ। ਦੈਨ ਫਿਰ ਗ੍ਰੈਮਰ ਦੇ ਵਿੱਚ, ਗ੍ਰੈਮਰ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ। ਠੀਕ ਆ, ਸਪੈਲਿੰਗਸ ਦੇਖੋ, ਜਿੰਨੀ ਤਗੜੀ ਤੁਸੀਂ ਸਪੈਲਿੰਗ, ਜਿੰਨੀ ਜ਼ਿਆਦਾ ਵੋਕੈਬਲਰੀ ਭਾਰੀ ਲੈ ਕੇ ਆਉਂਗੇ, ਓਨੀ ਉਹਦੀ ਸਪੈਲਿੰਗ ਜ਼ਿਆਦਾ ਭਾਰੀ ਹੋਊਗੀ, ਓਨੀ ਹੀ ਸਪੈਲਿੰਗਾਂ ਗਲਤ ਹੋਣਗੀਆਂ। ਠੀਕ ਆ, ਸੋ ਸਪੈਲਿੰਗ ਦਾ ਇਹਦੇ 'ਚ ਧਿਆਨ ਰੱਖਿਆ ਆ, ਇਹਦੇ 'ਚ ਟੈਂਸਿਸ ਦਾ ਧਿਆਨ ਰੱਖਣਾ, ਇਹ ਟਾਸਕ 1 ਦੇ ਕੇਸ ਦੇ ਵਿੱਚ ਮੇਨ ਆ ਵੀ ਟਾਸਕ 1 'ਚ ਟੈਂਸਿਸ ਜਿਹੜੇ ਆਉਂਦੇ ਆ ਉਹ। ਠੀਕ ਆ, ਇਹ ਜਿਹੜਾ ਕ੍ਰਾਈਟੇਰੀਆ ਵਾ ਇਹਨੂੰ ਆਪਾਂ ਸਮਝਣਾ ਵਾ ਵੀ ਹਾਂ ਵੀ 5 to 8, 5 to 8, 6 to 9 ਦੇ ਵਿੱਚ ਕੀ ਫਰਕ ਆ। ਇਹ ਮੈਂ ਤੁਹਾਨੂੰ ਪ੍ਰੋਪਰ ਪੰਜਾਬੀ 'ਚ ਸਮਝਾ ਤਾ ਜਿਹੜੇ ਬੱਚੇ ਨੂੰ ਨਹੀਂ ਪਤਾ। ਸੋ ਇਹਨਾਂ ਚੀਜ਼ਾਂ ਨੂੰ ਯੂਜ਼ ਕਰੋਗੇ ਤਾਂ ਓਬੀਅਸ ਆ ਬੈਂਡ ਆਉਣਗੇ ਹੀ ਆਉਣਗੇ, ਅਤੇ ਇਹ ਗੱਲ ਮੈਂ ਅਜਮਾ ਕੇ ਵੀ ਦੇਖ ਲਈ ਆ। ਠੀਕ ਆ, ਮੈਂ 2 ਬੱਚਿਆਂ ਦਾ ਪੇਪਰ ਦਵਾਇਆ ਸੀ ਸਾਡੇ, ਇੱਕ ਬੱਚੇ ਨੇ ਜਮਾਂ ਸਿੰਪਲ ਤਰੀਕੇ ਨਾਲ ਲਿਖਿਆ ਅਤੇ ਇੱਕ ਬੱਚੇ ਨੇ ਸਾਰੇ ਕਨੈਕਟਰਸ ਲਾ ਕੇ ਲਿਖਿਆ,
लास्ट च होया कि जिहड़े बच्चे ने कनैक्टर्स ला के लिखा सी उहदे आए आ 6 बैंड, जिहड़े बच्चे ने सिंपल तरीके नाल लिख के आया सी उहदे आए आ 6.5 बैंड। मैं कोई फुकरी झूठ नहीं मारूंगा भी उहदे 7 7.5 आ गए, बट वह बच्चे ने 6.5 आए आ, उहदे 6 आए आ, तो रीज़न आ भी कोई गल नहीं, हौली हौली होर चीज़ां पता लगनगियां, असीं उहनूं होर इंप्रूव करांगे। बट जिन्नियां कि मैनूं चीज़ां पता लग गईआं, कनैक्टर्स तो यूज़ नहीं करने, कनैक्टर्स तो बीबी शुरू नहीं करना, कोई जनरल लाइन नहीं लाउणी, ठीक आ, नो जनरल लाइन, नो थीसिस स्टेटमेंट, ओनली पैराफ्रेजिंग एंड डायरेक्ट आंसर टू द क्वेश्चन। आ तीन चीज़ें इंटर च रखनी, नो जनरल लाइन, नो थीसिस स्टेटमेंट, ओनली पैराफ्रेजिंग एंड डायरेक्ट आंसर टू द क्वेश्चन, ठीक है। ये चीज़ याद कर लो, इंट्रो वधिया जाऊगी, फस्ट इंप्रैशन जिन्ना वधिया उन्ना ही लास्ट इंप्रैशन जाऊगा, ठीक है। इन्हां चीज़ां नूं तुसीं यूज़ करना वा अपने राइटिंग दे टास्क टू दे क्राइटेरिया दे विच, ठीक है। बैंड आउणगे ही आउणगे, 100% गरंटी आ। बहुत ज़्यादा बच्चों के मैनूं मैसेजेस भी आए आ, पिछे जिहड़ियां वीडियोज़ मैं बनाईआं होईआं प्रोपर सैंपल्स ने, एवें ही बनाए हुए सैंपल्स तुसीं जाके देख सकदे हो, बड़ा वधिया रहण वाला। सो बाकी ऐसे तरह दीआं होर वीडियोज़ असीं लैके आवांगे, तुसीं प्लीज़ चैनल नूं लाइक सबसक्राइब तो शेयर करना ना भूलें। एक इन्फॉर्मेशन जरूरी, ठीक है, अपनी जी ऑनलाइन क्लासेस ने वो भी रनिंग ने, ठीक है। जड़े भी बच्चे ने ऑनलाइन क्लास ज्वाइन करनी हो 2916 जो नंबर आ 8168321916 इस पर जाके वट्सएप करो, ठीक है। इन्हें ऑनलाइन क्लासेस का फायदा की है, ये मैं प्रोपर टास्क 1 का हर एक पार्ट कवर कराऊँगा, हर एक तरीके बीपी की, हर एक तरीके इंट्रो की फॉर्मेशन अकॉर्डिंग टू द IDP ते ब्रिटिश काउंसिल दी इंस्ट्रक्शनस के अकॉर्डिंग सारी चीज़ें कराई जाएगियां। टास्क 1 ते टास्क 2 के हर एक टाइप के टॉपिक इतने होंगे, नंबर पर जाके वट्सएप करो, अगे की इनफॉर्मेशन थोनू उत्थे मिलेगा। सो इन द लास्ट फेयर, थैंक यू सो मच इस वीडियो को देखने के लिए। वेलकम टू द वीडियो गाइज, यहाँ आपके सामने एक टास्क 2 लिखा हुआ है, आप देख सकते हो, ठीक है। यहाँ पर मैं आज ये नहीं सिखा रहा भी कौन सा टास्क का एक ऐसा लिखना है, मैं सिर्फ एक स्ट्रक्चर सिखाऊंगा आपको। ये मैटर नहीं करता आपका आसान है टास्क या फिर डिफ़िकल्ट है, लेकिन अगर आपने जो मेरा बताया हुआ तरीका है वैसे लिखा तो डेफिनेटली हर एक टास्क ही आसान लगेगा आपको, चाहे वो आसान है, चाहे किसी भी पर भी बेस्ड है, चाहे आपका इन्वायरमेंट पे, टेक्नोलॉजी पे, किसी पे भी बेस्ड है। सो वीडियो के साथ जुड़े रहें और एंड तक देखना, कंक्लूजन तक, क्योंकि कई बच्चे सोचते हैं भी कंक्लूजन ऐसा ही है, जितना इंपॉर्टेंट कंक्लूजन है ना तो कोई भी चीज़ नहीं है। सो वीडियो के साथ जुड़े रहें, हर एक चीज़ का अपने अपना एक इम्पोर्टेंस होती है। सो लेट्स सी भी टॉपिक क्या कह रहा है। सबसे पहले टॉपिक कह रहा है भी सम पीपल से डैट आर्ट, म्यूजिक एंड ड्रामा आर आल्सो इम्पोर्टेंट एज अदर सब्जेक्ट इन द प्राइमरी लेवल। क्वेश्चन कह रहा है भी कुछ लोग ये कह रहे हैं भी जो सब्जेक्ट होते हैं ना आर्ट्स, म्यूज़िक और ड्रामा क्लासेस जो लगती हैं वो भी उतने ही इम्पोर्टेंट हैं जितने कि दूसरे सब्जेक्ट लाइक मैथ साइंस, उतने ही इम्पोर्टेंट। कहाँ पे? इन प्राइमरी स्कूल स्पेशली। अब यहाँ पे बात प्राइमरी स्कूल प्राइमरी लेवल की हुई है, प्राइमरी लेवल यू कैन से लाइक अप टू द 5th क्लास भी। अभी छोटी क्लासों की बात कर रहे हैं, अभी छोटी एजेस में जो भी सब्जेक्ट होते हैं भी वहाँ पे भी स्टूडेंट को आर्ट, म्यूज़िक, ड्रामा ये क्लासेस ज्वाइन करवानी चाहिए दूसरे सब्जेक्ट के साथ, ठीक है। अब टास्क क्या है, डू यू एग्री और डिसएग्री, और टाइप आपके सामने है डू यू एग्री है और डिसएग्री है। यहाँ पे आपको पता है भी एग्री डिसएग्री वाले दो तरह के होते हैं, टू व्हाट एक्सटेंट और डू यू एग्री। और इस तरीके के जो टास्क होते हैं इसमें सिर्फ आप एक साइड जा सकते हो, या तो आप जाएंगे एग्री की साइड या आप जा सकते हो डिसएग्री की साइड। अगर आपने कह दिया इंट्रो में भी मैं एग्री हूँ, देन आपके जो भी बीपी बनेंगे BP1 और BP2 दोनों के दोनों एग्री के बनेंगे। अगर आपने कह दिया मैं डिसएग्री हूँ तो दोनों के दोनों बीपी डिसएग्री के बनेंगे। तो सबसे पहले आपको करनी है एक अच्छे से प्लानिंग। एक अच्छी प्लानिंग क्या होती है? एक अच्छी प्लानिंग होती है जिसमें स्टूडेंट एक आइडिया सोचता है, उसके साथ उसकी एक्सप्लेनेशन भी साथ में सोचता है, और उसके साथ उसका एग्जाम्पल भी ये साथ में सोचता है। जिस बच्चे ने इस तरीके के साथ प्लानिंग करनी शुरू कर दी तो उसका टास्क जो होता है, जो कंप्लीट टास्क उसका 15 से 20 मिनट में ही हो जाएगा। सो एक अच्छी प्लानिंग, अच्छा टाइम मैनेज करने के लिए बहुत ज़्यादा इंपॉर्टेंट है। तो यहाँ पे क्या है, अब ऑब्वियस सी बात है, यहाँ तो मैं एग्री की तरफ जाऊँगा या मैं डिसएग्री की तरफ जाऊँगा। तो मैं यहाँ पे आपको कह रहा हूँ भी क्यों
भी कुछ लोग जैसे कह रहे हैं भी आर्ट और म्यूज़िक भी उतना ही इंपॉर्टेंट जिसने दूसरे सब्जेक्ट हैं, देखता हूँ। क्योंकि एग्री को, एग्री के क्या पॉइंट है, एग्री के यहाँ मैंने पॉइंट सोचे हैं भी, एग्री मैं जाऊँगा, एग्री मैं लिखूँगा, इसमें मैंने पॉइंट सोचे थे। एक तो ऐसा है ना कि बच्चों को अपना टैलेंट पता चलेगा खुद का, है ना, भी कई बच्चे म्यूज़िक में अच्छे होते हैं, कई बच्चे डांस में, कई बच्चे पेंटिंग वगैरह में, तो अगर ऐसे सब्जेक्ट वो चूज़ करेंगे तो उनको फाइंड आउट होंगे उनका टैलेंट, उनके टैलेंट को फाइंड आउट करने में ऐसे सब्जेक्ट हेल्प करेंगे, ठीक है। अब ये तो बात ऑब्वियस है, अभी कैसे हेल्प करेंगे, अब एक्सप्लेनेशन भी सोचनी पड़ेगी। मतलब ये है अभी अगर डिफरेंट डिफरेंट तरीके की एक्टिविटीज़ होंगी, डिफरेंट तरीके के टास्क होंगे, तो स्टूडेंट को अपने आप ही पता चलेगा भी यार मैंने ये डांस किया था, मैं डांस में बहुत अच्छा हूँ, तो ऐसे मैं उसकी एक्सप्लेनेशन दूंगा। और एग्जांपल कोई भी, मैं अपना नेचुरल या कोई आपका पर्सनल एग्जांपल भी डाल सकते हो। तो एक तो मैं पॉइंट लिखूंगा फाइंड आउट टैलेंट, ये हेल्प करेगा। सेकंड पॉइंट मैं डालूंगा अपना बी इट आल्सो बूस्ट देयर कॉन्फिडेंस, कॉन्फिडेंस, क्योंकि ये जो सब्जेक्ट ना आर्ट और म्यूज़िक, इसमें क्या है बच्चों को बहुत सारे लोगों के सामने परफॉर्म करना पड़ता है, तो ऑब्वियस है अगर वो परफॉर्म करेंगे और इस तरीके की जो भी परफॉर्मेंस होती है वो इतने लोगों के सामने करनी होती है, तो बच्चे का जो आपका वो होता है कॉन्फिडेंस ऑटोमेटिक बूस्ट होता है, जो उसके फ्यूचर के लिए बहुत ज़रूरी है, फ्यूचर के लिए उसके लिए हेल्पफुल हो सकती है ये बात। सो मैं ये दोनों के दोनों पॉइंट ये लिखूँगा, ठीक है। सो अब आप शुरू करते हैं इंट्रो। इंट्रो में क्या होता है, इंट्रो मैं हमेशा कहता हूँ भी कोई जर्नल लाइन नहीं डालनी, कोई थेसिस नहीं डालनी, सिर्फ क्या डालना है अपने सीधी पैराफ्रेजिंग करेंगे, देन सीधा देंगे डायरेक्ट क्वेश्चन का आंसर, एक पैराफ्रेजिंग डायरेक्ट आंसर। अब पैराफ्रेजिंग तो आपको पता है इसकी होगी यहाँ से लेकर यहाँ तक की, और यहाँ पे क्वेश्चन क्या है अपना डू यू एग्री और डिसएग्री, तो इसका मैं आंसर दूंगा। अगर मैं लिखूंगा मैं एग्री हूँ और एग्रीमेंट के दोनों जो मेरे पॉइंट्स हैं वो भी मैं इंट्रो में बता के जाऊँगा ये और ये। अब आप देखना लिखना कैसे है, अच्छी इंट्रो कैसे लिखी जाएगी, तो देखना आप। अच्छी इंट्रो लिखने के लिए सबसे पहले कोई भी कनेक्टर से कभी भी इंट्रो शुरू नहीं करनी नॉर्मल, जैसे यहाँ पे सम पीपल था तो मैं लिख सकता हूँ सम पीपल की जगह पे ए कंसिडरेबल अमाउंट ऑफ पीपल, इट इज कंसिडर्ड बाय पीपल, तो मैं यहाँ पे वर्ड यूज कर रहा हूँ ए कंसिडरेबल अमाउंट ऑफ पीपल बिलीव डैट, ठीक है। अब क्या था क्वेश्चन, भी आर्ट और म्यूज़िक भी उतने इम्पॉर्टेंट है जितने कि दूसरे सब्जेक्ट हैं कहाँ पे प्राइमरी लेवल पे, तो ज़्यादा मैं पैराफ्रेजिंग नहीं करता, मैं विश्वास नहीं करता भी हर एक चीज़ की ही मैं सिनोनिम लिखूँ ना। IDP कहता है अगर एक वर्ड भी आपने पैराफ्रेज करना है तो एक वर्ड का भी सिनोनिम लिख दो तो पैराफ्रेजिंग में आ जाएगी। सो मैं नॉर्मल लिखूँगा ए कंसिडरेबल अमाउंट ऑफ पीपल बिलीव डैट आर्ट्स रिलेटेड सब्जेक्ट, उन सब्जेक्ट्स को मैंने लिख दिया आर्ट्स रिलेटेड सब्जेक्ट्स आर Also crucial, ठीक है, यहाँ फिर significant as other school subjects, ठीक है, कहाँ पे for primary school children, ओके मेरी राइटिंग थोड़ी सी ऐसे ही है बट आपको समझ लगेगी प्रॉपर, ठीक है। तो मैंने पैराफ्रेजिंग कैसे की, ए कंसिडरेबल अमाउंट ऑफ पीपल बिलीव डैट आर्ट्स रिलेटेड सब्जेक्ट को मैंने चेंज किया आर आल्सो सिग्निफिकेंट एज अदर स्कूल सब्जेक्ट, प्राइमरी लेवल को मैंने लिख दिया फॉर प्राइमरी स्कूल चिल्ड्रन, नॉर्मल सी पैराफ्रेजिंग। अब क्वेश्चन का आंसर दूंगा मैं एग्री हूँ या डिसएग्री हूँ, एग्री हूँ तो क्यों एग्री हूँ, तो नॉर्मल लिखूंगा, मैंने लिखा आई एम टोटली एग्री विद दिस स्टेटमेंट, मैं पूरा एग्री हूँ दिस स्टेटमेंट के साथ, क्यों बिकॉज, नॉर्मल वर्ड मैं लगाऊंगा बिकॉज, कई बच्चे कहते हैं बिकॉज ऐसे लगा दिया बहुत नॉर्मल है, नहीं बिकॉज बहुत अच्छा है, एक आपको कॉम्प्लेक्स सेंटेंस बनाने का वर्ड है, बिकॉज दिस कैन हेल्प चिल्ड्रन, जो मैंने पॉइंट लिखे थे टू डिस्कवर, है ना, टू डिस्कवर लिख सकते हो, टू आइडेंटिफाई लिख सकते हो, फाइंड आउट लिख सकते हो, टू डिस्कवर देयर टैलेंट इन अर्ली एज, अर्ली एज में ही उनका टैलेंट डिस्कवर होगा। एंड सेकेंड चीज मैंने आपको जैसे कही थी कि जो आपकी नॉर्मल आएगा आपका कॉन्फिडेंस बूस्ट करता है, एंड
कैन इनक्रीज देयर कॉन्फिडेंस ऑल्सो। बस कोई दिस एक्सप्लीकेट मतलब वो नहीं लिखना इन द अपकमिंग पैराग्राफ दिस कुछ नहीं, बस ये थी आपकी इंट्रो यहाँ से लेकर इंट्रो, ठीक है, यहाँ तक आपकी पैराफ्रेजिंग और ये हो गया आपका डायरेक्ट क्वेश्चन का आंसर। ऐसे इंट्रो लिखोगे तो ऑब्वियस है आपके बैंड पाने की जो रिक्वायर मतलब पॉसिबिलिटी है बढ़ जाएगी। इस तरीके के साथ आपने इंट्रो लिखनी आनी है, इंप्रेसिव इंट्रो ही आपके बैंड ज़्यादा करेगी, ठीक है। देन नेक्स्ट BP1 में अब आप बात करेंगे भी कैसे डिस्कवर करते हैं अपना टैलेंट, ठीक है। मैं कोई ऐसे नहीं लिखूंगा टू बिगिन वो गलत है, टू बिगिन लिखते हैं ना वो बिल्कुल गलत है, ठीक है। ना ही मैं ऐसे लिखूंगा देयर आर मैनी रीजंस, ये भी गलत है, ठीक है। अब सही क्या है, सही देखो, सही है सीधा पॉइंट पे बात करो, सीधी बात नो बकवास, सुनिए ना लाइन, सीधी बात पे आऊंगा। वन ऑफ द रीजन आई एग्री डैट क्रिएटिव सब्जेक्ट, मैंने आर्ट रिलेटेड सब्जेक्ट को क्रिएटिव सब्जेक्ट लिख दिया, आर्ट रिलेटेड सब्जेक्ट्स हैव सेम इम्पोर्टेंस। एक बात याद रखना है यहाँ पे, जब भी आप बीपी की स्टार्टिंग करते हो तो आपको पूरी चीज़ क्लियर करते हुए जाना है भी आप किस चीज़ की बात कर रहे हो। तो मैं पूरी लाइन दोबारा लिख रहा हूँ भी, जैसे इंट्रो में लिखी हुई थी, दूसरे सब्जेक्ट भी उतने इंपॉर्टेंट है, आगे चाहे मत लिखना लेकिन स्टार्टिंग में जरूर लिखना। वन ऑफ द रीजन आई एग्री that the creative subject have same importance as other subject, क्या reason है वो मैं अब लिखूंगा। In primary school, complete information देनी है starting में, ठीक है। Is that it allows students टू, वहां पे मैंने डिस्कवर लिखा था, यहाँ पे मैं फाइंड आउट लिख देता हूँ, फाइंड आउट देयर पोटेंशियल टैलेंट, ठीक है, ये यहाँ पे आ गया फुल स्टॉप, ठीक है। अब कैसे हेल्प करता है, अब इसको करूंगा एक्सप्लेन, टू एक्सप्लेन इट तो बिल्कुल नहीं लगाना, सीधा मैं लिखूंगा दिस मीन्स डैट, इसका मतलब ये है। अब मैं इसको एक्सप्लेन करूंगा कैसे हेल्प करता है, तो हेल्प कैसे करता है आपको पता ही है, अलग अलग तरीके की अगर डिफरेंट एक्टिविटीज़ करेंगे तो उनको पता चलेगा हाँ ये मेरा फेवरेट जोन है, इसमें मैं परफॉर्मेंस अच्छी कर सकता हूँ। तो वही चीज़ मैं लिखूंगा, दिस मीन्स दैट स्कूल एज, देखो स्कूल एज की बात हुई है क्योंकि प्राइमरी स्कूल था, तो स्कूल एज मैंने इसलिए लिख रहा हूँ यहाँ पे, स्कूल वर्ड इसलिए लगा रहा हूँ, स्कूल एज इज द मोस्ट कन्वीनियंट टाइम, कन्वीनियंट टाइम फॉर स्टूडेंट्स टू लर्न मोर अबाउट देयर इंटरेस्ट, है ना, उनके इंटरेस्ट को ढूंढने के लिए ये सबसे क्रूशियल टाइम होता है। कैसे, बाय ट्राइंग डिफरेंट एक्टिविटीज। ओके, ये एक मैंने लाइन लिख दी भी यहाँ पे, स्कूल एज क्या है, सबसे कन्वीनियंट टाइम है स्टूडेंट्स के लिए टू लर्न मोर अबाउट देयर इंटरेस्ट बाय ट्राइंग द डिफरेंट एक्टिविटीज। अब इससे क्या होगा, इससे उनको अपने टैलेंट का पता चलेगा, वो चीज लिखनी है। अब आप लिख सकते हैं दे विल प्रोबेबली, शायद, है ना, प्रोबेबली नोट हैव एनी चांस लेटर इन देयर लाइफ टू डिस्कवर बिकॉज दे विल, मैंने लिखा है भी शायद अगर इस एज में उन्होंने ये चीज पता लगा ली मेरा कौन सा टैलेंट है तो अच्छा है, क्योंकि आने वाली जो आगे वाली एज है वो इतने बिजी बन जाएंगे, दे विल बी बिजी विद डिफिकल्ट एग्जाम्स एंड स्टडीज,
ठीक है, क्योंकि देखो ये प्राइमरी स्कूल की बात हो रही थी, मतलब 5वीं तक का, अगर उसके बाद वो ये चीजें करेंगे तो वो इतने बिजी हो जाएंगे उनका टाइम ही नहीं लगेगा। ठीक है, तो व्हेन दे गेट ओल्डर, व्हेन ऐसे लिख सकते हैं, व्हेन दे गेट ओल्डर, तो अगर ये चीज उनके लिए डिफिकल्ट हो जाएगी, ये चीज मुश्किल है, बिकॉज आप यही मैंने यहाँ पे लिखा, दे विल प्रोबेबली नॉट हैव एनी चांस लेटर इन द लाइफ टू डिस्कवर इट, बिकॉज क्योंकि बाद में उन्हें कोई मौका नहीं मिलेगा, क्योंकि दे विल बिकम सो बिजी विद देयर डिफिकल्ट एग्जाम्स व्हेन दे गेट ओल्डर, जब वो बड़े हो जाएंगे तो वो अपनी स्टडीज, जो डिफिकल्ट स्टडीज, अब 10th+2 में डिफिकल्ट स्टडीज हो जाती हैं, कहीं से कोई टाइम नहीं मिलता आर्ट्स का, ड्रामा का, सो पहले ही वो अगर ये चीज़ों को अपनी लाइफ में अडॉप्ट कर लें, पता लगा लें, तो उनके लिए अच्छा है। ठीक है, ये मैंने प्रॉपर एक्सप्लेनेशन दे दी भी कैसे फाइंड आउट होगा। फाइंड आउट तो ऐसे ही होगा ना, अलग अलग तरीके से कंपटीशन करके, फाइंड आउट करके, ट्राई करके। तो अब मैं एग्जाम्पल कैसे लिखूंगा, फॉर एग्जाम्पल आप कुछ भी कैसा भी डाल सकते हो, चाहे पर्सनल डाल दो भी, हाँ भी मैंने पर्सनल, मैंने अर्ली एज में डांस क्लासेस ज्वाइन की थी, तब मुझे पता चला, मेरे ट्यूटर ने बताया तू बहुत अच्छा डांस डांस करता है, तो ऐसे ऐसे कुछ भी लगा लो। तो मैं उसी तरीके के साथ मैं कुछ ना कुछ लिख देता हूँ, मैं लिखता हूँ मोस्ट फेमस सिंगर्स वर डिस्कवर्ड, मोस्ट फेमस सिंगर्स वर डिस्कवर्ड बाय देयर म्यूजिक टीचर्स एट स्कूल फ्रॉम ए यंग एज। ये देखो, तो वही मैंने लिख दिया, अभी ज़्यादातर जो फेमस सिंगर्स थे उनको उनके म्यूजिक टीचर ने यंग एज में ही पहचान लिया था, भाई तू आगे चलकर एक बहुत बड़ा सिंगर बनेगा। तो आप ऐसे भी एक सक्सेसफुल ऐसे लिख सकते हो, बिना कोई वोकैब बड़ी बड़ी डाले, बस ऐसे क्या है, ऐसे राइटिंग है भी इजी टू अंडरस्टैंड चीज़ें डालना। अगर आपने जो आइडिया लिखा वो चीज़ आगे अगले बंदे को इजी टू अंडरस्टैंड है, अगले बंदे को समझ लग गई, अगर आपने उसको अच्छे से एक्सप्लेन कर दिया, तो आपके ऐसे के बहुत बैंड मिलेंगे। अगर अगले बंदे को समझ ही ना आया, अगर आपका ऐसे ही कुछ कह रहा है, कोई कुछ कह रहा है, तो नहीं आएगा। देखो कई बच्चों के ना मेरे पास मैसेज भी आए हैं, और कईयों ने कमेंट वगैरह भी करते हैं, सर आपने कहा था सिंपल लिख के आना, हम सिंपल लिख के आए तो 5.5 रह गए। देखो सिर्फ सिंपल लिखने से थोड़ी बात बनेगी, सारा कुछ मैटर करता है। अगर आप अब ऐसे यहाँ पे प्राइमरी स्कूल पे, अब आप इस ऐसे को बड़े बच्चों को अडल्ट की तरफ ले जाओगे, तो उसके बैंड कहाँ से आएंगे। टास्क रिस्पॉन्स भी एक चीज़ होती है, हर एक चीज़ को साथ में लेकर चलना पड़ेगा। मैं सिंपल वर्ड इसलिए लिखाता हूँ भी आप वो वोकेबलरी के चक्कर में मत पड़ो, टास्क रिस्पॉन्स पे ध्यान दो, लेकिन लिखो तो टास्क पे, तो ही बात बनेगी। ठीक है, अब मेरा पॉइंट था भी फाइंड आउट करते हैं, है ना, फाइंड आउट कैसे करेंगे, ट्राई न्यू एक्टिविटीज, ये मैंने यहाँ पे लिखा है, तो उसका फायदा क्या होगा, क्योंकि अब अगर, और दूसरा पॉइंट ये था भी स्कूल एज में ही क्यों, स्कूल एज में इसलिए क्योंकि तब उनके पास टाइम है, बाद में वो डिफिकल्ट एग्जाम में बिजी हो जाएंगे, स्टडीज में बिजी हो जाएंगे, तो उनको नहीं मौका मिलेगा। तो वही मैंने एक एग्जाम्पल सीधा सा डाल दिया, ज़्यादातर जो सिंगर्स हैं वो डिस्कवर किए गए उनके टीचर्स द्वारा, कहाँ पे, यंग एज में ही, प्राइमरी एज में ही। तो ये था अपना बीपी नंबर फर्स्ट। नाउ वी टर्न टुवर्ड आवर सेकेंड बीपी। ठीक है, सेकेंड बीपी में आपको मैंने लिखवाया था भी बूस्ट करता है अपना कॉन्फिडेंस। तो सीधा सीधा इसमें भी मैं जब बीपी शुरू करूंगा, कोई कनेक्टर नहीं लगाऊंगा, कोई कुछ नहीं लगाऊंगा। ठीक है, तो अपन इसको ऐसे शुरू करते हैं, म्यूजिक आर्ट एंड ड्रामा सब्जेक्ट्स ऑल्सो हेल्प टू बूस्ट द कॉन्फिडेंस ऑफ स्टूडेंट्स। ठीक है, उनका कॉन्फिडेंस बूस्ट करने में भी हेल्प करता है। अब कैसे करता है, इसके लिए मैं पहले मैंने दिस मीन्स लिखाया था, अब मैं लगाऊंगा दिस इज बिकॉज। तो कैसे हेल्प करता है, देखो परफॉर्म करना पड़ता है बहुत से लोगों के द्वारा, और जब वो बच्चों के साथ सोशलाइज होते हैं, देखो ये जो डांस वगैरह है, बच्चों के साथ बातचीत करेंगे ना, सोशलाइज होते हैं, तो ऑटोमेटिक ही उनका जो कॉन्फिडेंस है ऊपर जाता है। ठीक है, अब इसको लिखना कैसे है, दिस इज बिकॉज दैट क्रिएटिव लेसन्स
क्रिएटिव लेसन्स जो आर्ट ड्रामा इनमें जो क्रिएटिव चीज़ें होती है, क्रिएटिव लेसन्स टीच स्टूडेंट्स स्टूडेंट्स हाउ टू परफॉर्म इन द फ्रंट ऑफ लॉट्स ऑफ पीपल। कैसे परफॉर्म करना है इन इतने ज़्यादा लोगों के सामने, एंड गिव देम ए चांस टू सोशलाइज। सोशलाइज मतलब घुलना मिलना विद अदर स्टूडेंट्स, और उनको ऑल्सो एक चांस भी प्रोवाइड करवाता है दूसरे स्टूडेंट्स के साथ सोशलाइज होने में। तो जितना ज़्यादा एक बच्चा घुलेगा मिलेगा दूसरों के साथ बातें करेगा तो उसका कॉन्फिडेंस ऑटोमेटिक ही इनक्रीज होगा। एज ए रिजल्ट, कई बच्चों का ये मानना है सर रिजल्ट पहले लिखना एग्जाम्पल से के बाद में, ये मैटर नहीं करता, जहाँ मर्जी लिखो बस होना सही चाहिए, मेरा तो यही मानना है। एज ए रिजल्ट स्टूडेंट्स कैन रियलाइज देयर रियल पोटेंशियल, तो इससे क्या होता है कि उनको अपने रियल पोटेंशियल का पता चलता है, एंड एक्ट मोर, आप लिख सकते एक्ट मोर कॉन्फिडेंटली, और वो और अच्छे से कॉन्फिडेंटली जो परफॉर्म करते हैं। ठीक है, तो ये आपका हो गया अपना सेकंड बीपी, और इसमें एग्जांपल आप देखते हैं। फॉर एग्जांपल इसका आप एग्जांपल कोई भी नॉर्मल सा एग्जांपल लगा दो कि जो बच्चे, अब कॉन्फिडेंस के साथ ही लगाना पड़ेगा ना, तो आप साइकोलॉजिस्ट वाला देखते हैं एग्जाम्पल फिट करते हैं। मैनी साइकोलॉजिस्ट सजेस्ट टू स्टूडेंट्स हु आर स्ट्रगलिंग विद डिप्रेशन, नहीं सोशल एंजाइटी लिख देते हैं, सोशल एंजाइटी टू टेक ड्रामा लेसन्स एज इट हेल्प्स टू इन्हांस कॉन्फिडेंस। कॉन्फिडेंस को रिलेट करना ही पड़ेगा तो मैंने कॉन्फिडेंस लिखा। तो बहुत से साइकोलॉजिस्ट हैं जो बच्चों को सजेस्ट करते हैं अगर आपको कोई डिप्रेशन है, अगर आपको कोई सोशल एंजाइटी है, तो प्लीज़ आप क्या करें, ड्रामा और आर्ट के लेसन्स को अपने डेली लाइफ में इन्वॉल्व कर लें। ये आपका कॉन्फिडेंस इंक्रीज करेगी और एज ए स्ट्रेस बस्टर भी काम करेगी आपको एंजाइटी से दूर करने के लिए। तो ये थी एक सिंपल राइटिंग, ऐसे लिख के आना है आपने बीपीज को। कोई ऐसा एक भी वर्ड दिखा दो जो आप कहोगे सर ये वर्ड तो मैंने कभी सुना ही नहीं, कोई यहाँ पे किसी भी तरीके की कोई वोकैबलरी नहीं मैंने डाली, कोई वोकैबलरी नहीं डाली, ना मैंने कोई कॉम्प्लेक्स सेंटेंस फॉर्मेशन बनाई, सिंपल लिखी आपके सामने देख सकते हो। ठीक है, ऐसे मैंने इंट्रो की, देन बीपी वन की फॉर्मेशन, बीपी टू की फॉर्मेशन, एंड इन द लास्ट कंक्लूजन। कंक्लूजन कई बच्चे कंक्लूजन में ये गलती कर देते हैं, टू रेप्टिकुलेट इन द नटशेल, ऐसे लिख के आओगे कंक्लूजन में भी बैंड कट जाएंगे। ठीक है, एक कंक्लूजन क्या होता है, एक कंक्लूजन होता है सारे ऐसे का निचोड़। तो उसको लिखना कैसे है, अभी अगर आपने स्टार्टिंग इंप्रेसिव कर दी, अगर कंक्लूजन गलत कर दिया तो बैंड नहीं आएंगे। चलो मैं आपको बताता हूँ कि कंक्लूजन एक अच्छा बढ़िया कंक्लूजन कैसे लिखना है एग्जामिनर को इम्प्रेस करने के लिए। इम्प्रेस करना है तो सिंपल लिखो इन कंक्लूजन जो मैंने ऊपर लिखा वही, मैं दिस ऐसे कंप्लीटली एग्री डैट, कंप्लीटली एग्री डैट क्या था, म्यूजिक आर्ट एंड ड्रामा हैव सेम वैल्यूज एज अदर सब्जेक्ट। तो मैं एक अपना थोड़ा सा ओपिनियन भी दूंगा भी, हाँ भी मैं एग्री हूँ भी, उन जो सारा कुछ है उनकी मतलब सेम इम्पोर्टेंस है दूसरे सब्जेक्ट के साथ। क्यों है, बिकॉज, तो जो मैंने चीज़ें ऊपर लिखी है वही मैं नीचे लिखूंगा, बिकॉज इट अलाउ चिल्ड्रन टू डिस्कवर, कोई नई चीज़ नहीं मैं डालूंगा, देयर
हिडन टैलेंट, उनका हिडन टैलेंट ढूंढने में हेल्प करेगा एंड इंक्रीज देयर सेल्फ कॉन्फिडेंस, और उनका सेल्फ कॉन्फिडेंस भी इंक्रीज करेगा। ये था एक 7 to 7.5 बैंड का कंक्लूजन। तो ऐसे लिख के आना है अपने कंक्लूजन, ऐसे लिख के आना है आपने ऐसे। बाकी हमारी इन्फॉर्मेशन आपको एक दे दूँ, हमारी ऑनलाइन क्लासेस रनिंग में है, जो जिसकी टाइमिंग 6 to 8 है इवनिंग में, ठीक है, जिसमें स्टार्टिंग में हम राइटिंग करवाते हैं, ठीक है, 40 to 50 मिनट्स की राइटिंग है, जिसमें सारे सैम्पल में ऐसे लगभग 100+ सैम्पल्स हैं हमारे पास जो ऐसे हैं सिंपल जो आप करवाते हैं। देन रीडिंग, देन लिसनिंग एंड लास्ट में इंडिविजुअल स्पीकिंग जाती है। जिस बच्चे को भी इन्वॉल्व होना हो हमारे कोर्स में, तो ये नंबर्स हैं 8168321916 या फिर 9467488225, इन दोनों नंबर में से एक पे भी आप व्हाट्सएप करो और आपको सारी फ़ी वगैरह की इन्फॉर्मेशन है आगे मिल जाएगी, कैसे आपने एनरोल करना है। तो देखो ये अपने ऐसे ऐसे करना है, ठीक है, इंट्रो बिल्कुल सिंपल रखनी है, पैराफ्रेजिंग, डायरेक्ट आंसर, देन आपने प्लानिंग उससे भी पहले बहुत अच्छी करनी है, देन आपने मेन सीधा टॉपिक पे आना है, कोई इधर उधर की बातें मत करो, सीधी बात नो बकवास वाले साइड याद रखनी है, सिंपल चीज़ों को एक्सप्लेन करना है, सिंपल देना है एग्जांपल, ऐसे ही BP2 की फॉर्मेशन, कंक्लूजन में भी कोई ज़्यादा ऊपर नीचे नहीं करना, ऐसे लिखना, ठीक है। तो ऐसे लिख कर आओगे तो आराम से आपके 6.5+ बैंड कहीं नहीं जाएंगे, 7 भी आ सकते हैं आपके। सो प्लीज़ इन चीज़ों पे फोकस करो जिस पे करना चाहिए, इधर उधर की बातों को छोड़ दो, वोकैब के पीछे भागना छोड़ दो, कॉम्प्लेक्स सेंटेंस फॉर्मेशन के भागना छोड़ दो, स्ट्रक्चर अच्छा रखो, अच्छे से लिखो अपनी बातें, इजी बातें लिखो जो अगले को आसानी से समझ आए, तभी बैंड आएंगे, ठीक है। ए वाली इंट्रो बिल्कुल ही गलत IDP इस तरीके ने लेके आऊँगा, हर एक चीज़ हमें लेके 7+ मिनट जाऊँ। हेलो गाइज, माई सेल्फ नवदीप सिंह फ्रॉम दी वाइब आइल्स। अज की वीडियो दे विच मैं थोनू प्रोपर ना कंपेयर करता होया दिखाऊंगा भी की बच्चे लिख के आउंदे आ ते की उन्होंने लिखना चाहिए, ठीक है। इदां दे विच थोनू ना प्रोपर डिफरेंस पता चलूगा भी असी की गलतियां करते सी ते की गलतियां सानू नहीं करनिया चाहीदियां, कैवें लिखना चाहिए। सो सर ना पहला आपां इंट्रो दा कंपेयर करांगे, दैन BPs की फॉर्मेशन BP नू कंपेयर करांगे कैवें बच्चे लिख के आउंदे आ, दैन फिर आपां कंक्लूजन तक जावांगे। बहुत वधिया वीडियो रहन वाली आ, एंड तक देखियो बिना स्किप किते। उस तो भी पहला प्लीज़ चैनल नू तुसीं सबसक्राइब कर दो चलदे चलदे ही, ते वीडियो नू भी शेयर कर दो। बाकी आपां देखदे हां भी सारे नाल पहला आपां देखिए भी टॉपिक की आ, ठीक है। टॉपिक कहिंदा भी मल्टीनेशनल कंपनीज आर बिकमिंग इनक्रीजिंगली कॉमन इन द डेवलपिंग कंट्रीज। ਕਹਿੰਦਾ ਵੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਹੁੰਦੀਆਂ, ਮਲਟੀਨੈਸ਼ਨਲ ਕੰਪਨੀਜ਼ ਕਿਹੜੀਆਂ, ਜਿਹੜੀਆਂ ਇੰਟਰਨੈਸ਼ਨਲ ਕੰਪਨੀਜ਼ ਜਿਵੇਂ ਕਿ ਐਪਲ ਦੀ ਬ੍ਰਾਂਡ ਹਰ ਇੱਕ ਕੰਟਰੀ 'ਚ ਹੈਗੀ ਆ। ਕਹਿੰਦੇ ਵੀ ਐਵੇਂ ਦੀਆਂ ਜਿਹੜੀਆਂ ਕੰਪਨੀਆਂ ਵਾ ਉਹ ਕੀ ਬਹੁਤ ਜ਼ਿਆਦਾ ਕੋਮਨ ਹੋ ਰਹੀਆਂ ਅੱਜ ਕੱਲ੍ਹ, ਬਟ ਕਿੱਥੇ, ਡੈਵਲਪਿੰਗ ਕੰਟਰੀ 'ਚ। ਇਹ ਚੀਜ਼ ਥੋੜ੍ਹੀ ਜਿਹੀ ਧਿਆਨ ਰੱਖਣ ਵਾਲੀ ਆ ਵੀ ਡੈਵਲਪਿੰਗ ਕੰਟਰੀਜ਼ ਦੀ ਗੱਲ ਕਰ ਰਹੇ ਹੋ ਵੀ ਡੈਵਲਪਿੰਗ ਕੰਟਰੀਜ਼ 'ਚ ਉਹ ਚੀਜ਼ ਬੜੀ ਕੋਮਨ ਹੋ ਰਹੀ ਆ ਵੀ ਬਹੁਤ ਜ਼ਿਆਦਾ ਇੰਟਰਨੈਸ਼ਨਲ ਕੰਪਨੀਜ਼, ਮਲਟੀਨੈਸ਼ਨਲ ਕੰਪਨੀਜ਼, ਉਹ ਜਿਹੜੀਆਂ ਕੰਪਨੀਜ਼ ਆ ਉਹ ਐਸਟੈਬਲਿਸ਼ ਹੋ ਰਹੀਆਂ ਵਾ। ਡੈਵਲਪਿੰਗ ਕੰਟਰੀਜ਼ ਕਿਹੜੇ ਹੁੰਦੇ ਆ ਜਿਹੜੇ ਸਟਰਗਲ ਕਰਦੇ ਸੀ, ਜਿਵੇਂ ਆਪਣਾ ਇੰਡੀਆ ਹਲੇ ਡੈਵਲਪਿੰਗ ਹੈ ਨਾ, ਜਿਵੇਂ USA ਵਗੈਰਾ ਉਹ ਡੈਵਲਪਡ 'ਚ ਆ ਗਏ। ਸੋ ਡੈਵਲਪਿੰਗ ਕੰਟਰੀਜ਼ ਦੀ ਇਹਨਾਂ ਨੇ ਗੱਲ ਕੀਤੀ ਆ। ਕਹਿੰਦੇ ਵੀ ਵਟ ਆਰ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਦਿਸ, ਵੀ ਕੀ ਇਹਦੀਆਂ ਐਡਵਾਂਟੇਜਸ ਨੇ ਤੇ ਕੀ ਇਹਦੀਆਂ ਡਿਸਐਡਵਾਂਟੇਜ ਨੇ। ਕਹਿੰਦਾ ਮਤਲਬ ਟੌਪਿਕ ਸਿੰਪਲ ਆ ਵੀ ਕੀ ਐਡਵਾਂਟੇਜ ਨੇ ਕੀ ਡਿਸਐਡਵਾਂਟੇਜ ਨੇ, ਬਟ ਇਹਦੇ 'ਚ ਵੀ ਬੱਚੇ ਬਹੁਤ ਜ਼ਿਆਦਾ ਗਲਤੀਆਂ ਕਰਦੇ ਆ। ਆਪਾਂ ਦੇਖਦੇ ਹਾਂ ਵੀ ਕਿਹੜੇ ਤਰੀਕੇ ਨਾਲ ਬੱਚੇ ਲਿਖਦੇ ਆ ਤੇ ਕਿਵੇਂ ਉਹਨਾਂ ਨੂੰ ਲਿਖਣਾ ਚਾਹੀਦਾ, ਠੀਕ ਆ। ਹਰ ਇੱਕ ਚੀਜ਼ ਆਪਾਂ ਪ੍ਰੋਪਰ ਸਟੈਪ ਬਾਏ ਸਟੈਪ ਕਰਾਂਗੇ, ਕਾਹਲੀ ਨਹੀਂ ਕਰਨੀ ਕਿਸੇ ਵੀ ਬੱਚੇ ਨੇ। ਦੈਨ ਸਭ ਨਾਲ ਪਹਿਲਾਂ ਕੀ ਕਰਦੇ ਆ ਬੱਚੇ ਆਪਣੀ ਇੱਕ, ਜਿਹੜੇ ਵੀ ਜ਼ਿਆਦਾਤਰ ਸਟੂਡੈਂਟਸ ਨੇ ਉਹ ਕੀ ਕਰਦੇ ਨੇ, ਜਾਂ ਸਾਰਿਆਂ ਸਟੂਡੈਂਟ ਦੇ ਮਾਈਂਡ ਦੇ ਵਿੱਚ ਉਹੀ ਇਮੇਜ ਆ ਵੀ ਜ਼ਿਆਦਾਤਰ ਆਪਣੀ ਲਾਈਨ ਅਸੀਂ ਜਨਰਲ ਲਾਈਨ ਨਾਲ ਸਟਾਰਟ ਕਰਨੀ ਆ। ਉਹ ਕੀ ਕਰਦੇ ਨੇ ਜਿਵੇਂ ਕੰਪਨੀਜ਼ ਆ ਡੈਵਲਪਿੰਗ ਮਤਲਬ ਕੋਮਨ ਹੋ ਰਿਹਾ, ਐਵੇਂ ਦੀ ਚੀਜ਼ ਦਾ ਕੋਈ ਇੱਕ ਜਨਰਲ ਲਾਈਨ ਲੈ ਕੇ ਆ ਜਾਂਦੇ। ਫੋਰ ਐਗਜ਼ਾਮਪਲ, ਗਰੋਥ ਐਂਡ ਡੈਵਲਪਮੈਂਟ ਇਜ਼ ਦਾ ਇੰਜਨ ਆਫ ਮਾਡਰਨ ਵਰਲਡ, ਜਾਂ ਫਿਰ ਇਨ ਦਾ ਮਾਡਰਨ ਵਰਲਡ ਗਰੋਥ ਹੋ ਰਹੀ ਆ, ਡੈਵਲਪਮੈਂਟ ਹੋ ਰਹੀ ਆ, ਐਵੇਂ ਦੀ ਜਿਹੜੀ ਇੱਕ ਇੰਟਰੋ ਲਾਈਨ ਆ, ਜਿਹੜੀ ਜਨਰਲ ਲਾਈਨ ਆ, ਉਹ ਐਵੇਂ ਬੱਚੇ ਇੱਕ ਜਨਰਲ ਲਾਈਨ ਆਪਦੇ ਐਸੇ ਦੇ ਵਿੱਚ ਪਾਉਂਦੇ ਹੀ ਪਾਉਂਦੇ ਆ। ਓਕੇ, ਦੈਨ ਫਿਰ ਉਹ ਪੈਰਾਫਰੇਜ਼ਿੰਗ ਤੇ ਆ ਜਾਂਦੇ ਆ। Established of international companies in struggling nations have number of
प्रोज एंड कॉन्स। सर ना पहला मैं थोड़ा सारे बच्चों ने एक गल क्लीयर करना, आ जो दो वर्ड्स ने ना प्रोज एंड कॉन्स ये एग्जिस्ट नहीं करते अपने आइल्स के टास्क टू के इन्हों का मतलब नहीं होंगे जो आप एडवांटेज डिसएडवांटेज कहने ये तुसी साफ IDP की साइट के उ जाके देखोगे ना उन्होंने सीधा डिनाई किया है तुसी प्रोज एंड कॉन्स ना लाया करो ये चीज़ का मतलब ही होर आ ठीक है ये एग्जिस्ट ही नहीं करते जिवें टू कमेंस विद नहीं करता एग्जिस्ट उवें प्रोज एंड कॉन्स भी एडवांटेज डिसएडवांटेज लिए एग्जिस्ट नहीं करते सो एवें दे वर्ड्स नहीं लाने ठीक है बच्चे कहते भी बहुत सारिया ने एडवांटेज फिर की कहते हेयर आई शैल डिस्कस दैन थीसिस अपनी पाते हैं की डिस्कस करूँगा एडवांटेज एंड डिसएडवांटेज ऑफ दिस ट्रेंड इन द अपकमिंग पैराग्राफ ये होगी अपनी इतों लैके इतों तक थीसिस। हर एक बच्चा लगभग 80% बच्चों ने एवं करके आना अपनी जनरल लाइन लिखो पैराफ्रेजिंग पाओ दैन दिस एसे विल डिस्कस इट्स एडवांटेज एंड डिसएडवांटेज इन द अपकमिंग पैराग्राफ या फिर लिख देंगे भी नंबर ऑफ एडवांटेज नंबर ऑफ डिसएडवांटेज ने जिन्होंने मैं अपकमिंग पैराग्राफ के डिस्क्राइब करूँगा। देखो जी ए वाली इंट्रो आ बिल्कुल ही गलत आ IDP के अकॉर्डिंग यदा नहीं बैंड मिलने ये तुम जमा वो अगेंस्ट लिख रहे हो एवें करके आओगे बैंड नहीं मिलने 100% श्योरिटी के अज लिखा लो कल लिखा लो जो मर्जी लिखा लियो नहीं मिलने क्योंकि एक दा जिहड़ी जनरल लाइन आ दैन आ थीसिस स्टेटमेंट है ये दोनों तो हो गई मैमोराइज मैमोराइज रिस्पोंस का 0 बैंड मिलना ठीक है। करना की आ तुसी सिर्फ थोड़े माइंड दे विच इंट्रो लिखते हुए दो ही गल्ला याद होनियां ये दियां दो गल्ला तो पहला एक जिहड़ी उस तो भी जरूरी गल आ प्लैनिंग इहदे विच बच्चे नूं प्लैनिंग दी लोड़ नहीं पैणी जड़ियाँ तुसी लिखते हो ना तुसी प्लैनिंग नहीं करते जिदा थोनू घाटा अगे PPs दे विच भी देखना बट जी अपनी इंट्रो उहदे च प्लैनिंग की लोड़ क्यों पैनी है क्योंकि थोनू आइडियाज सोचने पैणगे अपने ऐसे लिखन तो पहले ही जे तुसी ऐसे लिखन तो पहले आइडिया सोच ले समझो थोड़ा ऐसे 40 मिनट की 20 मिनट दे विच जाऊगा। हुण देखो आ कंपनीज़ के की फायदे आ हुण कंपनीज़ आऊंगियाँ ओबियस जी गल आ नॉर्मल जी गल आ ठीक आ अपने जॉब्स होणगियां जॉब्स अपॉर्चुनिटी इन्हां कंपनियां वास्ते बहुत सारे वर्कर्स की लोड़ आ मैनेजर्स की लोड़ आ सो जॉब अपॉर्चुनिटीज प्लस अपने इंडिया मतलब जिहड़ी भी कंट्री दे विच इह लगणगे उत्थों दी इकोनमी की ग्रोथ होगी नॉर्मल जी गल आ ते डिसएडवांटेज की गल लईए दैन भी जिहड़े लोकल बिजनेस आ जे वड्डियां वड्डियां कंपनीज आ गईआं लोकल बिजनेस बंद हो जाणगे सो कुछ भी नहीं सी बट आप प्लैनिंग ही नहीं की थी दे विच क्योंकि अपने माइंड माइंड सैट बनया हुआ कि जनरल लाइन लिखनी है उस कोई प्लैनिंग की लड़ ही नहीं वो तो आप कोई ना कोई याद की होगी वो एक अद्धा कोई ना कोई आप सिनोनिम चेंज कर देंगे दैन थीसिस दे विच कुछ होंगे ही नहीं आ ही लिखना एडवांटेज डिसएडवांटेज अपकमिंग पैराग्राफ हूँ लिखना कैवें लिखना आप एवें आ नॉर्मल चीज़ों तो स्टार्ट करनी अपनी इंट्रो इट कैन बी सीन इट इज़ बिलीव इट इज़ ए फैक्ट मैं कैसे स्टार्ट की इट इज़ बिकमिंग मोर कॉमन इन द डेवलपिंग नेशंस मैं लिखा भी ये बहुत ज़्यादा कॉमन बनता जा रहा देखो कॉमन का मैं कॉमन ही लिया कोई मैं ज़्यादा वोकैब यूज़ नहीं करनी कोई कुछ नहीं यूज़ करनी मैं लिखा भी ये बहुत ज़्यादा कॉमन बनता जा रहा डेवलपिंग कंट्रीज मैं सिर्फ डेवलपिंग नेशंस लिखता टू सी द मल्टीनैशनल कारपोरेशन मैं लिखिया भी मल्टीनैशनल कारपोरेशन देखना कितने डेवलपिंग कंट्री ये बहुत ज़्यादा कॉमन हो गया तो उ चीज़ उत्ते मैं टू सी वर्ड लाता भी ये चीज़ बड़ी कॉमनली देखने मिल जाती अजक भी मल्टीनैशनल कंपनियां जी डेवलपिंग नेशन उन्होंने आम ही हो गई ठीक है कोई वड्डी गल नहीं की हूँ मैं की किया पहला करनी है पैराफ्रेजिंग दैन देना डायरैक्ट कंसर्न का आंसर होर कुछ नहीं लिखना कोई जनरल लाइन नहीं सीधी पैराफ्रेजिंग करो डायरैक्ट क्वेश्चन का आंसर दो डायरैक्ट क्वेश्चन की है एडवांटेज तो डिसएडवांटेज मैं डायरैक्ट उही लिखूंगा मैं लिखिया देयर आर सम बेनीफिट्स ऑफ दिस ट्रेंड मैं लिखिया भी कुछ बेनीफिट ने ट्रेंड के वो की आ सच एज मैं दस्या सी एक तो इकोनमी इकोनमी की प्रोग्रेस इन इकोनमी दे क्रिएट इन दीज कंट्रीज उस कंट्रीज वास्ते प्रोग्रेस होगी कि इकोनमी की पैसा आऊगा होर एंड द अवेबिलिटी ऑफ जॉब्स तो उस कंट्री जॉब्स दपोरचुनिटीज क्रिएट होनगियाँ ये दो मैं लिखते दे फायदे दैन हाउ एवर लगाओ हाउ एवर थोड़ा पता अपोजिटली हूँ वा अपोजिट मतलब पॉजिटिव तो जो नैगेटिव वाल जाने एडवांटेज तो डिसएडवांटेज वाल जाने कनैक्टर यूज हूँ हाउ एवर
ਸ਼ਟਡਾਊਨ ਆਫ ਸਮਾਲ ਲੋਕਲ ਬਿਜ਼ਨਸ, ਜਿਹੜੇ ਛੋਟੇ ਕਾਰੋਬਾਰ ਆ ਉਹ ਬੰਦ ਹੋ ਜਾਣਗੇ, ਸ਼ਟਡਾਊਨ ਹੋ ਜਾਣਗੇ, ਐਂਡ ਦਾ ਲੋਵਰਿੰਗ ਆਫ ਸੈਲਿੰਗ ਰੇਟ ਆਫ ਲੋਕਲ ਪ੍ਰੋਡਕਟ, ਤੇ ਜਿਹੜੇ ਉੱਥੋਂ ਦੇ ਜਿਹੜੇ ਦੂਜੇ ਛੋਟੇ ਪ੍ਰੋਡਕਟ ਹੋਣਗੇ ਉਹਨਾਂ ਦੇ ਰੇਟ ਵੀ ਘੱਟ ਜਾਣਗੇ ਕਿਉਂਕਿ ਘਟਣਗੇ ਓਬਵੀਅਸ ਆ, ਲੋਕ ਜ਼ਿਆਦਾ ਮਲਟੀਨੈਸ਼ਨਲ ਕੰਪਨੀਜ਼ ਦੇ ਜਿਹੜੇ ਪ੍ਰੋਡਕਟ ਉਹਨਾਂ ਨਾਲ ਜਾਣਗੇ, ਉਹ ਜਿਹੜੇ ਛੋਟੇ ਦੁਕਾਨਦਾਰ ਉਹ ਵਿਚਾਰੇ ਕਹਿਣਗੇ ਚੱਲ ਅਸੀਂ ਰੇਟ ਹੀ ਘਟਾ ਦਈਏ, ਕੋਈ ਵਿਕੂਗਾ ਤਾਂ ਸਹੀ, ਸੋ ਓਬਵੀਅਸ ਆ ਉਹਨਾਂ ਦੇ ਰੇਟ ਘਟਣਗੇ। ਆਫ ਲੋਕਲ ਪ੍ਰੋਡਕਟ ਕੈਨ ਬੀ ਇਟਸ ਡਰੋਬੈਕਸ, ਤੇ ਇਹ ਜਿਹੜੇ ਆ ਇਹਦੇ ਡਰੋਬੈਕਸ ਨੇ ਦੋ, ਬਸ ਇੰਨੀ ਕੁ ਗੱਲ ਹੁੰਦੀ ਆ। ਪੈਰਾਫਰੇਜ਼ਿੰਗ ਕਰੋ, ਡਾਇਰੈਕਟ ਕੁਐਸਚਨ ਆਨਸਰ ਦਿਓ, ਆਪਣੇ ਆਈਡੀਆਜ਼ ਲਿਖੋ ਇਹਦੇ ਵਿੱਚ ਹੀ, ਤਾਂ ਕਿ ਤੁਹਾਨੂੰ ਅੱਗੇ ਜਾ ਕੇ ਵੀ ਆਈਡੀਆ ਸੌਖੇ ਸੋਚਣੇ ਨਹੀਂ ਪੈਣਗੇ ਤੁਹਾਨੂੰ, ਜੇ ਇੰਟਰੋ 'ਚ ਤੁਸੀਂ ਆਈਡੀਆ ਬਣਾ ਲਓਗੇ ਇੰਟਰੋ 'ਚ ਕਰ ਲਓਗੇ। ਸੋ ਇਸ ਤਰੀਕੇ ਦੀ ਤਾਂ ਬਿਲਕੁਲ ਹੀ ਗਲਤ ਆ, ਇਸ ਤਰੀਕੇ ਨਾਲ ਆਪਣੀ ਇੰਟਰੋ ਵਧੀਆ ਰਹੂਗੀ। ਸੋ ਜੇ ਵਧੀਆ ਬੈਂਡ ਲੈਣੇ ਆ ਤਾਂ ਇੰਟਰੋ ਇਸ ਤਰੀਕੇ ਨਾਲ ਲਿਖਣੀ ਸ਼ੁਰੂ ਕਰ ਦਿਓ, ਨਹੀਂ ਤਾਂ ਬੈਂਡ ਨਹੀਂ ਆਉਣਗੇ। ਮੈਂ ਹੁਣੇ ਕਹਿ ਰਿਹਾ ਇੰਟਰੋ ਨੂੰ ਐਵੇਂ ਲਿਖਣਾ ਵਾ, ਐਵੇਂ ਨਹੀਂ ਲਿਖਣਾ, ਬਿਲਕੁਲ ਗਲਤ ਤਰੀਕਾ। ਠੀਕ ਆ, ਹੁਣ ਆਪਾਂ ਇਸ ਤੋਂ ਬਾਅਦ ਆਪਣੇ ਮੂਵ ਕਰਦੇ ਹਾਂ ਆਪਣੀ ਬੀਵੀ ਮਤਲਬ ਬੋਡੀ ਪੈਰਾਗ੍ਰਾਫ ਦੀ ਫੋਰਮੇਸ਼ਨ ਨਾਲ। ਸੋ ਹੁਣ ਗੱਲ ਕਰਾਂਗੇ ਆਪਾਂ ਆਪਣੇ ਬੋਡੀ ਪੈਰਾਗ੍ਰਾਫ ਨੰਬਰ ਫਸਟ ਦੀ, ਵੀ ਬੱਚੇ ਕਿਵੇਂ ਬੋਡੀ ਪੈਰਾਗ੍ਰਾਫ ਸ਼ੁਰੂ ਕਰਦੇ ਆ, ਕਿਵੇਂ ਉਹਨਾਂ ਨੂੰ ਕਰਨਾ ਚਾਹੀਦਾ, ਕੀ ਗਲਤੀਆਂ ਕਰਦੇ ਆ ਇਲੈਬੋਰੇਟ ਕਰਨ ਵੇਲੇ, ਐਕਸਪਲੇਨੇਸ਼ਨ ਕਰਨ ਵੇਲੇ, ਐਗਜ਼ਾਮਪਲ ਵੇਲੇ ਅਤੇ ਆਪਣੇ ਰਿਜ਼ਲਟ ਵੇਲੇ। ਸੋ ਉਹ ਗੱਲਾਂ ਆਪਾਂ ਪੂਰੀਆਂ ਡਿਸਕਸ ਕਰਦੇ ਹਾਂ ਆਪਣੀ ਵੀਡੀਓ ਦੇ ਵਿੱਚ। ਦੇਖੋ ਜ਼ਿਆਦਾਤਰ ਜਿਹੜੇ ਸਟੂਡੈਂਟਸ ਆ, ਮੈਂ ਹਰ ਵਾਰੀ ਕਹਿੰਦਾ ਵੀ ਇੱਧਰ ਵਾਲਾ ਤੁਹਾਨੂੰ ਪਾਰਟ ਪਤਾ ਹੀ ਵੀ ਐਵੇਂ ਨਹੀਂ ਲਿਖਣਾ ਚਾਹੀਦਾ। ਹੁਣ ਇਹਦੇ ਵਿੱਚ ਹਰ ਇੱਕ ਬੱਚਾ ਬਹੁਤ ਜ਼ਿਆਦਾ 80-90% ਬੱਚੇ ਕੀ ਕਰਦੇ ਆ, ਟੂ ਕਮੈਂਟਸ ਵਿਦ, ਟੂ ਬਿਗਿਨ ਵਿਦ, ਐਵੇਂ ਦੇ ਵਰਡਸ ਲਾ ਕੇ ਆਪਣਾ ਐਸੇ ਸ਼ੁਰੂ ਕਰ ਦਿੰਦੇ ਆ। ਠੀਕ ਆ, ਦੈਨ ਕੀ ਕਰ ਦਿੰਦੇ ਆ, ਇੰਪਰੂਵਡ ਪ੍ਰੋਡਕਸ਼ਨ, ਉਹ ਤੋਂ ਬਾਅਦ ਨਾ ਹਾਈ ਵਕੈਬ, ਬਹੁਤ ਜ਼ਿਆਦਾ ਹਾਈ ਵਕੈਬ ਪਾਉਂਦੇ ਆ। ਕਿਵੇਂ ਦੀ ਵਕੈਬ ਤੁਸੀਂ ਦੇਖ ਸਕਦੇ ਹੋ, ਵੀ ਟੂ ਕਮੈਂਟਸ ਵਿਦ ਤੋਂ ਸ਼ੁਰੂ ਕਰਤਾ, ਇੰਪਰੂਵਡ ਪ੍ਰੋਡਕਸ਼ਨ ਐਂਡ ਇਨਹੈਂਸਡ ਸਰਵਿਸਿਜ ਬਾਏ ਟੈਕਨੋਲੋਜੀ, ਅਪਲਿਫਟਮੈਂਟ ਆਫ ਸਟੇਟ ਵਾਇਆ ਟ੍ਰੇਨਡ ਮੈਨ ਪਾਵਰ, MNC ਪ੍ਰੋਵਾਈਡ ਮਾਈਨੋਰਟੀ ਰਿਵਾਰਡਸ ਫੋਰ ਦਾ ਲੋਕਲ ਕਮਿਊਨਿਟੀਜ਼। ਹੁਣ ਇੱਕ ਨੋਰਮਲ ਬੱਚਾ ਐਵੇਂ ਦੀ ਚੀਜ਼ ਪੜ੍ਹੂ ਬਣਾਉਣ ਲੱਗੋ, ਯਾਰ ਕਿੱਡੀ ਤਗੜੀ ਇੰਗਲਿਸ਼ ਲਿਖੀ ਆ, ਬੜੀ ਵਧੀਆ ਇੰਗਲਿਸ਼ ਲਿਖੀ ਆ, ਟੂ ਕਮੈਂਟਸ ਵਿਦ ਤੋਂ ਸ਼ੁਰੂ ਕੀਤਾ, ਵਕੈਬ ਕਿੰਨੀ ਅੱਛੀ ਪਾਈ, ਅਪਲਿਫਟਮੈਂਟ ਪਾਇਆ, ਮੈਨ ਪਾਵਰ ਪਾਇਆ, ਮਾਈਨੋਰਟੀ ਪਾਇਆ, ਮਲਟੀਪਲ ਨੈਸ਼ਨਲ ਕੰਪਨੀ ਨੂੰ MNC ਲਿਖਤਾ, ਵੀ ਬੜੀ ਵਧੀਆ ਵਕੈਬ ਆ, ਅਤੇ ਇਹਨੇ ਐਵੇਂ ਦੱਸ ਵੀ ਦਿੱਤਾ ਇਹਦੇ ਨਾਲ ਕੀ ਹੁੰਦਾ ਲੋਕਾਂ ਨੂੰ ਕੀ ਮਿਲਦਾ ਵਾ, ਰੋਜ਼ਗਾਰ ਮਿਲਦਾ, ਹੈ ਨਾ, ਮੈਨ ਪਾਵਰ, ਅਪਲਿਫਟਮੈਂਟ ਕੀ ਕਰਦੇ ਆ ਸਟੇਟ ਨੂੰ, ਮਤਲਬ ਸਟੇਟ ਨੂੰ ਉਹਦਾ ਫਾਇਦਾ ਹੁੰਦਾ ਵੀ ਕਿੰਨੀ ਵਧੀਆ ਤਰੀਕੇ ਨਾਲ ਵਕੈਬ ਪਾਈ ਆ। ਬਟ ਯਾਰ ਇਹ ਤਰੀਕਾ ਬਿਲਕੁਲ ਗਲਤ ਆ, ਇੱਕ ਨੋਰਮਲ ਬੰਦਾ ਕੋਈ ਵੀ ਇਹ ਪੜ੍ਹੂ ਬਣਾ ਉਹਨੂੰ ਸਮਝ ਨਹੀਂ ਲੱਗਣੀ, ਰਾਈਟਿੰਗ ਕੀ ਆ, ਈਜ਼ੀ ਟੂ ਅੰਡਰਸਟੈਂਡ। ਜੇ ਤੁਹਾਡਾ ਆਈਡੀਆ ਅਗਲੇ ਨੂੰ ਅੱਛੇ ਤਰੀਕੇ ਨਾਲ ਸਮਝ ਆ ਗਿਆ ਫਿਰ ਤੁਹਾਡੀ ਰਾਈਟਿੰਗ ਮੰਨੀ ਜਾਊਗੀ, ਜੇ ਐਵੇਂ ਦੀਆਂ ਚੀਜ਼ਾਂ ਵਕੈਬ ਪਾਓਗੇ, ਕੰਪਲੈਕਸ ਕਰ ਦੋਗੇ, ਤੁਹਾਡੀ ਵਕੈਬ ਨਹੀਂ ਮੰਨੀ ਜਾਣੀ, ਤਾਂ ਸਾਰਿਆਂ ਨਾਲ ਪਹਿਲਾਂ ਵੱਡੀ ਗਲਤੀ ਹੁੰਦੀ ਆ, ਟੂ ਕਮੈਂਟਸ ਵਿੱਚ ਤੋਂ ਸ਼ੁਰੂ ਕਰਨਾ ਸਾਰਿਆਂ ਨਾਲ ਵੱਡੀ ਗਲਤੀ। ਦੈਨ ਐਵੇਂ ਦੇ ਵਰਡਸ ਲਾ ਕੇ ਲਿਖਣਾ ਅੱਗੇ, ਵਟ ਇਜ਼ ਮੋਰ, ਨਵਾਂ ਕਨੈਕਟਰ, MNC ਨੋਟ ਓਨਲੀ ਇੰਪਲੋਏ ਦਾ ਲੋਕਲ ਟੈਲੈਂਟ ਬਟ ਆਲਸੋ ਪ੍ਰੋਵਾਈਡ ਦਾ ਚਾਂਸ ਟੂ ਦਾ ਫਲਰਿਸ਼ ਸੈਵਰਲ ਐਸੋਸੀਏਟ ਸਟੇਟਡ ਓਨਡ ਕੰਪਨੀਜ਼। ਹੁਣ ਆ ਫਿਰ ਉਹ ਕੈਬ ਆ ਗਈ ਬਹੁਤ ਤਗੜੀ, ਬੜੀ ਵਧੀਆ ਵਕੈਬ ਪਾਈ ਆ। ਇਹ ਟੈਂਪਲੇਟਸ ਜਿਹੜੇ ਹੁੰਦੇ ਉਹ ਐਸੇ ਚੀਜ਼ਾਂ ਦੇ ਬੇਸਡ ਹੁੰਦੇ ਆ, ਬੜੀ ਵਕੈਬ, ਹਾਈ ਵਕੈਬ, ਨਵੇਂ ਨਵੇਂ ਵਰਡਸ, ਨਵੇਂ ਨਵੇਂ ਕਨੈਕਟਰਸ, ਜਿਹਦੇ ਨਾਲ ਐਸੇ ਓਵਰ ਕੰਪਲੈਕਸ ਹੋ ਜਾਂਦਾ, ਨਹੀਂ ਸਮਝ ਆਉਂਦਾ ਐਗਜ਼ਾਮਿਨਰ ਨੂੰ। ਠੀਕ ਆ, ਦੈਨ ਸੱਚ ਐਸ ਇਗਜ਼ਾਮਪਲ ਪਾਤੇ, ਮੋਬਾਈਲ ਫੋਨ ਔਰ ਏ ਕਾਰ ਕੰਪਨੀ ਬਾਏ ਅਸੈਸਰੀਜ ਐਂਡ ਸਪੇਅਰ ਪਾਰਟ ਫਰੋਮ ਅ ਲੋਕਲ ਵੈਂਡਰ, ਦਸ ਦੈਨ ਪੋਜ਼ਿਟਿਵ ਸਾਈਡ ਕੀ ਹੈ ਇਹਦੀ, ਇਹ ਬੂਸਟ ਕੀ ਕਰਦੀ ਆ, ਲੋਕਲ ਇਕੋਨਮੀ ਨੂੰ ਬੂਸਟ ਕਰਦੀ ਆ। ਬਟ ਇਨ ਬਹੁਤ ਸਾਰੇ ਬੱਚੇ ਇਹਦੇ 'ਚ ਇੱਕ ਚੀਜ਼ ਮੈਂ ਇਹ ਵੀ ਲਿਖਣੀ ਸੀ ਕਿ ਬੱਚੇ ਨਾ ਸਰਵੇ ਦਾ ਇਗਜ਼ਾਮਪਲ ਬਹੁਤ ਪਾਉਂਦੇ ਆ, ਵੀ ਇੰਨੇ ਪਰਸੈਂਟ ਸਰਵੇ ਅਕੋਰਡਿੰਗ ਟੂ BBC ਨਿਊਜ਼, ਅਕੋਰਡਿੰਗ ਟੂ ਨਿਊਜ਼ ਪੇਪਰ, ਉਹ ਬਿਲਕੁਲ ਗਲਤ ਆ। ਅਤੇ ਇਹਦੇ ਵਿੱਚ ਹੁਣ ਕੀ ਆ, ਮੇਨ ਚੀਜ਼ ਮੈਂ ਇਹ ਦਿਖਾਉਣ ਦੀ ਟਰਾਈ ਕੀਤੀ ਆ ਵੀ ਵਕੈਬ ਨਾਲ ਤੁਹਾਨੂੰ ਐਸੇ ਸਮਝ ਨਹੀਂ ਆਉਣਾ ਐਗਜ਼ਾਮਿਨਰ ਨੂੰ, ਨਾ ਹੀ ਉਹ ਤੁਹਾਡੇ ਵਾਸਤੇ ਹੈਲਪਫੁੱਲ ਆ। ਸੋ ਇਹ ਚੀਜ਼ ਤੁਹਾਡੀ ਇੱਥੇ ਵੀ ਕੰਮ ਨਹੀਂ ਆਉਣੀ ਜੇ ਤੁਸੀਂ ਐਵੇਂ ਲਿਖ ਕੇ ਆਉਂਗੇ। ਲਿਖਣਾ ਕਿਵੇਂ ਆ, ਦੇਖੋ ਸਿੱਧਾ ਡਾਇਰੈਕਟ ਪੁਆਇੰਟ ਤੋਂ ਸ਼ੁਰੂ ਕਰੋ, ਐਡਵਾਂਟੇਜ ਦਾ BPC ਸਿੱਧਾ ਲਿਖੋ, ਦਾ ਮੇਨ ਐਡਵਾਂਟੇਜ ਆਫ ਦੀਜ ਟਾਈਪਸ ਆਫ ਕੰਪਨੀਜ਼, ਸਿੰਪਲੀ ਵੀ ਮੇਨ ਐਡਵਾਂਟੇਜ ਕੀ ਹੈ ਇਸ ਟਾਈਪ ਦੀ ਕੰਪਨੀ ਦੀ, ਇਜ਼ ਇਕਨੋਮਿਕ ਪ੍ਰੋਗਰੈਸ। ਇਹਦੇ ਨਾਲ ਕੀ ਹੁੰਦੀ ਆ, ਇਕੋਨਮੀ ਦੀ ਪ੍ਰੋਗਰੈਸ ਹੁੰਦੀ ਆ ਕੰਟਰੀ ਵਾਸਤੇ। ਸਿੱਧੀ ਲਾਈਨ ਅਗਲੇ ਨੂੰ ਸਮਝ ਲੱਗੂਗਾ, ਹਾਂ ਵਾਕਈ। ਹੁਣ ਤੁਸੀਂ ਡਿਫਰੈਂਸ ਸਮਝੋ, ਇੱਕ BP ਐਵੇਂ ਸਟਾਰਟ ਕੀਤਾ, ਇੰਪਰੂਵਡ ਪ੍ਰੋਡਕਸ਼ਨ ਇਨਾਂਸ, ਕੁਝ ਨਹੀਂ ਪਤਾ ਲੱਗ ਰਿਹਾ ਅਗਲੇ ਨੂੰ, ਬਟ ਇਹਦੇ ਤੋਂ ਪੂਰਾ ਕੰਪਲੀਟ ਪਤਾ ਲੱਗ ਰਿਹਾ ਹਾਂ ਵੀ ਕੀ ਲਿਖਣ ਜਾ ਰਿਹਾ ਅੱਗੇ ਬੱਚਾ, ਵੀ ਇਕੋਨਮਿਕ ਪ੍ਰੋਗਰੈਸ ਦੀ ਗੱਲ ਕਰਨ ਜਾ ਰਿਹਾ। ਹੁਣ ਮੈਂ ਐਕਸਪਲੇਨ ਕਰੂੰਗਾ, ਐਕਸਪਲੇਨ ਕਰਨ ਲਈ ਮੈਂ ਕੋਈ ਟੂ ਐਕਸਪਲੇਨ ਟੂ ਐਕਸਪਲੀਕੇਟ ਕੁਛ ਨਹੀਂ ਲਾਇਆ, ਲਿਖਿਆ ਦਿਸ ਇਜ਼ ਟੂ ਸੇ ਡੈਟ। ਇਹਦਾ ਮਤਲਬ ਇਹ ਆ, ਇਫ ਦੇਖੋ ਇਫ ਵਾਲੇ ਸੈਂਟੈਂਸ ਯੂਜ਼ ਕਰਿਆ ਕਰੋ ਜ਼ਿਆਦਾਤਰ, ਬਹੁਤ ਵਧੀਆ ਤਰੀਕੇ ਨਾਲ ਯੂਜ਼ ਹੁੰਦੇ ਆ, ਤਾਂ ਬੜੇ ਵਧੀਆ ਮਤਲਬ ਕੰਡੀਸ਼ਨਲ ਸੈਂਟੈਂਸ ਜਿਹਨੂੰ ਬੋਲਦੇ ਆ,
ਬਹੁਤ ਵਧੀਆ ਲੈਬੋਰੇਟਰੀ ਹੁੰਦੀ ਹੈ ਕਿ ਐਵੇਂ ਇਫ ਮਲਟੀਨੈਸ਼ਨਲ ਆਰਗੇਨਾਈਜੇਸ਼ਨਸ ਆਪਰੇਟ ਇਨ ਲੈਸ ਡਿਵੈਲਪਡ ਨੇਸ਼ਨ, ਮਤਲਬ ਜੇ ਮਲਟੀਨੈਸ਼ਨਲ ਕੰਪਨੀਜ਼ ਆ ਉਹ ਲੈਸ ਡਿਵੈਲਪਡ ਨੇਸ਼ਨਸ ਦਾ ਮਤਲਬ ਆ ਵੀ ਆਪਣੇ ਸਟਰਗਲਿੰਗ ਨੇਸ਼ਨਸ ਜਿਹਦੀ ਗੱਲ ਹੋਈ ਆ ਉਹਨਾਂ ਦੇ ਵਿੱਚ ਆਉਣਗੀਆਂ। ਦਿਸ ਕੈਨ ਬ੍ਰਿੰਗ ਵੈਲਥ ਵਿਚ ਬੂਸਟ ਦਾ ਇੰਡਸਟਰੀਜ਼। ਇਹਦੇ ਨਾਲ ਕੀ ਹੋਊਗਾ, ਵੈਲਥ ਮਤਲਬ ਮਨੀ ਆਊਗੀ। ਓਬੀਅਸ ਆ ਵੀ ਜੇ ਮਲਟੀਨੈਸ਼ਨਲ ਕੰਪਨੀ ਇੱਕ ਸਟੇਟ ਦੇ ਵਿੱਚ ਆਉਣਗੀਆਂ ਤਾਂ ਉੱਥੇ ਮਨੀ ਆਊਗੀ ਹੀ ਆਊਗੀ, ਠੀਕ ਆ। ਵਿਚ ਬੂਸਟ ਦਾ ਇੰਡਸਟਰੀਜ਼ ਟ੍ਰੇਡ ਐਂਡ ਅਦਰ ਐਸਪੈਕਟ ਆਫ ਇਕੋਨਮੀ, ਤੇ ਜਿਹਦੇ ਨਾਲ ਬਹੁਤ ਜ਼ਿਆਦਾ ਬਿਜ਼ਨਸ ਵਧੂਗਾ, ਬਹੁਤ ਜ਼ਿਆਦਾ ਚੀਜ਼ਾਂ ਟ੍ਰੇਡ ਵਧੂਗਾ, ਇੰਡਸਟਰੀਜ਼ ਨੂੰ ਇੱਕ ਬੂਸਟ ਮਿਲੂਗਾ। ਸਿੱਧੀ ਗੱਲ ਸਮਝ ਆਈ ਆ, ਜੇ ਆਉਣਗੀਆਂ ਉਹਦੇ ਨਾਲ ਲੈਸ ਡਿਵੈਲਪਡ ਨੇਸ਼ਨ ਆ ਉਹਦੀ ਡਿਵੈਲਪਮੈਂਟ ਹੋਊਗੀ ਕਿਉਂਕਿ ਉੱਥੇ ਬਿਜ਼ਨਸ ਆਊਗਾ, ਉੱਥੇ ਟ੍ਰੇਡ ਆਊਗਾ ਕਿਉਂਕਿ ਉਹਨਾਂ ਦੀ ਇਕੋਨਮੀ ਵਧੂਗੀ, ਠੀਕ ਆ। ਦੂਸਰਾ ਮੈਂ ਜੋਬ ਇੰਪਲੋਇਮੈਂਟ ਪਾਇਆ ਸੀ, ਮੋਰ ਓਵਰ ਲਾ ਕੇ ਦੂਜਾ ਕਨੈਕਟਰ ਲਾਇਆ, ਜੋਬ ਮੋਰ ਜੋਬਸ ਵਿਲ ਬੀ ਅਵੇਲੇਬਲ ਫੋਰ ਦਾ ਲੋਕਲ ਪੀਪਲ। ਨੋਰਮਲ ਗੱਲ, ਕੋਈ ਇੱਧਰ ਉੱਧਰ ਦੀ ਗੱਲ ਨਹੀਂ, ਮੈਂ ਸਿੱਧਾ ਲਿਖਿਆ। ਇਵੇਂ ਦੀ ਚੀਜ਼ ਹਰ ਇੱਕ ਬੱਚਾ ਲਿਖ ਸਕਦਾ, ਜਿਹੜਾ ਬੱਚੇ ਦਾ ਲੈਵਲ ਵੀ ਬੇਸਿਕ ਆ ਨਾ ਜਿਹੜਾ ਕਹਿੰਦਾ ਉਹ ਵੀ ਲਿਖ ਸਕਦਾ, ਇੰਨੀ ਚੀਜ਼ ਤਾਂ ਲਿਖ ਹੀ ਸਕਦਾ, ਮੋਰ ਜੋਬਸ ਵਿਲ ਬੀ ਅਵੇਲੇਬਲ ਫੋਰ ਦਾ ਲੋਕਲ, ਠੀਕ ਆ। ਹੁਣ ਕਿਵੇਂ, ਦਿਸ ਇਜ਼ ਬਿਕੋਜ਼ ਕਿਵੇਂ, ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿਹੜੀਆਂ ਉੱਥੇ ਕੰਪਨੀਜ਼ ਹੋਣਗੀਆਂ ਉਹਨਾਂ ਦੇ ਵਿੱਚ ਵਰਕਰਸ ਦੀ ਜ਼ਰੂਰਤ ਆ, ਉਹੀ ਚੀਜ਼ ਲਿਖਣੀ ਆ। ਦਿਸ ਇਜ਼ ਬਿਕੋਜ਼ ਮੋਰ ਵਰਕਰਸ ਐਂਡ ਮੈਨੇਜਰਸ ਆਰ ਨੀਡਿਡ ਟੂ ਵਰਕ ਫੋਰ ਦੀਜ਼ ਕੰਪਨੀਜ਼ ਵਿਚ ਕੈਨ ਬੀ ਏ ਗੁੱਡ ਓਪਰਚੁਨਿਟੀ ਫੋਰ ਲੋਕਲ ਟੂ ਫਾਈਂਡ ਏ ਜੋਬ। ਸਿੱਧਾ ਤਾਂ ਸਿੰਪਲ, ਮੈਨੇਜਰ ਦੀ ਜ਼ਰੂਰਤ ਆ, ਵਰਕਰਸ ਦੀ ਜ਼ਰੂਰਤ ਆ, ਲੋਕਲਸ ਵਾਸਤੇ ਬਹੁਤ ਜ਼ਿਆਦਾ ਜੋਬ ਓਪਰਚੁਨਿਟੀਆਂ ਆ ਗਈਆਂ। ਇਗਜ਼ਾਮਪਲ ਦੇ ਤੌਰ 'ਤੇ, ਆਫਟਰ ਦਾ ਓਪਨਿੰਗ ਏ ਬ੍ਰਾਂਚ ਆਫ ਐਪਲ ਕੰਪਨੀ ਇਨ ਦੁਬਈ, ਮੈਨੀ ਲੋਕਲ ਗ੍ਰੈਜੂਏਟਸ ਵਰ ਥ੍ਰਿਲਡ ਬਾਈ ਦਾ ਗੁੱਡ ਨਿਊਜ਼ ਆਫ ਬੀਂਗ ਅਸੈਪਟਡ ਟੂ ਵਰਕ ਅੰਡਰ ਦਿਸ ਕੰਪਨੀ। ਵੀ ਬਹੁਤ ਸਾਰੇ ਬੱਚੇ ਜਿਹੜੇ ਜੋ ਵੀ ਗ੍ਰੈਜੂਏਟ ਕੀਤੀ ਸੀ ਉਹ ਖੁਸ਼ ਹੋ ਗਏ ਵੀ ਉਹਨਾਂ ਨੂੰ ਮੌਕਾ ਮਿਲੂਗਾ ਐਪਲ ਵਰਗੀ ਕੰਪਨੀ ਨਾਲ ਕੰਮ ਕਰਨ ਦਾ। ਸੋ ਨੋਰਮਲ ਗੱਲ, ਨੋਰਮਲ ਇਗਜ਼ਾਮਪਲ, ਇੱਕ ਵੀ ਵੋਕੈਬ ਯੂਜ਼ ਨਹੀਂ, ਇੱਕ ਵੀ ਚੀਜ਼ ਕੋਈ ਐਵੇਂ ਦੀ ਨਹੀਂ, ਬਟ ਮੇਨ ਗੱਲ ਕੀ ਆ, ਸਮਝ ਆ ਰਿਹਾ ਵਾ, ਬੜੇ ਅੱਛੇ ਤਰੀਕੇ ਨਾਲ ਸਮਝ ਆ ਰਿਹਾ। ਐਵੇਂ ਐਸੇ ਲਿਖੋਗੇ ਤਾਂ 100% ਸ਼ੋਰਟੀ ਆ, ਵਧੀਆ ਜਾਊਗਾ, ਵਧੀਆ ਬੈਂਡ ਆਉਣਗੇ, ਅੱਛੇ ਤਰੀਕੇ ਨਾਲ ਜਾਊਗਾ। ਓਕੇ, ਸੋ ਐਵੇਂ ਲਿਖ ਕੇ ਆਉਣਾ ਵਾ, ਸਹੀ ਤਰੀਕਾ ਇਹ ਆ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਤੁਹਾਡੇ ਵਾਸਤੇ ਇੱਕ ਕੰਮ ਆ, ਐਡਵਾਂਟੇਜ ਦਾ ਬੀਪੀ ਮੈਂ ਬਣਾਤਾ, ਡਿਸਐਡਵਾਂਟੇਜ ਦਾ ਬੀਪੀ ਤੁਸੀਂ ਬਣਾਉਣਾ। ਓਕੇ, ਤੁਸੀਂ ਟਰਾਈ ਕਰਨਾ ਵਾ ਇਸ ਵੇ ਨਾਲ, ਅਤੇ ਉਹ ਤੁਸੀਂ ਚਾਹੇ ਮੈਨੂੰ ਕਮੈਂਟ ਦੇ ਵਿੱਚ ਟਾਈਪ ਕਰਕੇ ਭੇਜ ਦਿਉ, ਚਾਹੇ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਵਾਂ ਆਪਣਾ ਨੰਬਰ ਜਿਹੜੇ ਚੱਲਦੇ ਆ ਉਹਦੇ ਉੱਤੇ, ਚਾਹੇ ਤੁਸੀਂ ਵਟਸਐਪ ਕਰ ਦਿਓ ਦਿਸ ਨੰਬਰ, ਤੁਸੀਂ ਕਰ ਸਕਦੇ ਹੋ, ਮੈਂ ਦੱਸੂਗਾ ਤੁਹਾਨੂੰ। ਓਕੇ, ਚਾਹੇ ਤੁਸੀਂ ਕਮੈਂਟ ਦੇ ਵਿੱਚ ਟਾਈਪ ਕਰਕੇ, ਡਿਸਐਡਵਾਂਟੇਜ ਦਾ ਬੀਪੀ ਪਰ ਬਣਾਉਣਾ ਇਸ ਚੀਜ਼ ਦਾ, ਕੋਈ ਵਕੈਬ ਨਹੀਂ, ਕੋਈ ਕੁਛ ਨਹੀਂ, ਠੀਕ ਆ। ਬਾਕੀ ਇਨਫੋਰਮੇਸ਼ਨ ਦੇ ਤੌਰ 'ਤੇ ਇੱਕ ਹੋਰ ਦੇਣਾ, ਜੇ ਕਿਸੇ ਬੱਚੇ ਨੇ ਆਪਣੀ ਔਨਲਾਈਨ ਕਲਾਸਾਂ ਰਨਿੰਗ 'ਚ ਨੇ, ਜੇ ਕਿਸੇ ਵੀ ਬੱਚੇ ਨੇ ਜੁਆਇਨ ਕਰਨਾ ਹੋਵੇ ਬੈਚ, ਨਵੇਂ ਬੈਚ ਸਾਡੇ ਸ਼ੁਰੂ ਹੁੰਦੇ ਹੀ ਰਹਿੰਦੇ ਆ, ਇੱਕ ਤਾਂ ਇਹ ਨੰਬਰ ਆ, ਇੱਕ ਸਾਡਾ ਨੰਬਰ ਹੈਗਾ ਦਿਸ ਵਨ। ਤੁਸੀਂ ਇਹਨਾਂ ਦੇ ਦੋਨਾਂ 'ਚੋਂ ਕਿਸੇ ਵੀ ਨੰਬਰ 'ਤੇ ਸਾਨੂੰ ਵਟਸਐਪ ਕਰੋ, 8168321696946714681228225। ਕਨਕਲੂਜ਼ਨ ਵੀ ਕਰਾਊਂਗਾ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਤੁਹਾਨੂੰ ਦੇ ਦੇਵਾਂ। ਇਹਨਾਂ 'ਤੇ ਤੁਸੀਂ ਵਟਸਐਪ ਕਰੋਗੇ, ਤੁਹਾਨੂੰ ਫੀ ਦਾ, ਟਾਈਮਿੰਗ ਦਾ ਸਾਰਾ ਸਟਰਕਚਰ ਅਸੀਂ ਦੱਸ ਦਾਂਗੇ। ਮੈਂ ਜਿਹੜਾ ਐਸੇ ਆ ਐਸੇ ਤਰੀਕੇ ਨਾਲ ਹੀ ਆਪਣੀ ਔਨਲਾਈਨ ਕਲਾਸ ਦੇ ਵਿੱਚ ਬਹੁਤ ਸੈਂਪਲਸ ਆ, 100+ ਸੈਂਪਲਸ ਨੇ ਇਸ ਤਰੀਕੇ ਦੇ, ਹਰ ਇੱਕ ਟਾਈਪ ਦੇ, ਏ ਅਲੱਗ, ਟਾਸਕ 1 ਅਲੱਗ, 100 ਹੀ ਟਾਸਕ 1 ਦੇ ਨੇ, ਠੀਕ ਆ। ਹਰ ਇੱਕ ਐਸੇ ਆਪਣੀ ਔਨਲਾਈਨ ਕਲਾਸ ਦੇ ਵਿੱਚ ਅਸੀਂ ਕਰਾਉਂਦੇ ਹਾਂ ਡਿਟੇਲ ਦੇ ਵਿੱਚ, ਅਤੇ ਇਸ ਤਰੀਕੇ ਦੇ, ਨਾ ਕਿ ਇਸ ਤਰੀਕੇ ਦੇ। ਸੋ ਤੁਹਾਨੂੰ ਡਿਫਰੈਂਸ ਤਾਂ ਪਤਾ ਚੱਲ ਹੀ ਗਿਆ ਹੋਣਾ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਪਣੇ ਰਹਿ ਗਿਆ ਕਨਕਲੂਜ਼ਨ ਦਾ, ਠੀਕ ਆ। ਦੇਖੋ ਬੱਚੇ ਜਿਹੜੇ ਸੀਰੀਅਸ ਨੇ ਉਹ ਤਾਂ ਡਿਸਐਡਵਾਂਟੇਜ ਵਾਲਾ ਐਸੇ ਬਣਾ ਲੈਣਗੇ ਜਿਹੜਾ ਬੀਪੀ ਰਹਿ ਗਿਆ, ਜਿਹੜੇ ਨਹੀਂ ਹੈਗੇ ਬਸ ਫਿਰ ਉਹਨਾਂ ਦਾ ਕੋਈ ਹੱਲ ਨਹੀਂ ਗਾ, ਤੁਸੀਂ ਆਪਣਾ ਜਿਵੇਂ ਮਰਜ਼ੀ ਕਰੋ। ਬਟ ਜਿਹੜੇ ਬੱਚੇ ਸੀਰੀਅਸ ਨੇ ਉਹ ਡਿਸਐਡਵਾਂਟੇਜ ਵਾਲਾ ਜ਼ਰੂਰ ਬਣਾਓ, ਅਤੇ ਲਿਖ ਕੇ ਦੇਖੋ ਅਤੇ ਮੈਨੂੰ ਸੈਂਡ ਕਰੋ, ਮੈਂ ਸਾਰਿਆਂ ਦੀ ਗਲਤੀ ਦੱਸੂੰਗਾ, ਠੀਕ ਆ। ਬਾਕੀ ਹੁਣ ਗੱਲ ਕਰਦੇ ਹਾਂ ਆਪਣੇ ਨੈਕਸਟ ਜਿਹੜਾ ਕਨਕਲੂਜ਼ਨ ਦੇ ਵਿੱਚ। ਬਹੁਤ ਸਾਰੇ ਬੱਚਿਆਂ ਨੇ ਨਾ ਇੱਕ ਆਪਣਾ ਇੱਕ ਵਰਡ ਬਣਾਇਆ ਨਟਸ਼ੈਲ, ਵੀ ਟੂ ਪੁੱਟ ਇਟ ਇਨ ਨਟਸ਼ੈਲ, ਠੀਕ ਆ। ਦੇਖੋ ਇਹ ਵਰਡ ਜਿਵੇਂ ਟੂ ਕਮੈਂਸ ਪ੍ਰੋਜ਼ ਐਂਡ ਕੌਨ ਐਗਜ਼ਿਸਟ ਨਹੀਂ ਕਰਦਾ, ਉਵੇਂ ਹੀ ਆ ਨਟਸ਼ੈਲ ਤੁਹਾਡਾ ਵਰਡ ਐਗਜ਼ਿਸਟ ਨਹੀਂ ਕਰਦਾ, ਇਹ ਨਹੀਂ ਲਾਉਣਾ ਬੱਚਿਆਂ ਨੇ ਨਾ। ਹੁਣ ਬਹੁਤ ਸਾਰੇ ਬੱਚੇ ਐਵੇਂ, ਉਹਨਾਂ ਨੇ ਇੱਕੋ ਹੀ ਤਰੀਕਾ ਅਪਣਾਇਆ ਵੀ ਉਵੇਂ ਹੀ ਕਨਕਲੂਜ਼ਨ ਲਿਖਣਾ, 2-4 ਲਾਈਨਾਂ ਉਹ ਫਿੱਟ ਕਰ ਦੇਣੀਆਂ, ਅਤੇ ਵਿਦਾਊਟ ਐਨੀ ਫੁੱਲ ਸਟੋਪ, ਨਾ ਕੋਈ ਕਨੈਕਟਰ ਲਾਉਣਾ, ਸਿੱਧਾ ਸਿੱਧਾ ਕਨਕਲੂਜ਼ਨ ਖਤਮ ਕਰ ਦੇਣਾ। ਉਹ ਕੈਪ ਤਾਂ ਫਿਰ ਪਾਉਂਦੇ ਜਿਹੜੇ ਪਾਉਂਦੇ ਹੀ ਆ, ਜਿਵੇਂ ਟੈਂਪਲੇਟ, ਜਿਵੇਂ ਇਹਦੇ ਵਿੱਚ ਲਿਖਿਆ MNC ਪ੍ਰੀਵਲੈਂਸ ਇਨ ਅੰਡਰ ਡਿਵੈਲਪ ਨੇਸ਼ਨ 'ਚ, ਉਹਨਾਂ ਦਾ ਕੀ ਹੋਇਆ ਵਾ ਜਦੋਂ ਪ੍ਰਚਲਿਤ ਹੋਈਆਂ, ਜਿਵੇਂ ਪ੍ਰੋਡਕਸ਼ਨ ਅਤੇ ਸਰਵਿਸ ਸੈਕਟਰ ਨੂੰ ਉਹਨਾਂ ਨੇ ਇਨਹੈਂਸ ਕਰਤਾ, ਦੈਨ ਉਹਨਾਂ ਨੇ ਕੀ ਕੀਤਾ, ਗਰੋਥ ਨੂੰ ਰੋਕਤਾ ਕਿਹਨਾਂ ਦੀ, ਲੋਕਲ ਬਿਜ਼ਨਸ ਦੀ, ਠੀਕ ਆ। ਅਤੇ ਇਸੇ ਤਰੀਕੇ ਨਾਲ ਉਹਨਾਂ ਨੇ ਕੀ ਕੀਤਾ, ਐਕਸਪੈਂਸ਼ਨ ਆਫ MC ਇਨ ਕੰਟਰੀ ਇਕੁਅਲੀ ਵੈਰੰਟ ਦਾ ਰੈਗੂਲਰ
रेगुलेटरी इंटरवेंशन तो एवें दी वकैब यूज की एवें दी चीज़ां उन्होंने ना रट्टा जिहा मारिया होया। देखो एवें नहीं लिखना नहीं लिखना, मैं तो हमेशा तो ही कहना वा लिखना कैवें आ सिंपल तो सीधा। एडवांटेज सी ते डिसएडवांटेज सी दोनों नू हाईलाइट कर दो, आ एडवांटेज आ डिसएडवांटेज आ। देखो इन कंक्लूजन या फिर टू कंक्लूड, दो वर्ड्स तो ही शुरू करनी है कंक्लूजन, ऑल दो तो मैं हमेशा अपना कंक्लूजन शुरू करना। एडवांटेज ऑफ पॉपुलैरिटी ऑफ मल्टीनेशनल ऑर्गेनाइजेशन इन डेवलपिंग कंट्री आर, एक तो की एडवांटेज है इकनोमिक ग्रोथ, एंड सैकेंड इज इंप्रूवमेंट इन जॉब मार्केट, इंप्लॉयमेंट मिलती है। दैन नन द लैस डाउन साइड की आ, ड्रॉप इन एवरेज सैलिंग ऑफ प्रोडक्ट एंड क्लोजर ऑफ सम स्मॉल बिजनेस, दोनों चीज़ों हाईलाइट करता, आ एडवांटेज ने आ डिसएडवांटेज ने, बस गल मुकी। ओल तो स्टार्ट किया जी, आ नन द लैस विच कनैक्टर पाता, आ पॉजिटिव आ नैगेटिव आ कोई भी ऐसे आऊगा, एवें ही कंकलूजन एवें ही लिखोंगे, इन्ना ही इंप्रेसिव जाऊगा, एटलीस्ट अगले को समझ ना लगे। इस तरीके के कंकलूजन के इस तरीके के ऐसे थोड़ा मिलने 5.5 बैंड 100% श्योरिटी है, इस तरीके लिख के आऊँगा जी, हर एक चीज़ एवं लिखती 7+ मिनट जाएंगे। ठीक है, मैं हमेशा कहना वा आही चीज़ा असं अपने बच्चों को कराने अपने ऑनलाइन कोर्स के 100+ अपने को एवें सैंपल्स तैयार किए हुए पे आ, टास्क 1 टास्क 2 के जेडे असी उन्होंने प्रोवाइड कराने, प्रोवाइड नहीं करवाई दे, सिर्फ क्लास के कराई दे, जे कोई बच्चा PDF वगैरह वा वो नहीं असी करवाते, ना ही असी करवाई दे प्रोवाइड वो चीज़, बट असी क्लास के जो करवाने उदों करवाने बस। ठीक है, सो इस तरीके दियाँ आप ऐसे लिख के आना वा जे तुसी कहने हो साड़ी राइटिंग वधिया जाए। ठीक है, तो अपना अज का टॉपिक की आ टास्क 2 का जो नैक्सट टाइप आ, डू एडवांटेजेस आउटवे डिसएडवांटेजेस। बड़े जवाकों को बहुत प्रॉब्लम आनी है, कोई चक्कर नहीं, साडे नाल जुड़े रहो, सारिया प्रॉब्लम्स दूर करांगे। ठीक है, सारे नाल पहला आप देखते हैं टॉपिक तो फिर करांगे उहदी प्लैनिंग, प्लैनिंग बहुत जरूरी आ प्लैनिंग देखते हैं कैवें हर एक चीज़। IDP ते ब्रिटिश काउंसिल दी इंस्ट्रक्शंस ते अपने बैंड डिस्क्रिप्टर अकॉर्डिंग होगा, देखी चलियो। रिसर्च एक्टिविटीज शोज एन इनक्रीजिंग नंबर ऑफ बिजनेस मीटिंग्स एंड ट्रेनिंग्स टेकिंग प्लेस ऑनलाइन, कहिंदे भी रिसर्च की शो कर रहे हैं भी अजकल बहुत सारिया जिहड़ियां मीटिंग्स ने, ज़्यादातर मीटिंग्स जिहड़ियां बिजनेस मीटिंग्स ते ट्रेनिंग्स ने वो ऑनलाइन टेक प्लेस हो रही हैं। डू एडवांटेजेस ऑफ दिस ट्रेंड आउटवे डिसएडवांटेजेस, तुहानू की लगता भी जिहड़ा ये ट्रेंड चलिया ये डेवलपमेंट हुई है ये एडवांटेजेस ज़्यादा ने डिसएडवांटेजेस तो या नहीं? ठीक है, ये थोड़ा ओपीनियन आ, तुसी भावें ज़्यादा लिखो चाहे घट लिखो तुहाडा ओपीनियन, बट उस तो भी पहला थोनू ये चीज़ देखनी पऊगी भी साढ़े को कुछ पॉइंट्स ने। पॉइंट्स के नाल जिहड़ी चीज़ मेन जरूरी है, पॉइंट्स तो ठीक आ आ गए आपां नूं, पर पॉइंट्स के नाल ये भी जरूरी आ भी तुसी वो पॉइंट नूं एक्सप्लेन कर पो रहे हो या नहीं, ये चीज़ भी प्लैनिंग सोचनी पऊगी। पॉइंट सोच लिया नाल उहदी एक्सप्लेनेशन भी सोचनी पऊगी, मैं कैवें एक्सप्लेन करूँगा, नाल उहदा एग्जाम्पल भी सोचना पऊगा। ठीक आ, ओके ठीक है जी, ये चीज़ा आपां पहलां सोचनियां प्लैनिंग, चलो आपां सोचते हैं। मान लो ऑनलाइन मीटिंग्स आ, ऑनलाइन मीटिंग्स का की फायदा होगा, सारे नाल पहला पॉइंट की आता थोड़े दिमाग दे, पता ही है सारे नूं टाइम सेव हुंदा, ठीक आ मनी सेव हुंदी आ। ठीक आ, आपां अपनी हर एक चीज़ नूं ऑनलाइन अगले वाल भेज सकते हैं, कोई भी रिपोर्ट्स आ वो आपां सेंड कर सकते हैं। ठीक है, ये पॉजिटिव आ जाते हैं। ठीक है, नैगेटिव जे मैं देखा भी की फायदे नहीं होणगे, भी कहने का मतलब कई सोचते प्रोडक्टिविटी घट जूगी क्योंकि फेस टू फेस इंट्रैक्शन नहीं होंगी। ठीक है, कई बार आप कह सकते हैं लो इंटरनेट कनैक्शन आ जाता, लो इंटरनेट कनैक्शन करके की होंगे इंटरप्शनस आदि, इंटरप्शनस आ जाए मीटिंग्स जो ताकि अगले जिद की होंगे अगले अंडरसटैंड नहीं हो पाता। ठीक है, ये चीज़ा अपने आ गई हूँ, तो ये तो भी तुम कि साइड जाओगे वो चीज़ का तुसी, जे तुसी कहता भी मेरे मेरे को एडवांटेजेस ज़्यादा ने, फिर तुसी 70% एडवांटेजेस लिखोगे तो 30% डिसएडवांटेजेस। ये मैटर नहीं करती भी तुसी एक BP च दो लिखो तीन लिखो या दो पैरे एडवांटेजेस से बनाओ एक पैरा डिसएडवांटेजेस का, कोई मैटर नहीं करता, मैटर करता थोड़ी वर्ड लिमिट पूरी हो ते थोड़ा जिहड़ी जिन्ने भी अपने चीज़ा ने वह क्लीयर होन। ठीक है, नैचुरल वे हो, नैचुरल वे ना दिखाऊँगा, एक भी एवें का वकैब का वर्ड नहीं यूज़ करूँगा, 7-8 बैंड की राइटिंग लिख के दिखाऊंगा अपने टास्क 2 के। हो सकता मेरे ऐसे की जी वर्ड लिमिट आ घट रह जाए क्योंकि की आ भी मैं एक सैंपल्स दसदा बच्चों भी एवें तुम लिख सकते हो। ठीक है, तुम एक पॉइंट ज़्यादा लिख के वर्ड लिमिट पूरी कर लिया करो, कई बच्चे कमेंट के कहें कई कहें भी सर वर्ड लिमिट घट आ, ये मैं सिर्फ समझा रहा वा थोड़ा तरीका दस रहा, वर्ड लिमिट तुम भावें 250 करो 350 करो, पॉइंट ज़्यादा दे दो कोई इशू नहीं गा।
स्टार्ट कैसे करना, बीपी कैसे लिखना, वो चीज़ा सारना पहला, ठीक है। ये अपने को अपनी हैगी एक स्टेटमेंट, ठीक है। शर्त शो कर रही हैं बिजनेस मीटिंग्स जिहड़ियां वो ऑनलाइन टेक प्लेस हो रही हैं। देखो एक चीज़ मैं थोड़ा दस दवा, नो जनरल लाइन, जनरल लाइन नहीं पानी, ये अगेंस्ट आ आई डी पी दे। नो थेसिस स्टेटमेंट, थेसिस स्टेटमेंट भी नहीं पानी, ये भी अगेंस्ट आ, क्योंकि ये दो लाइन की मैमोराइज लाइन वा तो बैंड डिस्क्रिप्टर कहता मैमोराइज लाइन का जीरो बैंड आ। सो ये चीज़ा छड्ड दो, कोई फायदा नहीं। मैं थोनों दसदा कैसे लिखना, ठीक है। रिसर्च एक्टिविटीज शोज दैट इनक्रीजिंग नंबर ऑफ बिजनेस मीटिंग्स एंड ट्रेनिंग्स टेक प्लेस ऑनलाइन, ठीक है। कैसे इन स्टार्ट कैसे करना, मैं हमेशा इट तो ही शुरू करना। इट कैन बी सीन दैट बिजनेस मीटिंग्स, बिजनेस मीटिंग्स नूं मैं बिजनेस मीटिंग्स एंड ट्रेनिंग्स ही लिखूंगा, कोई दिक्कत वाली गल नहीं। जे मैं बिजनेस मीटिंग इत्थे आ तो मैं इत्थे बिजनेस मीटिंग लिखता, ट्रेनिंग में मैं ट्रेनिंग लिखता, ठीक है। टेकिंग प्लेस ऑनलाइन में मैं की लिख सकता, आर हेल्ड ऑनलाइन, ऑनलाइन में मैं ऑनलाइन लिखूंगा, क्योंकि ब्रिटिश काउंसिल कहता पैराफ्रेजिंग दे विच जे तुसी एक वर्ड दी भी पैराफ्रेज करते हो, एक वर्ड नूं सिनोनिम यूज़ करते हो, दैट्स इज इनफ, ठीक है। सो इट इज़ सीन दैट बिजनेस मीटिंग्स एंड ट्रेनिंग्स आर हेल्ड ऑनलाइन, अजकल की है ऑनलाइन हेल्ड शुरू हो गई वा, ठीक है। हुण मेरा की आ आई डी पी की कहता, आई डी पी कहता पहला पैराफ्रेज करो, फिर जो क्वेश्चन पूछा वह वैल डेवलप्ड आंसर दो। बैंड डिस्क्रिप्टर से 8 बैंड के उत्ते जाऊँगे, टास्क रिस्पोंस के उत्ते उत्ते लिखा हुआ उन्होंने भी वैल डेवलप्ड क्वेश्चन का आंसर इंट्रो च देना। हुण आ क्वेश्चन मैनू ये लगता भी एडवांटेजेस ज़्यादा ने, सो मैं आपके अकॉर्डिंग एडवांटेजेस ज़्यादा लिखूँगा तो वह क्वेश्चन का आंसर दूँगा। मैं लिखूँगा आई थिंक दैट advantages of this trend outweigh the demerits, demerits नूं outweigh कर दिया, because word लाया, कई कहणगे because normal जा word ना सर ना वधिया, जिन्ना वधिया अगले नूं easy understand because होगा, कोई भी नहीं होना जिन्ना मर्जी ला लो, ठीक है। एवें तो ऐसे लिखो जरा ईजी टू अंडरसटैंड हो, ही तो जनरल लाइन थेसिस स्टेटमेंट कट दी, डायरैक्ट आंसर दूंगा मैं सारी चीज़ें, डायरैक्ट ऐसे लिखूंगा जिद अगले कोई दिमाग लाने की लड़ नहीं, दोबारा पढ़ने की लड़ नहीं, ठीक है। पैराफ्रेज की क्वेश्चन का आंसर दईए ना, क्यों क्वेश्चन का आंसर देना बहुत जरूरी है, ये ना लिख के छड़ दियो भी बहुत सारे फायदे ने, देर आर मैनी मैरिट्स डीमेरिट्स जिन्होंने अगले पैरे एक्सप्लेन करूँगा, वो बिल्कुल गलत आ। जोड़े फायदे ने उन्होंने क्लीयर करो इंटरव्यो, जोड़े नुकसान ने उन्होंने भी क्लीयर करो, दसूंगा मैं कैसे। देखो बिकॉज पीपल सेव देयर टाइम एंड मनी, मैं तुम्हें कहा सी टाइम तो मनी सेव कर सकते हैं, ठीक है। टाइम तो मनी सेव हो गया, ठीक है। थोड़ी जी आप डीमेरिट भी दसनी पेगी जो कि तुसी इंट्रो च ही क्लीयर करोगे। वाइल individuals also face interruptions in online meetings due to low internet connections। मैं दोनों चीज़ें क्लीयर करती हूँ भी फायदे दे विच तो आप टाइम तो मनी सेव कर सकते हैं, ठीक है, ये तो इहदा फायदा, बट उन्होंने इंटरप्शनस भी आ सकती हैं कादे करके, इंटरनेट अलाउ करके, ठीक है। ये चीज़ मैं जमा क्लीयर करती, मैं अगले बीपी दे विच डिसएडवांटेज दे विच लो इंटरनेट कनैक्शन की गल करूँगा, जिदे नाल उन्होंने मीटिंग्स दे विच इंटरप्शनस आउंदियां, ते पहले बीपी च मैं जिहड़ा ज़्यादा वड्डा बीपी बनाऊँगा उहदे विच मैं सेव अपने टाइम तो सेव की गल करूँगा, एक अद्धा पॉइंट होर पा दूंगा ता कि अपना जो बीपी वो वड्डा बने, क्योंकि मैं एग्री होया वा डिसएडवांटेज एडवांटेज ज़्यादा, सो वो पॉइंट नूं मैं अगे क्लीयर करूँगा, ठीक है। ये अपना सीगा इंट्रो, ठीक है, याद कर लो, नो जनरल लाइन, नो थेसिस स्टेटमेंट, ओनली पैराफ्रेजिंग एंड डायरैक्ट आंसर टू द क्वेश्चन, बस ये रूल बना लो, इंट्रो बहुत ही ज़्यादा इफेक्टिव हो जूगी, इन्ना क रूल बना लो, आ तीन चीज़ा, ओके। ये अपनी इंट्रो, वधिया
ਜਿੰਨੇ ਬੈਂਡ ਦੀ ਕਹੋਗੇ ਉਨੇ ਬੈਂਡ ਦੇ ਵੀ ਮਿਲ ਜਾਣਗੇ ਜੇ ਵਧੀਆ ਤਰੀਕੇ ਨਾਲ ਲੈ ਕੇ ਆਉਂਗੇ। 7 ਬੈਂਡ ਦੀ ਤਾਂ ਹੈਗੀ ਹੈ। ਓਕੇ, ਸੋ ਅੱਗੇ ਮੈਂ ਗੱਲ ਕਰੂੰਗਾ ਆਪਣੇ BP ਨੰਬਰ ਫਸਟ ਦੀ। ਠੀਕ ਆ, ਮੈਂ ਕੋਈ BP ਨੂੰ ਕਦੇ ਵੀ ਨਾ ਹੀ ਅੱਜ ਕਰਦਾ ਨਾ ਮੈਂ ਕੱਲ੍ਹ ਕੀਤਾ। ਟੂ ਕਮੈਂਸ ਵਿਦ ਟੂ ਬਿਗਨ ਵਿਦ ਤੋਂ ਕਦੇ ਸ਼ੁਰੂ ਨਾ ਕਰੋ। ਕਨੈਕਟਰ ਯੂਜ਼ ਨਹੀਂ ਕਰਨੇ, ਬਹੁਤ ਜ਼ਿਆਦਾ ਯੂਜ਼ ਨਹੀਂ ਕਰਨੇ, ਕਹਿੰਦਾ ਮਤਲਬ ਓਵਰ ਯੂਜ਼ ਨਹੀਂ ਕਰਨਾ। ਕਰਨੇ ਆ ਅਤੇ BP ਤੋਂ ਪਹਿਲਾਂ ਸ਼ੁਰੂ ਨਹੀਂ ਕਰਨਾ, ਮਤਲਬ BP ਆਪਣਾ ਕਨੈਕਟਰ ਤੋਂ ਸ਼ੁਰੂ ਨਹੀਂ ਕਰਨਾ ਕਦੇ ਵੀ। ਨੋਰਮਲ BP ਸ਼ੁਰੂ ਕਰੋ, ਨਾ ਹੀ ਦੇਅਰ ਆਰ ਮੈਨੀ ਮੈਰਿਟਸ, ਦੇਅਰ ਆਰ ਮੈਨੀ ਐਡਵਾਂਟੇਜ, ਜਿੱਥੋਂ ਸ਼ੁਰੂ ਕਰੋ। ਉਹ ਬਹੁਤ ਹੀ ਜ਼ਿਆਦਾ ਮੈਮੋਰਾਈਜ਼ਡ ਚੀਜ਼ਾਂ ਨੇ, ਉਹਦੇ ਬੈਂਡ ਨਹੀਂ ਮਿਲਦੇ। ਡਾਇਰੈਕਟ ਚੀਜ਼ਾਂ ਤੋਂ ਸ਼ੁਰੂ ਕਰਿਆ ਕਰੋ। ਹੁਣ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ, ਮੈਂ ਫਾਇਦੇ ਲਿਖਣੇ ਆ, ਫਾਇਦੇ ਮੈਂ ਲਿਖ ਦੇਣਾ। ਔਨਲਾਈਨ ਮੀਟਿੰਗਸ ਕੈਨ ਬੀ ਪ੍ਰੂਵਡ ਕੰਸਟਰਕਟਿਵ। ਔਨਲਾਈਨ ਮੀਟਿੰਗ ਮੈਂ ਲਿਖਣ ਲੱਗਾ, ਫਾਇਦੇਮੰਦ ਕਿਵੇਂ ਹੁੰਦੀਆਂ, ਕਿਵੇਂ ਫਾਇਦੇਮੰਦ ਹੁੰਦੀਆਂ, ਇਨ ਦਾ ਟਰਮਸ ਆਫ, ਕਿਹੜੀ ਟਰਮਸ ਦੇ ਵਿੱਚ ਫਾਇਦੇਮੰਦ ਹੁੰਦੀਆਂ। ਕੰਸਟਰਕਟਿਵ ਦੀ ਥਾਂ 'ਤੇ ਬੈਨੀਫਿਸ਼ੀਅਲ, ਐਡਵਾਂਟੇਜੀਅਸ ਯੂਜ਼ ਕਰ ਸਕਦੇ ਹੋ। ਕੰਸਟਰਕਟਿਵ ਇਨ ਦਾ ਟਰਮਸ ਆਫ ਸੇਵਿੰਗ ਮਨੀ ਐਂਡ ਟਾਈਮ ਵਿੱਚ ਦੇ ਸਪੈਂਡ ਔਨ ਟਰਾਂਸਪੋਰਟੇਸ਼ਨ। ਮੈਂ ਲਿਖਤਾ ਵੀ ਜਿਹੜਾ ਟਰਾਂਸਪੋਰਟੇਸ਼ਨ ਦੇ ਵਿੱਚ ਟਾਈਮ ਅਤੇ ਮਨੀ ਖਰਚ ਹੁੰਦਾ ਉਹ ਆਪਾਂ ਔਨਲਾਈਨ ਮੀਟਿੰਗ ਦੁਆਰਾ ਬਚਾ ਸਕਦੇ ਹਾਂ। ਠੀਕ ਆ, ਇਹ ਸੀਗਾ ਆਪਣਾ ਪੁਆਇੰਟ। ਓਕੇ, ਵੀ ਐਵੇਂ ਆਪਾਂ ਆਪਣਾ ਪਹਿਲਾ ਪੁਆਇੰਟ ਇਹ ਵਾ। ਹੁਣ ਇਹਨੂੰ ਕਰਾਂਗੇ ਐਕਸਪਲੇਨ। ਐਕਸਪਲੇਨ ਕਰਨ ਲਈ ਵੀ ਮੈਂ ਕੋਈ ਵੀ ਕਨੈਕਟਰ ਨਹੀਂ ਲਾਊਂਗਾ, ਮੈਂ ਇਹਨੂੰ ਐਕਸਪਲੇਨ ਕਰੂੰਗਾ ਕਿਵੇਂ ਟਾਈਮ ਬਚਾ ਸਕਦੇ ਹਾਂ। ਉਹਦੇ ਲਈ ਮੈਂ ਸਿੱਧਾ ਇੱਕ ਵਰਡ ਯੂਜ਼ ਕੀਤਾ, ਦਿਸ ਮੀਨਸ ਡੈਟ। ਇਹਦਾ ਮਤਲਬ ਇਹ ਆ, ਇਹਦਾ ਕੀ ਮਤਲਬ, ਦਿਸ ਮੀਨਸ ਡੈਟ, ਇਹਦਾ ਮਤਲਬ ਇਹ ਆ, ਇੰਪਲੋਈਜ਼ ਡੂ ਨੋਟ, ਉਹਨਾਂ ਨੂੰ ਟਰੈਵਲ ਨਹੀਂ ਕਰਨਾ ਪਊਗਾ, ਡੂ ਨੋਟ ਹੈਵ ਟੂ ਟਰੈਵਲ, ਉਹਨਾਂ ਨੂੰ ਟਰੈਵਲ ਨਹੀਂ ਕਰਨਾ ਪਊਗਾ ਟੂ ਦੇਅਰ ਆਫਿਸ ਐਂਡ ਜਾਂ ਫਿਰ ਵਰਕ ਪਲੇਸ 'ਤੇ, ਉਹਦੇ ਆਫਿਸ ਜਾਂ ਵਰਕ ਪਲੇਸ 'ਤੇ ਟਰੈਵਲ ਨਹੀਂ ਕਰਨਾ ਪਊਗਾ। ਨਾਓ ਹੁਣ ਕੀ ਕਰ ਸਕਦੇ, ਨਾਓ ਦੇ ਕੈਨ ਵਰਕ ਓਵਰ ਇੰਟਰਨੈਟ ਫਰੋਮ ਦੇਅਰ ਹੋਮ। ਉਹ ਘਰ ਬੈਠੇ ਹੀ ਇੰਟਰਨੈਟ 'ਤੇ ਆਪਣੀਆਂ ਸਾਰੀਆਂ ਮੀਟਿੰਗ, ਸਾਰਾ ਵਰਕ ਕਰ ਸਕਦੇ ਆ। ਇਹ ਮੈਂ ਪਹਿਲਾ ਪੁਆਇੰਟ ਲਿਖਤਾ, ਪੁਆਇੰਟ ਮੇਰਾ ਸੀ ਟਾਈਮ ਕਿਵੇਂ ਸੇਵ ਹੁੰਦਾ, ਮਨੀ ਕਿਵੇਂ ਸੇਵ ਹੁੰਦੀ ਟਰਾਂਸਪੋਰਟੇਸ਼ਨ ਦੀ, ਉਹਨੂੰ ਐਕਸਪਲੇਨ ਕਰਨ ਲਈ ਮੈਂ ਸਿੱਧਾ ਦਿਸ ਮੀਨਸ ਵਾਲਾ ਲਾਇਆ, ਟੂ ਐਕਸਪਲੇਨ, ਟੂ ਐਕਸਪਲੀਕੇਟ ਕੁਛ ਨਹੀਂ ਲਾਇਆ। ਅਤੇ ਉਹ ਮੈਂ ਦੱਸਤਾ ਵੀ ਕਿਉਂਕਿ ਇਹਨਾਂ ਨੂੰ ਟਰੈਵਲ ਨਹੀਂ ਕਰਨਾ ਪੈਂਦਾ, ਘਰ ਬੈਠੇ ਇੰਟਰਨੈਟ ਦਾ ਯੂਜ਼ ਕਰਕੇ ਉਹ ਲਾ ਸਕਦੇ ਆ। ਹੁਣ ਮੈਂ ਆਪਣਾ ਪਹਿਲਾ ਕਨੈਕਟਰ ਲਾਊਂਗਾ ਕਿਉਂਕਿ ਮੈਨੂੰ ਦੂਜੇ ਪੁਆਇੰਟ ਦੀ ਲੋੜ ਆ, ਕਿਉਂਕਿ ਮੈਂ ਆਪਣਾ BP ਵੱਡਾ ਕਰਨਾ, 70% ਮੈਂ ਐਡਵਾਂਟੇਜ ਲਿਖਣਾ। ਸੋ ਸੈਕਿੰਡ ਪੁਆਇੰਟ ਮੈਂ ਲਿਖਣ ਜਾ ਰਿਹਾ, ਉਹਦੇ ਲਈ ਮੈਂ ਸੈਕਿੰਡਲੀ ਸਟਾਫ ਕੈਨ, ਮੈਂ ਲਿਖਿਆ ਸਟਾਫ ਕੈਨ ਸਬਮਿਟ ਦੇਅਰ ਰਿਪੋਰਟਸ, ਉਹ ਆਪਣੀਆਂ ਰਿਪੋਰਟਸ ਨੂੰ ਸਬਮਿਟ ਕਰ ਸਕਦੇ ਆ ਔਨ ਏ, ਵੀ ਉਹ ਆਪਣੀ ਮੀਟਿੰਗਸ ਨੂੰ ਸਬਮਿਟ ਕਰ ਸਕਦੇ ਆ ਔਨ ਏ ਡੇਲੀ ਬੇਸਿਸ, ਔਨ ਏ ਡੇਲੀ ਬੇਸਿਸ ਔਨ ਔਨਲਾਈਨ ਮੀਡੀਅਮ। ਦੂਜਾ ਔਨਲਾਈਨ ਦਾ ਫਾਇਦਾ ਇਹ ਆ ਵੀ ਆਪਣੀਆਂ ਡੇਲੀ ਭਾਵੇਂ ਰਿਪੋਰਟਸ ਨੇ ਆਪਣੇ ਬੌਸ ਨੂੰ, ਓਨਰਸ ਨੂੰ ਸਿੱਧਾ ਉਹ ਇੰਟਰਨੈਟ ਰਾਹੀਂ ਵੀ ਸਬਮਿਟ ਕਰ ਸਕਦੇ, ਉਹਨਾਂ ਨੂੰ ਨਹੀਂ ਜਾਣਾ ਪੈਂਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਆ, ਇਹ ਸੀਗਾ ਆਪਣਾ ਸੈਕਿੰਡ ਪੁਆਇੰਟ। ਹੁਣ ਮੈਂ ਲਿਖੂੰਗਾ ਇਗਜ਼ਾਮਪਲ। ਇਗਜ਼ਾਮਪਲ ਬ੍ਰਿਟਿਸ਼ ਕੌਂਸਲ ਸਿੱਧਾ ਕਹਿੰਦਾ ਵੀ ਕੋਈ ਵੀ ਸਰਵੇ ਵਾਲਾ ਇਗਜ਼ਾਮਪਲ ਨਾ ਪਾਓ, ਉਹਦੇ ਬੈਂਡ ਨਹੀਂ ਮਿਲਣੇ। ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਸਾਫ਼ ਮੈਨਸ਼ਨ ਕੀਤਾ ਹੈ ਵਿਦ ਪਰੂਫ ਦੱਸੇ ਹੋਏ ਮੈਂ। ਠੀਕ ਆ, ਇਗਜ਼ਾਮਪਲ ਮੈਂ ਨੋਰਮਲ ਜਿਹਾ ਇਗਜ਼ਾਮਪਲ ਪਾਊਂਗਾ ਜਿਹੜਾ ਕਿ ਰਿਲੇਟ ਕਰਦਾ ਹੋਊਗਾ ਮੇਰੇ ਪੁਆਇੰਟ ਨਾਲ। ਪੁਆਇੰਟ ਕੀ ਹੈ ਮੇਰਾ, ਟਾਈਮ ਅਤੇ ਮਨੀ ਸੇਵ ਕਰਨਾ, ਉਸੇ ਹੀ ਪੁਆਇੰਟ ਨਾਲ ਮੇਰਾ ਰਿਲੇਟ ਕਰਦਾ ਉਹ ਇਗਜ਼ਾਮਪਲ। ਇਹ ਚੀਜ਼ ਕੌਣ ਕਹਿੰਦਾ ਵਾ, ਇਕੋਹੈਸ਼ਨ ਐਂਡ ਕੋਹਰੈਂਸ ਵਾਲਾ ਪੁਆਇੰਟ ਬੈਂਡ ਡਿਸਕ੍ਰਿਪਟਰ ਦਾ, ਵੀ ਤੁਹਾਡਾ ਜਿਹੜੇ ਪੁਆਇੰਟ ਨੇ ਉਹ ਤਾਂ ਟੋਪਿਕ ਨਾਲ ਐਡ ਮੈਚ ਕਰਨੇ ਚਾਹੀਦੇ ਆ, ਅਤੇ ਜਿਹੜੇ ਤੁਹਾਡੇ ਇਗਜ਼ਾਮਪਲਸ ਨੇ ਉਹ ਤੁਹਾਡੇ ਪੁਆਇੰਟ ਨਾਲ। ਸੋ ਆਹ ਪੁਆਇੰਟ ਮੇਰਾ ਟਾਈਮ ਅਤੇ ਮੇਨ ਮਨੀ ਸੇਵ ਕਰਨ ਵਾਲਾ, ਸੋ ਇਗਜ਼ਾਮਪਲ ਮੈਂ ਐਵੇਂ ਦਾ ਪਾਊਂਗਾ। ਮੈਂ ਮਜੋਰਟੀ ਆਫ ਵਰਕਰਸ, ਕੋਈ ਡਾਟਾ ਨਹੀਂ ਪਾਉਣਾ ਮੈਂ ਇਹਦੇ 'ਚ, ਵਰਕਰਸ ਇਨ ਮਾਈਕਰੋਸੋਫਟ, ਮਾਈਕਰੋਸੋਫਟ ਦੇ ਜਿਹੜੇ ਮਜੋਰਟੀ ਆਫ ਵਰਕਰਸ ਨੇ ਉਹ ਕੀ ਕਰਦੇ ਨੇ, ਪ੍ਰੈਫਰ ਟੂ ਡੂ ਵਰਕ ਔਨਲਾਈਨ, ਉਹ ਔਨਲਾਈਨ ਵਰਕ ਕਰਨਾ ਸ਼ੁਰੂ ਪ੍ਰੈਫਰ ਕਰਦੇ ਨੇ, ਇਨ ਆਰਡਰ ਟੂ ਸੇਵ ਟਾਈਮ ਐਂਡ ਮਨੀ, ਇਨ ਆਰਡਰ ਟੂ ਸੇਵ ਟਾਈਮ ਐਂਡ ਮਨੀ। ਬਸ ਕੋਈ ਇਸ਼ੂ ਨਹੀਂ ਗਾ, ਨੋਰਮਲ ਇਗਜ਼ਾਮਪਲ ਪਾਓ, ਅਗਲੇ ਨੂੰ ਸਮਝ ਤਾਂ ਆਵੇ ਘੱਟੋ ਘੱਟ। ਆਪਾਂ ਚੱਕ ਕੇ ਡਾਟਾ ਜਿਹਾ ਪਾ ਦਿੰਦੇ ਹਾਂ, ਨਾ ਕਿਸੇ ਨੂੰ ਕੋਈ ਪਤਾ ਨਾ ਕੁਛ, ਨੋਰਮਲ ਜਿਹਾ ਇਗਜ਼ਾਮਪਲ ਆ, ਸੇਵ ਕਰਦੇ ਹਾਂ ਤਾਂ ਪਤਾ ਹੀ ਆ, ਉਹ ਤਾਂ ਇਗਜ਼ਾਮਿਨਰ ਨੂੰ ਵੀ ਇਹ ਵੀ ਪਤਾ ਹੀ ਆ।
ਠੀਕ ਆ। ਸੋ ਅਗਲੇ ਨੂੰ ਕੋਈ ਸੋਚਣ ਦੀ ਲੋੜ ਹੀ ਨਾ ਪਵੇ, ਐਵੇਂ ਦਾ ਐਗਜ਼ਾਮਪਲ ਪਾਓ। ਠੀਕ ਆ, ਹੁਣ ਗੱਲ ਰਹਿ ਗਈ ਰਿਜ਼ਲਟ ਦੀ। ਰਿਜ਼ਲਟ ਕਿਵੇਂ ਲਿਖਣਾ? ਪਹਿਲਾਂ ਬੀਪੀ, ਪਹਿਲਾਂ ਕਨੈਕਟਰ ਇੱਥੇ ਲਾਇਆ, ਦੂਜਾ ਇੱਥੇ, ਤੀਜਾ ਮੈਂ ਰਿਜ਼ਲਟ 'ਤੇ ਕਨੈਕਟਰ ਲਾਊਂਗਾ। ਉਹ ਕਨੈਕਟਰ ਲਾਇਆ ਮੈਂ ਐਜ਼ ਏ ਰਿਜ਼ਲਟ ਵਾਲਾ। ਠੀਕ ਆ, ਇਸੇ ਹੀ ਬੀਪੀ ਦਾ, ਹਾਲੇ ਬੀਪੀ ਖਤਮ ਨਹੀਂ ਹੋਇਆ। ਐਜ਼ ਏ ਰਿਜ਼ਲਟ, ਐਜ਼ ਏ ਰਿਜ਼ਲਟ, ਰਿਜ਼ਲਟ ਜਿਹੜਾ ਟਾਈਮ ਸੇਵ ਹੁੰਦਾ ਵਾ ਉਹਨੂੰ ਯੂਟੀਲਾਈਜ਼ ਹੋਰ ਕਿਤੇ ਕਰ ਲੈਣ। ਠੀਕ ਆ, ਦ ਸੇਵਿੰਗ ਟਾਈਮ ਕੈਨ ਬੀ ਯੂਟੀਲਾਈਜ਼ਡ, ਜਿਹੜਾ ਸੇਵ ਜਿਹੜਾ ਟਾਈਮ ਹੋਇਆ ਵਾ, ਦ ਸੇਵਡ ਟਾਈਮ ਆਊਗਾ ਇੱਥੇ, ਦ ਸੇਵਡ ਟਾਈਮ ਕੈਨ ਬੀ ਯੂਟੀਲਾਈਜ਼ਡ ਔਨ ਅਦਰ ਵੈਲਿਊਏਬਲ ਐਕਟੀਵਿਟੀਜ਼, ਜਾਂ ਫਿਰ ਹੋਰ ਵੈਲਿਊਏਬਲ ਐਕਟੀਵਿਟੀਜ਼ ਕਰਨੀਆਂ ਨੇ, ਜਾਂ ਫਿਰ ਵਿਦ ਫੈਮਲੀ ਵੀ ਕਹਿ ਸਕਦੇ, ਜਾਂ ਫਿਰ ਆਪਦੀ ਫੈਮਲੀ ਨਾਲ ਉਹ ਸਪੈਂਡ ਕਰ ਸਕਣ, ਜਿਹਦੇ ਨਾਲ ਕੀ ਹੋਊਗਾ, ਵਿੱਚ ਸਟਰੈਂਥਨ ਦਿਓਰ ਫੈਮਲੀ ਬੋਂਡਸ, ਜਿਹਦੇ ਨਾਲ ਉਹਨਾਂ ਦੀ ਫੈਮਲੀ ਬੋਂਡਸ ਵੀ ਸਟਰੈਂਥਨ ਹੋਊਗੀ। ਸਿੱਧਾ ਨੋਰਮਲ ਜਿਹੇ ਇਗਜ਼ਾਮਪਲ ਦੇ ਦੇ, ਨੋਰਮਲ ਜਿਹਾ ਰਿਜ਼ਲਟ ਲਿਖਤਾ, ਕੋਈ ਕਨੈਕਟਰ ਇੰਨੇ ਨਹੀਂ ਯੂਜ਼ ਕੀਤੇ, ਕੋਈ ਵੋਕੈਬਲਰੀ ਯੂਜ਼ ਨਹੀਂ ਕੀਤੀ, ਕੋਈ ਕੁਛ ਨਹੀਂ ਯੂਜ਼ ਕੀਤਾ, ਤਾਂ ਵੀ ਮੈਂ ਲਿਖ ਕੇ ਦਊਂਗਾ। ਮੇਰੇ ਜਿਹੜੇ ਸਟੂਡੈਂਟਸ ਨੇ, ਮੇਰਾ ਐਕਸਪੀਰੀਅੰਸ ਇੰਨਾ ਕਹਿੰਦਾ, ਜਿਨ੍ਹਾਂ ਦੇ ਬੈਂਡ ਆਏ ਆ ਵੀ ਇਸੇ ਨਾਲ ਤੁਸੀਂ ਜੇ ਟਾਸਕ 1 ਵਧੀਆ ਲਿਖਿਆ, 7 ਬੈਂਡ ਕਿਤੇ ਨਹੀਂ ਜਾਂਦੇ ਜੇ ਐਵੇਂ ਦੀ ਰਾਈਟਿੰਗ ਕੀਤੀ ਹੈ। ਠੀਕ ਆ, ਇਹ ਆਪਣਾ ਪਹਿਲਾ ਬੀਪੀ ਸੀ। ਠੀਕ ਆ, ਦੂਜਾ ਬੀਪੀ ਵੀ ਉਵੇਂ ਹੀ ਸ਼ੁਰੂ ਕਰੋ, ਕੋਈ ਕਨੈਕਟਰ ਨਹੀਂ, ਕੋਈ ਔਨ ਦਾ ਅਦਰ ਹੈਂਡ ਨਹੀਂ, ਕੋਈ ਕੁਛ ਨਹੀਂ, ਨੋਰਮਲ ਵਰਡ ਤੋਂ ਡਿਊ ਟੂ, ਸਿੱਧਾ ਲਿਖਣ ਲੱਗਾ ਡਿਊ ਟੂ। ਹੁਣ ਦੂਜਾ ਬੀਪੀ ਕੀ ਸੀ? ਲੋਅ ਇੰਟਰਨੈਟ ਕਨੈਕਸ਼ਨ ਦੁਆਰਾ ਉਹਨਾਂ ਨੇ ਇੰਟਰਪਸ਼ਨਸ ਆ ਸਕਦੀਆਂ, ਸਿੱਧਾ ਮੈਂ ਸ਼ੁਰੂ ਕਰਾਂ ਡਿਊ ਟੂ ਲੋਅ ਇੰਟਰਨੈਟ ਕਨੈਕਸ਼ਨ, ਡਿਊ ਟੂ ਨੋ ਇੰਟਰਨੈਟ ਕਨੈਕਸ਼ਨ ਇੰਪਲੋਈਜ਼ ਫੇਸ। ਇਹ ਬੀਪੀ ਮੈਂ ਛੋਟਾ ਲਿਖੂੰਗਾ ਕਿਉਂਕਿ 70-30 ਦੀ ਰੇਸ਼ੋ 'ਚ ਲਿਖਣਾ। ਡਿਫੀਕਲਟੀਜ਼ ਡਿਊਰਿੰਗ ਇੰਪੋਰਟੈਂਟ ਮੀਟਿੰਗਸ, ਉਹਨਾਂ ਨੂੰ ਡਿਫੀਕਲਟੀਜ਼ ਹੋ ਸਕਦੀਆਂ ਇੰਪੋਰਟੈਂਟ ਮੀਟਿੰਗਸ ਦੁਆਰਾ, ਜਿਹਦੇ ਨਾਲ ਕੀ ਹੋਊਗਾ, ਵਿੱਚ ਇਫੈਕਟਸ ਨੈਗੇਟਿਵਲੀ ਦਾ ਪ੍ਰੋਜੈਕਟ, ਜਿਹੜੀ ਵੀ ਪ੍ਰੋਜੈਕਟ ਹੋਊਗੀ ਮੀਟਿੰਗ ਨੂੰ ਉਹ ਨੈਗੇਟਿਵਲੀ ਇਫੈਕਟ ਕਰੂਗੀ। ਠੀਕ ਆ, ਹੁਣ ਇਹਨੂੰ ਐਕਸਪਲੇਨ ਤਾਂ ਕਰਨਾ ਹੀ ਪੈਣਾ ਵੀ ਕੀ ਡਿਫੀਕਲਟੀਜ਼ ਆਉਂਦੀਆਂ, ਕੀ ਫਿਜ਼ੀਕਲ ਅਤੇ ਕਿਉਂ ਆਉਂਦੀਆਂ। ਹੁਣ ਮੈਂ ਇਹਨੂੰ ਲਿਖਦਾ ਐਸ ਬਿਕੋਜ਼ ਆਫ ਲੋ ਇੰਟਰਨੈਟ, ਨੋਰਮਲ ਜਿਹੇ ਵਰਡ ਯੂਜ਼ ਕਰੋ ਯਾਰ, ਬਿਕੋਜ਼ ਆਫ ਲੋ ਇੰਟਰਨੈਟ ਇੰਟਰਨਸ ਜਿਹੜੇ ਕਿ ਮੀਟਿੰਗਸ ਅਟੈਂਡ ਕਰਦੇ ਨੇ, ਇੰਟਰਨਸ ਉਹ ਡੂ ਨੋਟ ਪ੍ਰੋਪਰਲੀ ਅੰਡਰਸਟੈਂਡ, ਉਹਨਾਂ ਨੂੰ ਅੰਡਰਸਟੈਂਡ ਹੀ ਨਹੀਂ ਹੋਊਗੀ, ਅੰਡਰਸਟੈਂਡ ਹੀ ਨਹੀਂ ਕਰ ਪਾਉਣਗੇ ਅਗਲੇ ਕੀ ਬੋਲਦੇ ਪਏ ਆ। ਠੀਕ ਹੈ, ਐਨੀ ਟੋਪਿਕ, ਕੋਈ ਟੋਪਿਕ ਉਹ ਅੰਡਰਸਟੈਂਡ ਨਹੀਂ ਕਰ ਪਾਉਣਗੇ ਜੇ ਇੰਟਰਨੈਟ ਹੀ ਲੋ ਆਊਗਾ ਤਾਂ। ਠੀਕ ਆ, ਵਿਚ ਕੈਨ ਕ੍ਰੀਏਟ, ਜਿਹਦੇ ਨਾਲ ਕੀ ਹੋਊਗਾ, ਡਿਸਟਰਬੈਂਸ ਜਾਂ ਫਿਰ ਇੰਟਰਪਸ਼ਨਸ ਡਿਊਰਿੰਗ ਦਾ ਜਾਂ ਫਿਰ ਵਾਇਲ ਦਾ ਮੀਟਿੰਗ ਟਾਈਮ, ਮੀਟਿੰਗ ਟਾਈਮ ਦੇ ਵਿੱਚ ਉਹਦੇ ਨਾਲ ਡਿਸਟਰਬੈਂਸ ਹੋਣਗੀਆਂ, ਸਿੱਧਾ। ਠੀਕ ਆ, ਡਿਫੀਕਲਟੀਜ਼ ਹੁੰਦੀਆਂ ਵਾ, ਕਿਹੜੀਆਂ ਡਿਫੀਕਲਟੀਜ਼, ਲੋ ਇੰਟਰਨੈਟ ਹੈ, ਕੀ ਹੋਊਗਾ ਉਹਦੇ ਨਾਲ, ਅਗਲੇ ਸਮਝ ਨਹੀਂ ਪਾਉਣਗੇ, ਬਸ ਇਹ ਆਪਣਾ ਆ ਗਿਆ। ਅਤੇ ਇਹਦਾ ਰਿਜ਼ਲਟ ਲਿਖਣਾ, ਐਜ਼ ਏ ਰਿਜ਼ਲਟ ਲਿਖ ਦਿਉ, ਕਿਉਂਕਿ ਆਹ ਬੀਪੀ ਆਪਾਂ ਛੋਟਾ ਲਿਖਣਾ, ਮੈਂ ਇਹਦਾ ਐਗਜ਼ਾਮਪਲ ਨਹੀਂ ਪਾਊਂਗਾ, ਐਜ਼ ਏ ਰਿਜ਼ਲਟ ਲਿਖਣਾ, ਐਜ਼ ਏ ਰਿਜ਼ਲਟ ਲਿਖ ਦਿਉ, ਪਹਿਲਾਂ ਲਿਖਤਾ ਸੀ ਦੇਅਰ ਫੋਰ ਲਾ ਦਿਉ। ਦੇਅਰ ਫੋਰ ਇਹਦੇ ਨਾਲ ਕੀ ਹੋ ਸਕਦਾ, ਪ੍ਰੋਡਕਟੀਵਿਟੀ ਘੱਟ ਸਕਦੀ ਆ, ਠੀਕ ਆ, ਆਊਟਕਮ ਘੱਟ ਸਕਦੀ ਆ, ਇਟ ਕੈਨ ਰਿਡਿਊਸ ਦਾ ਪ੍ਰੋਡਕਟੀਵਿਟੀ ਆਫ ਦੈਟ ਪਰਟੀਕੁਲਰ ਪ੍ਰੋਜੈਕਟ, ਉਸ ਪਰਟੀਕੁਲਰ ਪ੍ਰੋਜੈਕਟ ਦੀ ਇਹਦੇ ਨਾਲ ਪ੍ਰੋਡਕਟੀਵਿਟੀ ਘੱਟ ਸਕਦੀ ਆ, ਕਿਉਂਕਿ ਅਗਲੇ ਨੂੰ ਸਮਝ ਹੀ ਨਹੀਂ ਲੱਗੂਗੀ ਇਹ ਲੋਅ ਇੰਟਰਨੈਟ ਦੀਆਂ ਇਹ ਔਨਲਾਈਨ ਦੇ ਇਹ ਨੁਕਸਾਨ ਆ। ਸੋ ਇਹ ਸੀਗਾ ਆਪਣਾ ਦੂਜਾ ਬੀਪੀ, ਕੋਈ ਜ਼ਿਆਦਾ ਵੱਡਾ ਕਰਨ ਦੀ ਲੋੜ ਨਹੀਂ ਹੁੰਦੀ, ਕੋਈ ਇਸ਼ੂ ਨਹੀਂ ਹੁੰਦਾ, ਇੱਡੀ ਕੋਈ ਗੱਲ ਨਹੀਂ, ਨੋਰਮਲ ਚੀਜ਼ਾਂ ਲਿਖੋ ਜਿਹੜੀਆਂ ਚੀਜ਼ਾਂ ਕੀ ਆ, ਕੋਈ ਵੀ ਇਹਦੇ 'ਚ ਵਕੈਬ ਨਹੀਂ ਯੂਜ਼ ਕੀਤੀ, ਕੋਈ ਕਨੈਕਟਰ ਨਹੀਂ ਯੂਜ਼ ਕੀਤਾ, ਕਿਉਂਕਿ ਓਵਰ ਕੰਪਲੈਕਸ ਹੋ ਜਾਂਦਾ, ਜੇ ਤੁਸੀਂ ਓਵਰ ਕੰਪਲੈਕਸ ਲਿਖੋਗੇ ਅਗਲੇ ਨੂੰ ਸਮਝ ਹੀ ਨਹੀਂ ਆਉਣੀ, ਫਿਰ ਤੁਹਾਡਾ ਲਿਖਣ ਦਾ ਵੀ ਨਹੀਂ ਫਾਇਦਾ ਹੋਣਾ, ਜਦੋਂ ਅਗਲੇ ਤੱਕ ਤੁਹਾਡੀ ਗੱਲ ਹੀ ਨਹੀਂ ਜਾ ਰਹੀ।
ਠੀਕ ਆ। ਕੰਪਲੈਕਸ ਓਵਰ ਕੰਪਲੈਕਸ ਠੀਕ ਹੁੰਦਾ, ਓਵਰ ਕੰਪਲੈਕਸ ਬਹੁਤ ਗਲਤ ਚੀਜ਼ ਆ। ਸੋ ਇਹਨਾਂ ਚੀਜ਼ਾਂ ਨੂੰ ਅਪਲਾਈ ਕਰੋ। ਕੰਕਲੂਜ਼ਨ ਵੀ ਸਿੱਧਾ ਟੂ ਰੈਪਚੂਕਲੇਟ ਨਹੀਂ ਲਿਖਣਾ, ਬਹੁਤ ਗਲਤ ਆ। ਠੀਕ ਆ, ਇਨ ਕੰਕਲੂਜ਼ਨ ਸਿੱਧਾ, ਕੰਕਲੂਜ਼ਨ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਆਲਦੋ ਅਤੇ ਯੈਟ ਲਾ ਦਿਆ ਕਰੋ। ਆਲਦੋ ਔਨਲਾਈਨ ਮੀਟਿੰਗਸ ਕੈਨ ਬੀ ਐਡਵਾਂਟੇਜੀਅਸ ਇਨ ਦਾ ਫੋਰਮ ਆਫ ਸੇਵਿੰਗ ਟਾਈਮ ਐਂਡ ਮਨੀ। ਟਾਈਮ ਅਤੇ ਮਨੀ ਦੇ ਕੇਸ ਦੇ ਵਿੱਚ ਹਾਲਾਂਕਿ ਇਹ ਐਡਵਾਂਟੇਜਸ ਹੋ ਸਕਦੀਆਂ, ਯੈਟ ਵੀ ਕੈਨ ਨੋਟ ਇਗਨੋਰ ਇਟਸ ਡਰੋਬੈਕਸ। ਇਹਦੇ ਡਰੋਬੈਕਸ ਨੂੰ ਇਗਨੋਰ ਨਹੀਂ ਕਰ ਸਕਦੇ, ਸਚ ਐਸ ਪੂਅਰ ਇੰਟਰਨੈਟ ਕਨੈਕਟੀਵਿਟੀ। ਠੀਕ ਆ, ਆਪਾਂ ਐਵੇਂ ਦੇ ਜਿਹੜੇ ਇਹਦੇ ਵੀ ਪੁਆਇੰਟਸ ਨੇ ਉਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਸੋ ਇਹ ਸੀਗਾ ਆਪਣਾ ਐਸਸੀ ਯਾਰ, ਇਸ ਤਰੀਕੇ ਨਾਲ ਲਿਖ ਕੇ ਆਉਂਗੇ ਨਾ ਆਰਾਮ ਨਾਲ 7 ਤੱਕ ਪਹੁੰਚ ਜਾਓਗੇ ਜੇ ਤੁਸੀਂ ਟਾਸਕ 1 ਵਧੀਆ ਲਿਖਤਾ। ਕੋਈ ਯੂਜ਼ ਨਹੀਂ ਵਗੈਬ ਵਾਲੀ ਯੂਜ਼ ਕਰਨ ਦੀ, ਨਾ ਯੂਜ਼ ਕਰੋ। ਠੀਕ ਹੈ, ਮੇਰੇ ਕੋਲ ਇੱਥੇ ਬੈਂਡ ਡਿਸਕ੍ਰਿਪਟਰ ਉੱਧਰ ਪਿਆ ਹੋਇਆ, ਇੱਥੇ ਨਹੀਂ ਪਿਆ। ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਆ ਪਿਆ, ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਹੋਈਆਂ ਵਾਂ। ਸਾਰੀਆਂ ਚੀਜ਼ਾਂ ਦੁਬਾਰਾ ਵੀ ਕਹਿ ਦਿੰਦਾ, ਦੇਖੋ 9 ਬੈਂਡ ਦੇ ਵਿੱਚ ਸਿੱਧਾ ਲਿਖਿਆ ਹੋਇਆ, 8 ਬੈਂਡ ਦੇ ਵਿੱਚ ਪ੍ਰੈਜੈਂਟ ਵੈਲ ਡਿਵਲਪਡ ਰਿਸਪੋਂਸ ਟੂ ਦਾ ਕੁਐਸਚਨਸ। ਅਤੇ ਇੰਟਰੋ ਦੇ ਵਿੱਚ ਆਪਾਂ ਆਹੀ ਚੀਜ਼ ਕਲੀਅਰ ਕੀਤੀ ਸੀ ਵੀ ਕੁਐਸਚਨ ਦਾ ਚੰਗੇ ਤਰੀਕੇ ਨਾਲ ਆਨਸਰ ਦੇਣਾ ਸੀ ਕਿ ਹਾਂ ਵੀ ਕਿਉਂ ਤੁਹਾਨੂੰ ਕਿਉਂ ਲੱਗਦਾ ਵੀ ਜ਼ਿਆਦਾ ਵਾ ਫਾਇਦੇ। ਅਤੇ ਉਹ ਚੀਜ਼ ਮੈਂ ਇਹਦੇ ਵਿੱਚ ਕਲੀਅਰ ਕੀਤੀ ਆਪਣੀ ਇੰਟਰੋ ਦੇ ਵਿੱਚ ਹੀ, ਆ ਰਹੀ ਵੀ ਹਾਂ ਮੈਨੂੰ ਇਸ ਕਰਕੇ ਲੱਗਦਾ ਟਾਈਮ ਅਤੇ ਮਨੀ ਅਤੇ ਕਨੈਕਟਰ ਆਪਣਾ ਆ। ਠੀਕ ਆ, ਵੈਲ ਡਿਵਲਪਡ ਆਨਸਰ ਆ ਗਿਆ ਇਹਦੇ 'ਚ ਆ ਗਿਆ। ਠੀਕ ਆ, ਇਹ ਵੀ ਕਹਿੰਦੇ ਆ ਵੀ ਤੁਸੀਂ ਓਵਰ ਯੂਜ਼ ਨਾ ਕਰੋ ਕਨੈਕਟਰਸ ਦਾ। ਕੋਹੈਸ਼ਨ ਅਤੇ ਕੋਹਰੈਂਸ ਹੁੰਦੀ ਹੈ, ਓਵਰ ਯੂਜ਼ ਕਰੋਗੇ ਗਲਤ ਹੋ ਜੂਗਾ। ਹਰ ਬੀ ਪੀ ਤੋਂ ਪਹਿਲਾਂ ਟੂ ਕਮੈਂਸ ਟੂ ਬਿਗਨ ਫਰਦਰ ਮੋਰ ਮੋਰ ਓਵਰ ਲਾ ਦਿੰਦੇ ਹੋ, ਓਵਰ ਯੂਜ਼ ਹੋ ਜਾਂਦਾ। ਅਤੇ ਉਹਦੇ ਨਾਲ ਕੀ ਆ, ਜਿਹੜੇ ਬੰਦੇ ਐਵੇਂ ਯੂਜ਼ ਕਰਦੇ ਆ, ਦੇਖੋ ਲਿਖੀ, ਜਿਹੜੇ ਬੰਦੇ ਐਵੇਂ ਯੂਜ਼ ਕਰਦੇ ਉਹਦੇ 6 ਬੈਂਡ ਹੀ ਰਹਿ ਜਾਂਦੇ ਆ। ਸੋ ਇਹ ਚੀਜ਼ ਦਾ ਧਿਆਨ ਰੱਖੋ। ਇਹ ਕਹਿੰਦੇ ਲੈਕਸੀਕਲ ਰਿਸੋਰਸਿਸ, ਮਤਲਬ ਵੋਕੈਬਲਰੀ ਹੁੰਦੀ ਆ। ਕਹਿੰਦੇ ਵੀ ਠੀਕ ਆ ਵੋਕੈਬਲਰੀ ਯੂਜ਼ ਕਰੋ, ਪਰ ਕਿਹੜੀ ਜਿਹੜੀ ਕਿ ਬਹੁਤ ਨੈਚੁਰਲ ਹੋਵੇ, ਨੈਚੁਰਲ ਵੀ ਲਿਖੀ ਆ। ਅਤੇ ਜਿਹੜੀ ਬਹੁਤ ਜ਼ਿਆਦਾ ਅਮਾਊਂਟ 'ਚ ਵੋਕੈਬਲਰੀ ਯੂਜ਼ ਕਰ ਦਿੰਦੇ ਹੋ ਉਹਦੇ 6 ਬੈਂਡ ਹੀ ਰਹਿਣਗੇ, ਇਹ ਵੀ ਚੀਜ਼ ਲਿਖੀ ਹੋਈ ਆ। ਅਤੇ ਜਿਹੜੀ ਚੀਜ਼ ਆਪਾਂ ਕਹਿੰਦਾ, ਮੈਂ ਅੱਗੇ ਵੀ ਕਿਹਾ, ਜਿਹੜੀ ਮੈਮੋਰਾਈਜ਼ ਲੈਣਾ ਵਾ ਜਨਰਲ ਲਾਈਨ ਅਤੇ ਸਾਰੀਆਂ ਟਾਸਕ ਆਪਣੇ, ਉਹ ਕੀ ਆ ਮੈਮੋਰਾਈਜ਼ ਲਾਈਨ ਹੁੰਦੀਆਂ, ਮੈਮੋਰਾਈਜ਼ ਲਾਈਨ ਦੇ 0 ਬੈਂਡ ਲਿਖੇ ਹੋਏ ਆ। ਸੋ ਮੈਂ ਇਹਦੇ ਅਕੋਰਡਿੰਗ ਦੱਸਿਆ, ਕੋਈ ਐਵੇਂ ਮੈਂ ਫੜੀਆਂ ਮਾਰ ਕੇ ਨਹੀਂ ਆਇਆ ਵੀ ਆ। ਠੀਕ ਆ, ਸੋ ਇਹਨਾਂ ਚੀਜ਼ਾਂ ਨੂੰ ਅਪਲਾਈ ਕਰੋ, ਬਹੁਤ ਵਧੀਆ ਤਰੀਕੇ ਨਾਲ ਕਦੇ ਵੀ ਰਾਈਟਿੰਗ ਨਹੀਂ ਰਹੂਗੀ ਅਤੇ ਬੈਂਡ ਵੀ ਬਹੁਤ ਵਧੀਆ ਹੋਣਗੇ। ਬਾਕੀ ਜਿਹੜੀਆਂ ਆਪਣੀਆਂ ਔਨਲਾਈਨ ਕਲਾਸਿਸ ਨੇ ਉਹ ਚੱਲਦੀਆਂ ਪਈਆਂ ਨੇ 8168321916। ਇੱਥੇ ਤੁਸੀਂ ਕਾਲ ਤਾਂ ਨਹੀਂ, ਵਟਸਐਪ ਕਰਕੇ ਡਿਟੇਲਸ ਲੈ ਸਕਦੇ ਹੋ ਜਿਹੜੇ ਵੀ ਬੱਚੇ ਨੇ ਔਨਲਾਈਨ ਕਲਾਸਿਸ ਜੁਆਇਨ ਕਰਨੀ ਹੋਵੇ। ਬਾਕੀ ਸੋ ਹੈਲੋ ਗਾਇਜ਼, ਦਿਸ ਇਜ਼ ਨਵਦੀਪ ਸਿੰਘ ਫਰੋਮ ਦੀ ਵਾਈ ਬਾਇਲਸ। ਅੱਜ ਦੀ ਆਪਣੀ ਵੀਡੀਓ ਰਹੂਗੀ ਰਾਈਟਿੰਗ ਮੋਡਿਊਲ 'ਤੇ, ਰਾਈਟਿੰਗ ਮੋਡਿਊਲ ਦੇ ਵਿੱਚ ਟਾਸਕ 2, ਕਿਵੇਂ ਆਪਾਂ ਟਾਸਕ 2 ਨੂੰ ਡੀਲ ਕਰਨਾ ਵਾ। ਠੀਕ ਆ, ਅੱਜ ਦਾ ਜਿਹੜਾ ਟੋਪਿਕ ਆ ਉਹ ਡਾਇਰੈਕਟ ਕੁਐਸਚਨ ਟਾਈਪ ਵਾਲਾ ਟੋਪਿਕ ਆ। ਸਾਰਿਆਂ ਨਾਲੋਂ ਪਹਿਲਾਂ ਆਪਾਂ ਟੋਪਿਕ ਦੇਖਦੇ ਹਾਂ ਕੀ ਆ। ਇਨ ਮੈਨੀ ਪ੍ਰੋਫੈਸ਼ਨਲ ਸਪੋਰਟਸ ਦੇਅਰ ਇਜ਼ ਐਨ ਇਨਕਰੀਜ਼ ਇਨ ਦਾ ਨੰਬਰ ਆਫ ਐਥਲੀਟਸ ਯੂਜ਼ਿੰਗ ਬੈਂਡ ਸਬਸਟਾਂਸ ਟੂ ਇੰਪਰੂਵ ਦੇਅਰ ਪਰਫੋਰਮੈਂਸ। ਕਹਿੰਦੇ ਆ ਵੀ ਅੱਜ ਕੱਲ੍ਹ ਕੀ ਹੋ ਰਿਹਾ ਵੀ ਬਹੁਤ ਜ਼ਿਆਦਾ ਜਿਹੜੇ ਸਪੋਰਟਸ ਨੇ, ਪ੍ਰੋਫੈਸ਼ਨਲ ਸਪੋਰਟਸ ਨੇ, ਉਹਨਾਂ ਦੇ ਵਿੱਚ ਗਿਣਤੀ ਵੱਧ ਰਹੀ ਆ ਉਹਨਾਂ ਐਥਲੀਟਸ ਦੀ ਜਿਹੜੇ ਕਿ ਬੈਂਡ ਸਬਸਟਾਂਸ ਨੂੰ ਯੂਜ਼ ਕਰਦੇ ਆ ਆਪਣੀ ਪਰਫੋਰਮੈਂਸ ਨੂੰ ਇੰਪਰੂਵ ਕਰਨ ਵਾਸਤੇ। ਬੈਂਡ ਸਬਸਟਾਂਸ, ਫੋਰ ਐਗਜ਼ਾਮਪਲ ਡਰੱਗਸ ਵਗੈਰਾ ਤੋਂ ਰਿਲੇਟਡ ਵੀ ਬਹੁਤ ਸਾਰੇ ਆਪਾਂ ਦੇਖਦੇ ਹਾਂ ਵੀ ਅੱਜ ਕੱਲ੍ਹ ਸਪੋਰਟਸਮੈਨ ਡਰੱਗ ਵਗੈਰਾ ਲੈ ਕੇ ਪਰਫੋਰਮ ਕਰਦੇ ਆ। ਕਹਿੰਦੇ ਵੀ ਵਟ ਆਰ ਦਾ ਕੋਜ਼ਿਜ਼ ਆਫ ਦਿਸ ਫਿਨੋਮਨਾ, ਕੀ ਕੋਜ਼ਿਜ਼ ਆ, ਮਤਲਬ ਕੀ ਕਾਰਨ ਆ ਵੀ ਉਹ ਕਿਉਂ ਯੂਜ਼ ਕਰਦੇ ਆ ਐਵੇਂ ਦੇ ਪ੍ਰੋਡਕਟ, ਕੀ ਲੋੜ ਪੈਂਦੀ ਉਹਨਾਂ ਨੂੰ, ਐਂਡ ਵਟ ਆਰ ਸਮ ਆਫ ਦਾ ਪੋਸੀਬਲ ਸਲਿਊਸ਼ਨਸ, ਅਤੇ ਇਸ ਚੀਜ਼ ਦੇ ਸਲਿਊਸ਼ਨਸ ਕੀ ਆ ਵੀ ਉਹਨਾਂ ਨੂੰ ਕਿਵੇਂ ਹਟਾਇਆ ਜਾਵੇ ਉਹਨਾਂ ਤੋਂ। ਸੋ ਇਹ ਹੈਗਾ ਡਾਇਰੈਕਟ ਕੁਐਸਚਨ ਟਾਈਪ ਟੋਪਿਕ। ਕਹਿਣ ਦਾ ਮਤਲਬ ਇਹ ਆ, ਇਹਦੇ 'ਚ ਪਹਿਲੇ ਬੀ ਪੀ 'ਚ ਤਾਂ ਆਪਾਂ ਕੋਜ਼ਿਜ਼ ਲਿਖਾਂਗੇ, ਮਤਲਬ ਬੀ ਪੀ 1 ਦੇ ਵਿੱਚ ਆਪਾਂ ਕੋਜ਼ਿਜ਼ ਦੀ ਗੱਲ ਕਰਾਂਗੇ, ਅਤੇ ਸੈਕਿੰਡ ਦੇ ਵਿੱਚ ਆਪਾਂ ਜਿਹੜੇ ਇਹਦੇ ਪੋਸੀਬਲ ਸਲਿਊਸ਼ਨਸ ਨੇ ਉਹਨਾਂ ਦੀ ਗੱਲ ਕਰਾਂਗੇ। ਸੋ ਸਿੱਧੇ ਸਿੱਧੇ ਤਰੀਕੇ ਦੇ ਨਾਲ ਡਾਇਰੈਕਟ ਕੁਐਸਚਨ ਆ ਗਿਆ। ਹੁਣ ਸਾਰਿਆਂ ਨਾਲੋਂ ਪਹਿਲਾਂ ਆਪਾਂ ਇੰਟਰੋ ਡੀਲ ਕਰਨੀ ਆ। ਠੀਕ ਆ, ਇੰਟਰੋ ਦੇ ਵਿੱਚ ਮੈਂ ਹਮੇਸ਼ਾ ਹੀ ਬੱਚਿਆਂ ਨੂੰ ਕਹਿੰਦਾ ਵੀ ਇੰਟਰੋ 'ਚ ਨਾ ਹੀ ਕੋਈ ਜਨਰਲ ਲਾਈਨ ਪਾਉਣੀ ਆਪਾਂ। ਠੀਕ ਆ, ਕਿਸੇ ਵੀ ਜਨਰਲ ਲਾਈਨ ਤੋਂ ਨਹੀਂ ਯੂਜ਼ ਆਪਣਾ ਸਟਾਰਟ ਕਰਨਾ, ਡਾਇਰੈਕਟ ਪੈਰਾਫਰੇਜ਼ਿੰਗ ਕਰੀਦੀ ਹੁੰਦੀ ਆ, ਅਤੇ ਪੈਰਾਫਰੇਜ਼ਿੰਗ ਵੀ ਨੋਰਮਲ ਹੋਣੀ ਚਾਹੀਦੀ ਆ। ਨਾਓਵੇਡੇਜ਼ ਇਨ ਅ ਮਾਡਰਨ ਐਰਾ ਐਵੇਂ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਹੈਗੇ ਆ ਵਾ ਜਿਹੜੀਆਂ ਸਾਰੀਆਂ ਚੀਜ਼ਾਂ, ਉਹ ਹੈ ਕ੍ਰੈਮਿੰਗ ਵਾਲਾ ਸੌਦਾ।
ਠੀਕ ਆ ਮੈਮੋਰਾਈਜ਼ ਕੰਟੈਂਟ ਆ ਅਤੇ ਬੈਂਡ ਡਿਸਕ੍ਰਿਪਟਰ ਆਈ ਡੀ ਪੀ ਕਹਿੰਦਾ ਵਾ ਬੈਂਡ ਜੇ ਤੁਸੀਂ ਕ੍ਰੈਮਿੰਗ ਵਾਲੀਆਂ ਲਾਈਨਾਂ ਜਾਓਗੇ ਜਿਵੇਂ ਥੇਸਿਸ ਹੁੰਦੀਆਂ ਵਾ ਉਵੇਂ ਦੀਆਂ ਲਾਈਨਾਂ ਲਾਓਗੇ ਜਨਰਲ ਲਾਈਨਾਂ ਲਾਓਗੇ ਤੁਹਾਡੇ ਜ਼ੀਰੋ ਬੈਂਡ ਮਿਲਣੇ ਆ ਉਹਦਾ ਤੁਹਾਡਾ ਇੰਪਰੈਸ਼ਨ ਬੈਡ ਹੀ ਜਾਣਾ ਸੋ ਇੰਟਰੋ ਹਮੇਸ਼ਾ ਸਿਰਫ ਪੈਰਾਫਰੇਜ਼ਿੰਗ ਹੋਣੀ ਚਾਹੀਦੀ ਆ ਅਤੇ ਸੈਕਿੰਡ ਚੀਜ਼ ਤੁਸੀਂ ਇੰਟਰੋ ਦੇ ਵਿੱਚ ਡਾਇਰੈਕਟ ਕੁਸਚਨ ਦਾ ਆਨਸਰ ਦਿਓਗੇ ਜਿਹੜੇ ਆਹ ਦੋ ਕੁਸਚਨ ਆ ਇਹਨਾਂ ਦਾ ਆਨਸਰ ਤੁਸੀਂ ਇੰਟਰੋ 'ਚ ਦੇ ਕੇ ਜਾਓਗੇ ਵੀ ਕੋਜ਼ਿਜ਼ ਕੀ ਨੇ ਵੀ ਆਹ ਅਤੇ ਆਹ ਕੋਜ਼ਿਜ਼ ਨੇ ਅਤੇ ਆਹ ਸਲਿਊਸ਼ਨ ਨੇ ਸੋ ਮਾਇੰਡ ਦੇ ਵਿੱਚ ਗੱਲ ਸੈੱਟ ਕਰ ਲਓ ਇੰਟਰੋ 'ਚ ਸਿਰਫ ਪੈਰਾਫਰੇਜ਼ਿੰਗ ਅਤੇ ਡਾਇਰੈਕਟ ਕੁਸਚਨ ਦਾ ਆਨਸਰ ਨਾ ਹੀ ਜਨਰਲ ਲਾਈਨ ਨਾ ਹੀ ਕੋਈ ਥੇਸਿਸ ਪਾਉਣੀ ਹੈ ਠੀਕ ਆ ਹੁਣ ਅੱਗੇ ਹੁਣ ਜਨਰਲ ਲਾਈਨ ਸੋਰੀ ਤਾਂ ਪਾਉਣੀ ਨਹੀਂ ਹੁਣ ਆਪਾਂ ਕੀ ਕਰਨਾ ਸਰ ਨਾਲ ਪਹਿਲਾਂ ਆਪਾਂ ਕਰਨੀ ਆ ਪੈਰਾਫਰੇਜ਼ਿੰਗ ਸੋ ਮੈਂ ਕੀ ਲਿਖਿਆ ਇਨ ਮੈਨੀ ਪ੍ਰੋਫੈਸ਼ਨਲ ਸਪੋਰਟਸ ਨੂੰ ਮੈਂ ਸਿੱਧਾ ਸਿੱਧਾ ਲਿਖਿਆ ਦ ਨੰਬਰ ਆਫ ਸਪੋਰਟਸ ਪੀਪਲ ਯੂਜਿੰਗ ਇਲੀਗਲ ਸਬਸਟਾਂਸਿਸ ਬੈਂਡ ਸਬਸਟਾਂਸ ਨੂੰ ਡਰੱਗਸ ਨੂੰ ਮੈਂ ਲਿਖਤਾ ਇਲੀਗਲ ਸਬਸਟਾਂਸਿਸ ਟੂ ਇੰਪਰੂਵ ਦੇਅਰ ਪਰਫੋਰਮੈਂਸ ਹੈਜ਼ ਇਨਕਰੀਜ਼ਡ ਇਨ ਮੈਨੀ ਸਪੋਰਟਿੰਗ ਈਵੈਂਟ ਕਹਿਣ ਦਾ ਮਤਲਬ ਕੀ ਹੈ ਮੈਂ ਪੈਰਾਫਰੇਜ਼ਿੰਗ ਐਵੇਂ ਕੀਤੀ ਮੈਂ ਕੀ ਕੀਤਾ ਪਿੱਛੇ ਵਾਲੀ ਚੀਜ਼ ਅੱਗੇ ਲੈ ਗਿਆ ਅਤੇ ਅੱਗੇ ਵਾਲੀ ਚੀਜ਼ ਪਿੱਛੇ ਲੈ ਗਿਆ ਤੁਸੀਂ ਵੀ ਐਵੇਂ ਕਰ ਸਕਦੇ ਹੋ ਐਕਟਿਵ ਟੂ ਪੈਸਿਵ ਚੇਂਜ ਕਰ ਸਕਦੇ ਹੋ ਚੀਜ਼ਾਂ ਨੂੰ ਸੋ ਇਹਦੇ 'ਚ ਵੀ ਮੈਂ ਐਵੇਂ ਕੀਤਾ ਜਿਵੇਂ ਇੱਥੇ ਪ੍ਰੋਫੈਸ਼ਨਲ ਸਪੋਰਟਸ ਪਹਿਲਾਂ ਸੀ ਮੈਂ ਪ੍ਰੋਫੈਸ਼ਨਲ ਸਪੋਰਟ ਨੂੰ ਸਪੋਰਟਿੰਗ ਈਵੈਂਟ ਲੈ ਕੇ ਪਿੱਛੇ ਲੈ ਗਿਆ ਠੀਕ ਹੈ ਸੋ ਤੁਸੀਂ ਵੀ ਐਵੇਂ ਕਰ ਸਕਦੇ ਹੋ ਨੰਬਰ ਆਫ ਸਪੋਰਟਸ ਪੀਪਲ ਯੂਜਿੰਗ ਇਲੀਗਲ ਸਬਸਟਾਂਸਿਸ ਟੂ ਇੰਪਰੂਵ ਦੇਅਰ ਪਰਫੋਰਮੈਂਸ ਹੈਜ਼ ਇਨਕਰੀਜ਼ਡ ਇਨ ਮੈਨੀ ਸਪੋਰਟਿੰਗ ਈਵੈਂਟਸ ਨੋਰਮਲ ਆ ਕੋਈ ਇੱਡਾ ਯੂਜ਼ ਨਹੀਂ ਕੀਤਾ ਬੈਂਡਸ ਨੂੰ ਮੈਂ ਇਲੀਗਲ ਲਿਖਤਾ ਪ੍ਰੋਫੈਸ਼ਨਲ ਸਪੋਰਟਸ ਨੂੰ ਮੈਂ ਸਪੋਰਟਿੰਗ ਈਵੈਂਟ ਲਿਖਤਾ ਸੋ ਤੁਸੀਂ ਵੀ ਐਵੇਂ ਲਿਖ ਸਕਦੇ ਹੋ ਅਤੇ ਦੂਜੀ ਚੀਜ਼ ਆਪਾਂ ਕੀ ਕਰਨੀ ਆਪਾਂ ਦੇਣਾ ਇਹਨਾਂ ਕੁਸਚਨਸ ਦੇ ਆਨਸਰ ਹੁਣ ਪਹਿਲਾ ਕੁਸਚਨ ਕੀ ਆ ਵੀ ਕੀ ਕਾਰਨ ਨੇ ਉਹ ਕਿਉਂ ਯੂਜ਼ ਕਰਦੇ ਪਏ ਸੋ ਉਸ ਕੁਸਚਨ ਦਾ ਆਪਾਂ ਦੇਵਾਂਗੇ ਆਨਸਰ ਦੇਵਾਂਗੇ ਦਿਸ ਐਸੇ ਬਿਲੀਵਸ ਦੈਟ ਮੈਨੀ ਐਥਲੀਟਸ ਆਰ ਟੇਕਿੰਗ ਬੈਂਡਸ ਸਬਸਟਾਂਸ ਉਹ ਕਿਉਂ ਬੈਂਡ ਸਬਸਟਾਂਸ ਲੈਂਦੇ ਆ ਆਹ ਇਹਦਾ ਰੀਜ਼ਨ ਆ ਗਿਆ ਟੂ ਵਿਨ ਦਾ ਕੰਪੀਟੀਸ਼ਨ ਵੀ ਉਹ ਚਾਹੁੰਦੇ ਆ ਵੀ ਮੈਂ ਹੀ ਕੰਪੀਟੀਸ਼ਨ ਜਿੱਤਣਾ ਉਹਨਾਂ ਦੇ ਵਿੱਚ ਇੰਨੀ ਕੁ ਉਹ ਹੋ ਜਾਂਦੀ ਆ ਵੀ ਮੈਂ ਜਿੱਤਣਾ ਵੀ ਉਹਦੇ ਵਾਸਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ ਭਾਵੇਂ ਇਨਲੀਗਲ ਜਾਣ ਭਾਵੇਂ ਆਪਦੇ ਸਟੈਮਿਨਾ ਨਾਲ ਜਿੱਤਣ ਬਟ ਐਸੇ ਦੇ ਅਕੋਰਡਿੰਗ ਆਪਾਂ ਇਹ ਕਹਿਣ ਦੀ ਟਰਾਈ ਕਰ ਰਹੇ ਹਾਂ ਵੀ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਜਿਵੇਂ ਮਰਜ਼ੀ ਜਿੱਤਾਂ ਭਾਵੇਂ ਪੋਜ਼ੀਟਿਵ ਵੇ ਨਾ ਭਾਵੇਂ ਨੈਗੇਟਿਵ ਵੇ ਨਾ ਮੈਂ ਜਿੱਤਣਾ ਤਾਂ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਇਟ ਐਕਸੀਡਸ ਦਾ ਕੈਪੇਬਿਲਿਟੀ ਬਿਯੋਂਡ ਦੇਅਰ ਲਿਮਿਟ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਡਰੱਗਸ ਕੀ ਹੁੰਦਾ ਇੱਕ ਵਾਰੀ ਆਪਣੇ ਹਾਰਮੋਨਸ ਨੂੰ ਐਕਟੀਵੇਟ ਕਰ ਦਿੰਦੇ ਅਤੇ ਜਿਹਦੇ ਕਰਕੇ ਉਹਨਾਂ ਦੀ ਕਪੈਸਿਟੀ ਉਹਨਾਂ ਦੀ ਐਨਰਜੀ ਉਹਨਾਂ ਦੀ ਲਿਮਿਟ ਤੋਂ ਵੀ ਜ਼ਿਆਦਾ ਹੋ ਜਾਂਦੀ ਆਪਾਂ ਦੇਖਦੇ ਹਾਂ ਜਿਮ ਦੇ ਵਿੱਚ ਟੀਕੇ ਵਗੈਰਾ ਲਾ ਕੇ ਡੋਲੇ ਫਲਾ ਲੈਂਦੇ ਆ ਠੀਕ ਆ ਅਤੇ ਜਿਹਦੇ ਕਰਕੇ ਇੱਕ ਵਾਰੀ ਦੀ ਉਹਨਾਂ 'ਚ ਐਨਰਜੀ ਆ ਜਾਂਦੀ ਆ ਬੂਸਟਅਪ ਮਿਲ ਜਾਂਦਾ ਉਹਨਾਂ ਨੂੰ ਸੋ ਇਹੀ ਕਾਰਨ ਆ ਵੀ ਉਹ ਆਪਦੀ ਐਨਰਜੀ ਨੂੰ ਬੂਸਟ ਕਰਨ ਵਾਸਤੇ ਇੱਕ ਟਾਈਮ ਲਈ ਉਹਨਾਂ ਚੀਜ਼ਾਂ ਨੂੰ ਲੈਂਦੇ ਆ ਅਤੇ ਉਸ ਤੋਂ ਬਾਅਦ ਕੰਪੀਟੀਸ਼ਨ ਜਿੱਤਣ ਲਈ ਉਹ ਲੈਂਦੇ ਆ ਸੋ ਇਹ ਆਪਾਂ ਦੋ ਇਹਦੇ ਰੀਜ਼ਨਸ ਵਾਸਤੇ ਅਤੇ ਸਲਿਊਸ਼ਨਸ ਕੀ ਆ ਕਿਵੇਂ ਹਟਣਗੇ ਹੁਣ ਅਤੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਰੂਲ ਰੈਗੂਲੇਸ਼ਨ ਵਗੈਰਾ ਵਗੈਰਾ ਜਿਵੇਂ ਮਰਜ਼ੀ ਲਾ ਲਓ ਇਹਦੇ ਨਾਲ ਕੀ ਮੈਂ ਕਿਵੇਂ ਲਿਖਿਆ ਬਸ ਦੂਜੀ ਲਾਈਨ ਦਿਸ ਕੈਨ ਬੀ ਪ੍ਰਵੈਂਟਡ ਦਿਸ ਕੈਨ ਬੀ ਸੋਲਵ ਦਿਸ ਕੈਨ ਬੀ ਟੈਕਲਡ ਜੋ ਮਰਜ਼ੀ ਲਾਓ ਬਾਏ ਰਿਕੁਆਇਰਿੰਗ ਐਥਲੀਟਸ ਟੂ ਟੇਕ ਡਰੱਗ ਟੈਸਟ ਬਿਫੋਰ ਦਾ ਕੰਪੀਟੀਸ਼ਨ ਕਹਿੰਦੇ ਵੀ ਹਾਂ ਵੀ ਜੇ ਤੁਸੀਂ ਇਸ ਚੀਜ਼ ਤੋਂ ਹਟਾਉਣਾ ਤਾਂ ਡਰੱਗ ਟੈਸਟ ਰੱਖ ਦਿਓ ਵੀ ਹੋਣਾ ਹੀ ਹੋਣਾ ਚਾਹੀਦਾ ਵਾ ਡਰੱਗ ਟੈਸਟ ਹਰ ਇੱਕ ਐਥਲੀਟ ਦਾ ਪਰਫੋਰਮੈਂਸ ਤੋਂ ਪਹਿਲਾਂ ਓਬੀਅਸ ਆ ਜੇ ਉਹ ਕੀਤਾ ਹੋਊਗਾ ਪਤਾ ਲੱਗ ਜੂਗਾ ਜੀ ਠੀਕ ਆ ਐਂਡ ਪੁਨਿਸ਼ ਦੈਮ ਇਫ ਦੇ ਹੈਵ ਵਾਇਲੇਟਡ ਦਾ ਰੂਲਸ ਅਤੇ ਉਹਨਾਂ ਨੂੰ ਪੁਨਿਸ਼ਮੈਂਟ ਮਿਲਣੀ ਚਾਹੀਦੀ ਆ ਹਾਰਡ ਤੋਂ ਹਾਰਡ ਜੇ ਉਹ ਰੂਲਸ ਨੂੰ ਵਾਇਲੇਟ ਕਰਨ ਸੋ ਐਵੇਂ ਆਪਾਂ ਇਹਦੇ ਇੰਟਰੋ ਲਿਖਣੀ ਇੰਟਰੋ ਦੇ ਵਿੱਚ ਪੈਰਾਫਰੇਜ਼ਿੰਗ ਦੈਨ ਫਸਟ ਵਨ ਆ ਗਿਆ ਆਪਣਾ ਰੀਜ਼ਨ ਸੈਕਿੰਡ ਵਨ ਆ ਗਿਆ ਆਪਣਾ ਸਲਿਊਸ਼ਨ ਤੋ ਇਹ ਸੀਗੀ ਆਪਣੀ ਇੱਥੋਂ ਤੱਕ ਇੰਟਰੋ ਠੀਕ ਆ ਹੁਣ ਬੀ ਪੀ ਵਨ ਜਾਊਗਾ ਫਸਟ ਬੀ ਪੀ ਵਨ ਤੁਹਾਨੂੰ ਓਬੀਅਸ ਆ ਪਤਾ ਹੀ ਹੈ ਵੀ ਬੀ ਪੀ ਵਨ ਦੇ ਵਿੱਚ ਆਪਾਂ ਰੀਜ਼ਨਸ ਦੱਸਣੇ ਆ ਰੀਜ਼ਨ ਆਪਾਂ ਉੱਤੇ ਦੱਸ ਕੇ ਚੱਲੇ ਉਹਨਾਂ ਨੂੰ ਹੀ ਇਲੈਬੋਰੇਟ ਕਰਨਾ ਵਾ ਵੀ ਕਿਵੇਂ ਜਿੱਤਣ ਲਈ ਉਹ ਕਰਦੇ ਕਿਵੇਂ ਉਹਨਾਂ ਦੀ ਕਪੈਸਿਟੀ ਹੋਰ ਜ਼ਿਆਦਾ ਬਿਯੋਂਡ ਤੋਂ ਵੱਧ ਜਾਂਦੀ ਹੈ ਸੋ ਲੈਟਸ ਸੀ ਹੁਣ ਬੀ ਪੀ ਵਨ ਨੂੰ ਕਦੇ ਵੀ ਟੂ ਬਿਗਨ ਟੂ ਕਮੈਂਸ ਵਿਦ ਤੋਂ ਮੈਂ ਤਾਂ ਰੈਕਮੈਂਡ ਨਹੀਂ ਕਰਦਾ ਕਿਉਂਕਿ ਆਪਾਂ ਨੂੰ ਬੀ ਪੀ ਨਹੀਂ ਸ਼ੁਰੂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਇਹ ਆਈ ਡੀ ਪੀ ਨੇ ਹੀ ਕਿਹਾ ਹੋਇਆ ਵਾ ਵੀ ਤੁਸੀਂ ਨੋਰਮਲ ਬੀ ਪੀ ਸਟਾਰਟ ਕਰੋ ਸਿੱਧਾ ਮੁੱਦੇ ਦੀ ਗੱਲ ਕਰੋ ਕੋਈ ਦੇਅਰ ਆਰ ਮੈਨੀ ਰੀਜ਼ਨਸ ਬਟ ਦਾ ਪ੍ਰੀ ਡੋਮੀਨੈਂਟ ਵਨ ਇਜ਼ ਜੇ ਉਵੇਂ ਲਿਖੋਗੇ ਤਾਂ ਉਹ ਠੀਕ ਆ 6 ਵੀ ਆ ਸਕਦੇ 5.5 ਵੀ ਰਹਿ ਸਕਦੇ ਬਟ ਜੇ ਡਾਇਰੈਕਟ ਐਵੇਂ ਸਟਾਰਟ ਕਰੋਗੇ ਇਸ ਡਾਇਰੈਕਟ ਐਵੇਂ ਲਿਖੋਗੇ ਤਾਂ 100% ਬੈਂਡ ਮਿਲਣ ਦੀ ਤੁਹਾਨੂੰ ਸ਼ੋਰਟੀ ਮੈਂ ਦਿੰਦਾ ਵੀ ਜਦੋਂ ਤੁਸੀਂ ਸਿਰਫ ਮੁੱਦੇ ਦੀ ਗੱਲ ਕਰਦੇ ਹੋ ਉਨੇ ਹੀ ਜ਼ਿਆਦਾ ਬੈਂਡ ਮਿਲਦੇ ਆ ਮੈਂ ਸਿੱਧਾ ਗੱਲ ਕਰਦੀ ਵੀ ਕੀ ਰੀਜ਼ਨ ਆ ਸਮ ਸਪੋਰਟਸਮੈਨ ਆਰ ਟੇਕਿੰਗ ਦਾ ਬੈਂਡ ਸਬਸਟਾਂਸ ਬਿਕੋਜ਼ ਦੇਖੋ ਸਿੱਧਾ ਕੋਈ ਨਹੀਂ ਲਿਖਿਆ ਦੇਅਰ ਆਰ ਮੈਨੀ ਬਟ ਦਾ ਪ੍ਰੀ ਡੋਮੀਨੈਂਟ ਵਨ ਨਾ ਸਿੱਧਾ ਲਿਖਿਆ ਵੀ ਕਿਉਂ ਲੈਂਦੇ ਆ ਬਿਕੋਜ਼ ਦੇ ਵੋਂਟ ਟੂ ਬੀ ਦਾ ਬੈਸਟ ਐਥਲੀਟ ਇਨ ਦਾ ਕੰਪੀਟੀਸ਼ਨ ਬਿਕੋਜ਼ ਉਹ ਬਣਨਾ ਚਾਹੁੰਦੇ ਆ ਬੈਸਟ ਐਥਲੀਟ ਕੰਪੀਟੀਸ਼ਨ ਦੇ ਵਿੱਚ ਇੱਥੇ ਵੀ ਮੈਂ ਆਹੀ ਚੀਜ਼ ਪਾਈ ਸੀ ਟੂ ਵਿਨ ਦਾ ਕੰਪੀਟੀਸ਼ਨ ਇਹਨੂੰ ਥੋੜ੍ਹਾ ਜਿਹਾ ਘੁਮਾ ਕੇ ਮੈਂ ਲਿਖਤਾ ਟੂ ਬੀ ਦਾ ਬੈਸਟ ਐਥਲੀਟ ਇਨ ਦਾ ਕੰਪੀਟੀਸ਼ਨ ਇਟ ਇਜ਼ ਇਨ ਦੇਅਰ ਨੇਚਰ ਇਹ ਉਹਨਾਂ ਦੇ ਨੇਚਰ 'ਚ ਹੁੰਦਾ ਵਾ ਹੁਣ ਇਹ ਚੀਜ਼ ਤਾਂ ਓਬਵੀਅਸ ਆ ਨੇਚਰ 'ਚ ਹੀ ਹੁੰਦੀ ਅਗਲੇ ਦੇ ਵੀ ਮੈਂ ਚਾਹੇ ਜਿਹੜੇ ਤਰੀਕੇ ਨਾਲ ਮਰਜ਼ੀ ਜਿੱਤਾਂ ਬਸ ਮੈਂ ਜਿੱਤਣਾ ਉਹੀ ਬੰਦੇ ਡਰੱਗ ਲੈਂਦੇ ਆ
दूजे नॉर्मल बंदे नहीं लेंदे जिन्हां नूं जिहड़े आपदी हार्ड वर्क करते हैं, सो उही बंदे लेंदे जिन्हां दे नेचर च हुंदा मैं जितने मर्जी जितना। इट इज़ इन देयर नेचर टू बी ऑन द टॉप अमंग अदर कंपीटीटर्स एंड विनिंग इट इन देयर मेन गोल। बस जितना ही उन्हों का मेन गोल हों वा सिर्फ एको उही चीज़ मैं ये एक्सप्लेन करती। इन अडिशन यूजिंग इन लीगल सबसटांस हैल्प एक्सीड देयर एबिलिटी बाय बूस्टिंग देयर फिजिकल स्ट्रेंथ। तो दूजी चीज़ मैं जमें उपर लिखी सी जिदे उन्होंने कैपेबिलिटी इनक्रीज हो जाती है, तो उही ये लिखा है कि जो वो यूज़ करते इलीगल सबसटांस ये एक्सीड कर देता उन्होंने एबिलिटी बाय बूस्टिंग देयर फिजिकल स्ट्रेंथ, जिदे उन्होंने फिजिकल स्ट्रेंथ बहुत ज़्यादा वध जाती है। दे आर टेम्पटड to do this because it helps them to handle difficult training indeed to achieve their goal. मैं लिखा they are tempted to do this because it helps them to handle the difficult training needed to achieve their goal. इहदा मतलब ये आ तुसी नॉर्मल इहदे च लिखो, ये लाइन थोड़ी जी कॉम्प्लीकेटेड आ, तुसी सीधा सीधा लिख सकदे हो इहदे विच they wanted to do this, ਉਹ ਐਸ ਕਰਕੇ ਐਵੇਂ ਕਰਨਾ ਚਾਹੁੰਦੇ ਆ ਵੀ ਜਦੋਂ ਉਹਨਾਂ ਦੇ ट्रेनिंग्स के हार्ड सिचुएशन आदियाँ ईजली टैकल कर सकन। ठीक है, मतलब डिफिकल्ट चीज़ों आप पता ही आ भी जो आप ड्रग्स वगैरह बंदा लैंदा पता नहीं लगता की होया की औखा की सौखा, आपां नूं भी पता ही आ। ठीक है, तो आप देखते रहने अक्सर कर मूवीज़ भी, कई बंद ने रील्स भी देखे होंगे, उन्होंने अगे कोई काम नहीं कोई कुछ नहीं थकता नहीं बंदा। सो उही चीज़ लिखी हुई है भी उन्होंने पता ही नहीं लगता, बस उन्होंने मेन गोल यही होता भी कम होना चाहिए जितना चाहिए, डैट वॉज देयर मेन गोल। फॉर एग्जाम्पल मिचल फ्लैप्स कोई भी बंदा ला लो एग्जाम्पल, हमेशा तुसी रियल लाइफ एग्जाम्पल ही पायो, सर्वे वाले एग्जाम्पल नहीं चलते हुण। ठीक है, वो बैंड नहीं मिलेंगे, परसेंटेज वगैरह डाटा डूटा ना पाया करो, रियल लाइफ एग्जाम्पल पाया करो। जिवें मैं मिचल फ्लैप्स लिखिया, ए प्रोफेसनल स्विमर स्विमर कन्फेस्ड डैट ही यूज confess that the use of an illegal substance has helped him to become an Olympic gold medalist. So उस तरीके का ही मैं एग्जाम्पल पाता, तुम्हें भी एवं ही करना। मैं भी जमें लिखा सी भी अचीव मेन गोल उन्होंने अचीव हों ड्रग लैन तो बाद चीज़ मैं इतने लिखती एग्जाम्पल भी, उन्हें कन्फेस किया भी वो ओलंपिक का गोल्ड क्यों जितया सी क्योंकि उन्हें इलीगल सबसटांस लिया हुआ सी जिहड़ी उन्हें हैल्प की हैल्प की जितने वास्ते। सो यही सीगा अपना BP1 रीजन का। BP1 दे विच दो तीन चीज़ें याद रखो, ज़्यादा कनैक्टर नहीं पाने। ठीक है, टू बिगन विद टू कमेंस विद है ना टू एक्सप्लेन इट मोर ओवर फरदर मोर, ज़्यादा कनैक्टर ना पाया करो, नहीं वधिया लगते, वो ओवर कंपलैक्स हो जाएंगी चीज़ा जो कि सही नहीं होंगे। ठीक है, नॉर्मल रखो उन्ने ही बैंड ज़्यादा आने, नॉर्मल जिन्ना जेनुअन रहूगा ऐसे उन्ने ही जिन्ना सिंपल रहूगा उन्ने ही ज़्यादा बैंड आने। ठीक है, आपदा लिखिया करो एवें ही जिहड़ी क्राइमिंग वाले लाइन देयर आर मैनी देयर आर प्लेथोरा ऑफ रीजनस बट द प्रीडोमिनेंट वन इज, ये रटियां रटाइया लाइना वा, ये हर एक चीज़ यूज़ करोगे तो मैमोराइज लाइन के नंबर नहीं मिलने। बैंड डिस्क्रिप्टर से जाकर देख लो तो उत्थे लिखा है जीरो बैंड के अगे भी जो बच्चा मैमोराइज रिस्पोंस मिल लिखता उन्हें जीरो बैंड मिलते हैं। सो ये मैमोराइज ही होंगे जो हर एसे से लिखते हो, सो नहीं लिखनिया सीधा टॉपिक तो एसे स्टार्ट करना, सीधी वोरी एक्सप्लेनेशन देनी है आपके वधिया तरीके दे नाल। ठीक है, एग्जाम्पल रियल लाइफ एग्जाम्पल पाना बस। ठीक है, हुण दूजा सल्यूशन। One solution to eradicate this problem is to test all the athletes before the competition. मैं सीधा सीधा लिखिया भी इको एक सोल्यूशन की आ इरेडिकेट करन दा, इनू भी टेस्ट करो हर सारे एथलीट्स नू बिफोर द कंपीटिशन, कंपीटिशन तो पहला, सो दैट दे विल बी डिसकरेज्ड फ्रॉम यूजिंग द बैंड सबसटांस, ताकि उन्होंने डिसकरेज किया जाए। जो उन्होंने पता होगा ना कि मेरा टेस्ट होना, वो नहीं करेंगे, वो नहीं करेंगे। सो ये चीज़ उन्होंने एक डर पैदा करेगी भी हाँ भी साड़ा टेस्ट होना, तो उन्होंने डिसकरेज करेगी ये चीज़ वो चीज़ा लैन तो। अलोइंग फेयर कंपीटिशन अमंग द एथलीट्स, तो ये चीज़ अलाउ करेगी भी फेयर कंपीटिशन होवे। मोर ओवर स्पोर्ट्स ऑर्गेनाइजेशन शुड ऑलसो पुनिश एथलीट्स हू आर टेकिंग परफॉर्मेंस, कि स्पोर्ट्स जिहड़ियां ऑर्गेनाइजेशन आ उन्होंने भी पुनिशमेंट देनी चाहिए आ उन्होंने जेडे कि परफॉर्म करते by using the enhancing या फिर enhancing the drugs का यूज करते हैं परफॉर्मेंस वास्ते, सच एज बैनिंग दैम फ्रॉम प्लेइंग एनी स्पोर्ट्स इवेंट। पहली गल उन्होंने बैन कर देना चाहिए वा, सच टाइप सच एज बैनिंग दैम फ्रॉम प्लेइंग एनी स्पोर्ट, उन्होंने कोई भी स्पोर्ट खेलना नहीं देना चाहिए जे कोई एवं का बंदा मिलता वा। सो पुनिशमेंट होगी तो ओबियस डरनगे। दे विल गिव दैम लैसन एंड टेक अवे द टैम्पटेशन ऑफ यूजिंग इलीगल सबसटांस, तो यही उन्होंने एक लैसन रहूगा तो उन्होंने दूर रखूगा इन्ना सबसटांस। फॉर एग्जाम्पल
टू डे फ्रांस कोई भी नाम चक लो यार तुसी, ठीक है। ऑर्गेनाइजेशन हैज़ बैंड एडवर्ड आर्मस्ट्रॉन्ग फ्रॉम एंटरिंग द बाइक रेसिंग कंपटीशन एंड स्ट्रिप डाउन ऑल हिज ट्रॉफीज बिकॉज ऑफ हिज ड्रग वायलेशन। आ जी ऑर्गनाइजेशन सी टू डे फ्रांस के उन्हें जोड़ा एडवर्ड आर्मस्ट्रॉन्ग सेगा उन्हें ड्रग लिया सीगा, इस करके उन्होंने पुनिशमेंट की दी उन्होंने, एक तो जिन्या भी वो अवार्ड से उन्होंने स्ट्रिप डाउन कर लिया भी उन्होंने को सारे ले ले ते उन्हों बैन कर दिता क्योंकि उन्हें ड्रग वायलेशन दिते से भी एवें दे रूल्स होने चाहिए ता ही बंदे कामयाब होणगे, ठीक है। इहदे विच भी मैं डायरैक्ट क्वेश्चन अपने स्टार्ट किया वा अपने मेन टॉपिक तो भी आ सल्यूशन, फिर मैं उसकी थोड़ी जी एक्सप्लेनेशन दी है, रियल लाइफ एग्जाम्पल दिते है, ठीक है। तुसें भी एवें करना वा, ज़्यादा चक्करां च ना पाओ, जो ज़्यादा करवाउंदे हो ज़्यादा चक्करां च ना पाओ, थोनू भी कन्फ्यूज करनगे ते बैंड रिक्वायरमेंट भी उत्थे जी रुक जाती है, ता ही राइटिंग दे विच छे साढ़े छे तो उत्ते बैंड नहीं आते क्योंकि तुसी ओवर जनरलाइज कर देने हो, ओवर कंपलैक्स कर देने हो, कनैक्टर्स ते कंपलैक्स फॉर्मेशन ते ज़्यादा जोर दे देने हो, जिदे करके थोड़ा टास्क रिस्पोंस बिगड़ जाता, रियल जो टास्क होंगे तुसी भटक जाने, ठीक है। सो नॉर्मल रखो, जनरल चीज़ा रखो, वधिया वधिया ऐसे लिखो, जिहड़ी चीज़ थोड़े माइंड च आई जांदी उही सीधा लिखो। सो उही थोड़ा एसे आ, एसे का मतलब होंगे ईजी टू अंडरसटैंड, जेडे एसे ईजी टू अंडरसटैंड होगा, समझना सौखा होगा, उही एसे सौखा होंगे तो उस एसे दे ही बैंड मिलते हैं, ठीक है। कंकलूजन, इन कंकलूजन, कई बच्चे इतने टू रेपचुकलेट वगैरह पा देंगे, नहीं लिखना, नॉर्मल टू कंकलूड इन कंकलूजन लिखो। मैनी एथलेट नाउअडेज यूज इलीगल सब्सटेंस टू विन द कंपटीशन एंड एग्जीड देयर फिजिकल एबिलिटी कैपेबिलिटी। सो मैं जो चीज इंट्रो डायरैक्ट क्वेश्चन दिता हूँ तो मैं उही अपने ये लास्ट के कंकलूजन पा दिना हूँ, कोई दिक्कत नहीं। हाउ एवर इट इज़ ए विटल टू फेयर द कंपटीशन एंड दिस कैन बी एरेडिकेटेड बाय रिक्वायरिंग एथलीट्स टू डू ड्रग बिफोर टू डू ड्रग टेस्ट एंड बैन इफ दे फाउंड गिल्टी। उही चीज़ मैं इतने घुमा के लिखती थोड़ी जी, तो तुम्हें भी एवें ही करना वा, ठीक है। वो तुम अपना सुजैशन दे सकते हो कंकलूजन के। सो ऐसे नॉर्मल ही वधिया लगता वा, नॉर्मल ऐसे लिखोगे उन्ने ही ज़्यादा बैंड होंगे, उन्नी ही वधिया थोड़ी तुसी कह सकते हो राइटिंग होगी। सो राइटिंग दे विच 7+ जाना वा तो सिंपल रखो, कंपलैक्स फॉर्मेशन ते ज़्यादा जोर ना दो, वोकैबलरियां ते ज़्यादा जोर ना दो, ठीक है, कनैक्टर दे वाला जोर ना दो। चीज़ा जो सिंपल मैं थोड़ा दसती हाँ, इंट्रो दे विच जनरल लाइन नहीं पौनी, थेसिस नहीं पौनी, सीधी पैराफ्रेजिंग करके डायरैक्ट क्वेश्चन का आंसर देना, तो अपने बॉडी पैराग्राफ दे विच ज़्यादा देयर आर मैनी प्लेथोरा ऑफ रीजनस एवें लिख के स्टार्ट नहीं करना, डायरैक्ट मुद्दे तो स्टार्ट करो, ठीक है। उन्ने ही वधिया बैंड होणगे, ज़्यादा कनैक्टर नहीं पौने, अपने जिहड़ा एग्जाम्पल आदा मतलब डाटा वगैरह नहीं पाना, सर्वे वाला नहीं पाना, नहीं तो सही नहीं रहना। सो येगा अपना टास्क टू द डायरैक्ट क्वेश्चन वाला टाइप। सो ठीक है जी, बाकी जे कोई बच्चा ऑनलाइन क्लास का इच्छुक होवे, एक्चुअली असी तो मैं खुद ऑनलाइन क्लास प्रोवाइड नहीं करवा रहा, हले साढ़े कैनेडा तो है ने एक ट्रेनर, ठीक है, उन्होंने खुद के भी 777-8 ने, उन्होंने राइटिंग 7 ने, ठीक है, 7.5 ने, ठीक है, ओवरऑल उन्होंने 8 बैंड ने, तुसी असी उन्हां को थोड़ी क्लास पावांगे, बाकी जे तुहानूं वधिया लगे तो तुसी लै लिओ, नहीं तो फिर डैमो ला के तुसी देख सकते हो एक बार। जे किसी बच्चे ने भी डैमो लेना होवे तो ये नंबर आ, ये तुसी कॉन्टैक्ट करो तो असी थोनू डैमो प्रोवाइड करवा देंगे, जे बच्चे नूं वधिया लगे तो जॉइन कर लवे, बाकी बच्चे की मर्जी होंदी है, ठीक है। उस तो भी बाद जे थोनू अपनी राइटिंग दी वीडियो वधिया लगी हुए, चैनल नूं सबसक्राइब करना ना भुल्यो, शेयर ते लाइक ते कमेंट करना ना भुल्यो। मिलते हैं एवें दी किसी होर वीडियो दे विच, थैंक यू सो मच। सो वेलकम टू द वीडियो गाइज, अज दी वीडियो दे विच थोड़े को टॉपिक थोड़े सामने आ, विदाउट वेस्टिंग योर टाइम मैं डायरैक्ट टॉपिक ते होना वा, ठीक है, तो आप देखा भी कैवें एस एस ए राइट करना, ठीक है। देखो सम पीपल से वी डू नॉट नीड प्रिंटड न्यूज़पेपर एनीमोर, कहना भी कुछ लोग सोचते भी आपको प्रिंटड न्यूज़पेपर की हूँ लोड़ ही नहीं गई। प्रिंटड न्यूज़पेपर कि हो गए जिन्होंने आपी अखबार कह दें, कहते भी उन्होंने लड़ ही नहीं गई। टू वट एक्सटेंट डू यू एग्री और डिसएगरी, इस गल तक तुम किस हद तक एगरी या डिसएगरी हो। टॉपिक का सरना पहला टाइप देखो, टू वट एक्सटेंट, देखो दो तरह के टॉपिक होंगे, डू यू एगरी डिसएगरी तो टू वट एक्सटेंट, तो डू यू एगरी वाले थोनों भी पता सिर्फ आप एक साइड जा सकते हैं, जे तुम कहता भी एगरी हो मतलब दोनों बीपी तुम एगरी दे बनाओगे, जे तुम कहता भी डिसएगरी दैन दोनों डिसएगरी, तो टू वट एक्सटेंट वाले जो तुम पार्शली जाके एक बीपी एगरी दैन सैकेंड बीपी डिसएगरी या लार्जली एगरी लार्जली डिसएगरी का बना सकते। उस तो भी पहला जो इंपोर्टेंट गल्ला ने एक दो बच्चे जो ध्यान नहीं देंगे,
ਸਾਰਿਆਂ ਨਾਲ ਪਹਿਲਾਂ ਜਦੋਂ ਉਹ ਪੁਆਇੰਟ ਸੋਚਦੇ ਨੇ, ਦੇਖੋ ਪਲੈਨਿੰਗ ਕਿਹੜੇ ਹਿਸਾਬ ਨਾਲ ਕਰਨੀ ਹੈ, ਥੋੜ੍ਹਾ ਜਿਹਾ ਮੈਂ ਤੁਹਾਨੂੰ ਪਲੈਨਿੰਗ ਦਾ ਦੱਸਦਾ, ਉਸ ਤੋਂ ਬਾਅਦ ਰਾਈਟ ਕਰਦੇ ਹਾਂ, ਕਿਉਂਕਿ ਇਹਦੇ 'ਚ ਬਹੁਤ ਗਲਤੀਆਂ ਹੁੰਦੀਆਂ ਸਟੂਡੈਂਟ ਦੀਆਂ। ਪਲੈਨਿੰਗ ਦੇ ਵਿੱਚ ਸਟੂਡੈਂਟ ਕੀ ਕਰਦੇ, ਆਈਡੀਆ ਸੋਚ ਲੈਂਦੇ ਆ, ਠੀਕ ਹੈ। ਮੰਨ ਲਓ ਪਾਰਸ਼ਲੀ ਐਗਰੀ ਚੱਲ ਗਏ, ਐਗਰੀ ਦਾ ਆਈਡੀਆ, ਇਹ ਡਿਸਐਗਰੀ ਦਾ ਆਈਡੀਆ ਸੋਚ ਕੇ, ਚਲੋ ਵੀ ਆਈਡੀਆ ਆ ਗਿਆ, ਹੁਣ ਲਿਖਣਾ ਸਟਾਰਟ ਕਰ ਦਈਏ। ਉਹ ਡਾਇਰੈਕਟ ਜਦੋਂ ਲਿਖਣਾ ਸਟਾਰਟ ਕਰਦੇ ਨਾ, ਆਈਡੀਆ ਤਾਂ ਤੁਸੀਂ ਸੋਚ ਲੈਂਦੇ ਹੋ, ਬਟ ਜੇ ਤੁਸੀਂ ਲਿਖਣ ਲੱਗਦੇ ਹੋ, ਤੁਸੀਂ ਤੁਹਾਡੇ ਕੋਲ ਐਕਸਪਲੇਨੇਸ਼ਨ ਨਹੀਂ ਹੋ ਪਾਉਂਦੀ ਉਸ ਚੀਜ਼ ਦੀ, ਜਿਹੜੀ ਕਿ ਬੜੀ ਵੱਡੀ ਗਲਤੀ ਆ। ਫਿਰ ਇਗਜ਼ਾਮਪਲ ਲਿਖਣ 'ਤੇ ਉਹਨੂੰ ਇਗਜ਼ਾਮਪਲ ਵੀ ਨਹੀਂ ਸੋਚਿਆ ਜਾਂਦਾ, ਉਹ ਵੀ ਨਹੀਂ, ਮਤਲਬ ਸਟੱਕ ਕਰ ਜਾਂਦੇ ਹੋ। ਸੋ ਆਈਡੀਆ ਜਦੋਂ ਵੀ ਸੋਚੋ, ਆਈਡੀਆ ਦੇ ਨਾਲ ਉਹਦੀ ਐਕਸਪਲੇਨੇਸ਼ਨ ਵੀ ਜ਼ਰੂਰੀ ਆ ਸੋਚਣੀ, ਐਕਸਪਲੇਨੇਸ਼ਨ ਦੇ ਨਾਲ ਉਹਦਾ ਇਗਜ਼ਾਮਪਲ ਵੀ ਜ਼ਰੂਰੀ ਆ, ਰਿਜ਼ਲਟ ਵੀ ਜ਼ਰੂਰੀ ਆ। ਇਹ ਚੀਜ਼ਾਂ ਪਹਿਲਾਂ ਹੀ ਪਲੈਨ ਕਰੋਗੇ, ਫਿਰ ਜਾ ਕੇ ਰਾਈਟਿੰਗ 'ਚ ਸਟੱਕ ਨਹੀਂ ਕਰੋਗੇ। ਭਾਵੇਂ 10 ਮਿੰਟ ਲੱਗ ਜਾਣ ਪਲੈਨਿੰਗ 'ਤੇ, ਬਟ ਇੰਨੀ ਗੱਲ ਕਨਫਰਮ ਆ ਵੀ ਜੇ ਤੁਹਾਡੇ ਇੱਥੇ 10 ਮਿੰਟ ਲੱਗ ਗਏ ਨਾ, ਅਗਲਾ ਸਾਰਾ ਦਾ ਸਾਰਾ ਐਸੇ 30 ਮਿੰਟਸ 'ਚ ਤੁਸੀਂ ਕੰਪਲੀਟ ਕਰ ਦੋਗੇ, ਜਦੋਂ ਤੁਹਾਡੇ ਕੋਲ ਸਾਰਾ ਕੁਝ ਹੋਊਗਾ, ਐਕਸਪਲੇਨੇਸ਼ਨ ਹੋਊਗੀ, ਇਗਜ਼ਾਮਪਲ ਹੋਊਗੀ, ਤਾਂ ਓਬੀਅਸ ਹੈ ਨਾ ਸਾਰੀਆਂ ਚੀਜ਼ਾਂ ਤੁਸੀਂ ਕਰ ਦੋਗੇ। ਸੋ ਆਪਾਂ, ਮੈਂ ਤੁਹਾਨੂੰ ਕਰਕੇ ਦਿਖਾਉਣਾ ਵੀ ਕਿਵੇਂ ਆਪਾਂ ਐਕਸਪਲੇਨੇਸ਼ਨ, ਕਿਵੇਂ ਆਪਾਂ ਪਲੈਨਿੰਗ ਕਰਨੀ ਆ। ਸੋ ਜਿਵੇਂ ਕਿ ਤੁਹਾਡੇ ਸਾਹਮਣੇ ਟੋਪਿਕ ਆ ਵੀ ਕਿਉਂ ਲੋਕਾਂ ਨੇ ਅੱਜ ਕੱਲ੍ਹ ਆਪਣੇ ਕਿਉਂ ਲੋਕਾਂ ਨੇ ਅੱਜ ਕੱਲ੍ਹ ਆਪਣੇ ਨਿਊਜ਼ ਪੇਪਰ ਦਾ ਯੂਜ਼ ਘੱਟ ਕਰਤਾ, ਹੈ ਨਾ। ਹੁਣ ਇਹ ਵਾ ਆਪਣਾ ਟੋਪਿਕ, ਦੇਖੋ ਨਿਊਜ਼ ਪੇਪਰ ਕੀ ਆ, ਨਿਊਜ਼ ਪੇਪਰ ਤੁਹਾਨੂੰ ਵੀ ਪਤਾ ਵਾ, ਅਖਬਾਰ ਵਗੈਰਾ ਸਾਰੇ ਉਹ ਨਿਊਜ਼ ਪੇਪਰ 'ਚ ਆਉਂਦੇ ਨੇ, ਠੀਕ ਆ। ਕਿਉਂ ਕਰਤਾ ਤੁਹਾਨੂੰ ਵੀ ਪਤਾ ਵਾ ਇਹ ਗੱਲ ਵੀ, ਕਿਉਂਕਿ ਔਨਲਾਈਨ ਮੀਡੀਆ ਆ ਗਿਆ। ਸੋ ਐਸੇ ਦੇ ਵਿੱਚ ਥੋੜ੍ਹਾ ਜਿਹਾ ਕੰਪੈਰੀਜ਼ਨ ਜਾਊਗਾ ਵੀ ਉਹਦੀਆਂ ਐਡਵਾਂਟੇਜਸ ਆ ਨੇ, ਉਹਦੀਆਂ ਡਿਸਐਡਵਾਂਟੇਜਸ ਨੇ, ਆਹ ਰੀਜ਼ਨਸ ਨੇ, ਸੇ। ਸੋ ਐਵੇਂ ਦੀਆਂ ਚੀਜ਼ਾਂ ਤੁਸੀਂ ਜਿਵੇਂ ਜਿਵੇਂ ਲਿਖੋਗੇ ਉਵੇਂ ਉਵੇਂ ਦੇਖਿਓ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ, ਮੰਨ ਲਓ ਆਪਾਂ ਮੈਂ ਕਹਿੰਦਾ ਵੀ ਐਗਰੀ ਵੱਲ ਜਾਂਦੇ ਹਾਂ ਵੀ ਐਗਰੀ ਦੇ ਕੀ ਪੁਆਇੰਟ ਹੋ ਸਕਦੇ ਆ, ਠੀਕ ਹੈ। ਐਗਰੀ ਦੇ ਵਿੱਚ ਇਹ ਵਾ, ਐਗਰੀ ਇਹ ਵਾ ਵੀ ਹਾਂ ਵੀ ਲੋਕਾਂ ਨੇ ਘੱਟ ਕਰਤਾ, ਇਸ ਕਰਕੇ ਘੱਟ ਕਰਤਾ। ਹੁਣ ਕਿਉਂ ਘੱਟ ਕਰਦਾ, ਸਾਰਿਆਂ ਦੇ ਮਾਇੰਡ ਦੇ ਵਿੱਚ ਪਹਿਲੀ ਚੀਜ਼ ਆਹੀ ਆਊਗੀ ਵੀ ਉਹਨਾਂ ਕੋਲ ਟਾਈਮ ਹੀ ਹੈ ਨਹੀਂ, ਠੀਕ ਆ, ਟਾਈਮ ਹੀ ਹੈ ਨਹੀਂ ਉਹਨਾਂ ਦਾ, ਜਿਹੜਾ ਬਿਜ਼ੀ ਸਕੈਡਿਊਲ ਕਰਕੇ। ਹੁਣ ਬਿਜ਼ੀ ਦੇ ਵਿੱਚ ਮੈਂ ਐਕਸਪਲੇਨੇਸ਼ਨ ਸੋਚੂੰਗਾ ਵੀ ਲੋਕ ਇੰਨੇ ਕੁ ਬਿਜ਼ੀ ਹੋ ਗਏ ਕੰਮ ਕਾਰਾਂ ਦੇ ਵਿੱਚ, ਉਹਨਾਂ ਕੋਲ ਟਾਈਮ ਹੀ ਹੈ ਨਹੀਂ, ਠੀਕ ਆ, ਟਾਈਮ ਨਹੀਂ ਹੈਗਾ, ਐਕਸਟਰਾ ਟਾਈਮ ਹੈ ਨਹੀਂਗਾ, ਕਹਿਣ ਦਾ ਮਤਲਬ ਵੀ ਆ ਜਿਹੜੇ ਨਿਊਜ਼ ਪੇਪਰ ਉਹਨਾਂ ਨੂੰ ਬਹਿ ਕੇ ਪੜ੍ਹ ਸਕਣ। ਉਹੀ ਇਹਦੇ ਅਦਰ ਹੈਂਡ ਦੇ ਵਿੱਚ, ਮਤਲਬ ਜਿਹੜਾ ਔਨਲਾਈਨ ਮੀਡੀਆ ਵਾ ਉਹਨੂੰ ਆਪਾਂ ਕਿਤੇ ਵੀ ਬਹਿ ਕੇ ਯੂਜ਼ ਕਰ ਸਕਦੇ ਹਾਂ, ਜਿਹਦੇ ਨਾਲ ਆਪਣਾ ਟਾਈਮ ਵੀ ਸੇਵ ਹੁੰਦਾ ਵਾ, ਠੀਕ ਹੈ। ਇਗਜ਼ਾਮਪਲ ਦੇ ਤੌਰ 'ਤੇ ਤੁਸੀਂ ਦੇਖ ਹੀ ਸਕਦੇ ਹੋ ਵੀ ਮੰਨ ਲਓ ਵੀ ਜਿਹੜੇ ਬਿਜ਼ੀ ਬੰਦੇ ਜ਼ਿਆਦਾਤਰ ਹੁੰਦੇ ਆ ਉਹ ਫੋਨ ਦੇ ਵਿੱਚ ਆਪਣੇ ਆਪ ਨੂੰ ਅਪਡੇਟ ਕਰ ਲੈਂਦੇ ਨੇ, ਕਿਵੇਂ ਕਰਨਗੇ, ਮੰਨ ਲਓ ਟਰੈਵਲਿੰਗ ਟਾਈਮ ਕਰ ਸਕਦੇ ਆ। ਸੋ ਉਹੀ ਟਾਈਮ ਉਹਨਾਂ ਦਾ ਆਫਿਸ ਵਰਕ ਦੇ ਵਿੱਚ ਯੂਜ਼ ਕਰ ਸਕਦੇ। ਸੋ ਐਗਰੀ ਦੀ ਆ ਹੋ ਗਈ। ਜੇ ਮੈਂ ਡਿਸਐਗਰੀ ਦੀ ਸਟੇਟਮੈਂਟ ਦੇਖਾਂ ਵੀ ਡਿਸਐਗਰੀ ਦੇ ਵਿੱਚ ਤੁਹਾਨੂੰ ਇਹ ਲਿਖਣਾ ਪਊਗਾ, ਠੀਕ ਆ ਮੰਨਦੇ ਹਾਂ ਵੀ ਯੂਜ਼ ਘੱਟ ਗਿਆ, ਪਰ ਇਹਦਾ ਨੁਕਸਾਨ ਵੀ ਤਾਂ ਹੋ ਰਿਹਾ ਨਾ। ਨੁਕਸਾਨ ਇਹ ਹੋ ਰਿਹਾ ਵੀ ਜਿਹੜਾ ਤਾਂ ਔਨਲਾਈਨ ਮੀਡੀਆ ਦੇਖੋ, ਉਹ ਕੋਈ ਵੀ ਬੰਦਾ ਕਿਤੇ ਵੀ ਬੈਠਾ ਪੋਸਟ ਪਾ ਦੂਗਾ, ਭਾਵੇਂ ਉਹ ਫੇਕ ਵੀ ਹੋ ਸਕਦੀ ਆ, ਬਟ ਜਿਹੜਾ ਐਕਚੁਅਲ ਰਿਲਾਇਬਲ ਸੋਰਸ ਆਫ ਇਨਫੋਰਮੇਸ਼ਨ ਆ ਉਹ ਪ੍ਰਿੰਟਡ ਮੀਡੀਆ ਹੀ ਆ। ਕਿਉਂ ਪ੍ਰਿੰਟਡ ਮੀਡੀਆ, ਹੁਣ ਐਕਸਪਲੇਨੇਸ਼ਨ ਵੀ ਕਰਨੀ ਪਊਗੀ, ਕਿਉਂਕਿ ਜਿਹੜੀ ਪ੍ਰਿੰਟ ਹੁੰਦੀਆਂ ਨੇ ਚੀਜ਼ਾਂ ਉਹ ਪਹਿਲਾਂ ਐਗਜ਼ਾਮਿਨ ਹੁੰਦੀਆਂ ਵਾ, ਐਗਜ਼ਾਮਿਨਡ ਹੁੰਦੀਆਂ ਵਾ, ਕਿਹਦੇ ਦੁਆਰਾ, ਐਡੀਟਰ ਦੁਆਰਾ, ਉਸ ਤੋਂ ਬਾਅਦ ਜਾ ਕੇ ਕਿਤੇ ਅਖਬਾਰ ਦੇ ਵਿੱਚ ਖਬਰ ਛਾਪਦੀ ਆ। ਸੋ ਐਕਸਪਲੇਨੇਸ਼ਨ, ਆਈਡੀਆ, ਐਵੇਂ ਪਲੈਨਿੰਗ ਕਰਕੇ ਚੱਲੋ, ਪੁਆਇੰਟ ਬਣਾ ਕੇ ਚੱਲੋ, ਬਹੁਤ ਆ ਇੰਨਾ ਟਾਈਮ, ਜ਼ਿਆਦਾ ਨਹੀਂ ਲਾਉਣਾ। ਸੋ ਆਪਾਂ ਵੀ ਟੋਪਿਕ 'ਤੇ ਆਉਂਦੇ ਹਾਂ ਵੀ ਕਿਵੇਂ ਲਿਖੀਏ ਸਰ, ਹੁਣ ਇੰਟਰੋ ਕਿਵੇਂ ਲਿਖਣੀ ਆ, ਇੰਟਰੋ ਦੇ ਵਿੱਚ ਕੀ ਗੱਲਾਂ ਧਿਆਨ ਰੱਖਣੀਆਂ, ਉਹ ਚੀਜ਼ ਆਪਾਂ ਕਰਨੀ। ਸੋ ਸਰ ਨਾਲ ਪਹਿਲਾਂ ਪੈਰਾਫਰੇਜ਼ਿੰਗ, ਮੈਂ ਹਮੇਸ਼ਾ ਇਹੀ ਕਹਿੰਦਾ ਵੀ ਕੋਈ ਜਨਰਲ ਲਾਈਨ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ, ਨਾ ਹੀ ਕੋਈ ਥੀਸਿਸ ਹੁੰਦੀ ਆ, ਸਾਰੀਆਂ ਚੀਜ਼ਾਂ ਇਰਰੈਲੀਵੈਂਟ ਨੇ, ਉਹ ਨਹੀਂ ਚੱਲਦੀਆਂ ਹੁਣ, ਠੀਕ ਆ। ਮੈਂ ਸਿੱਧੀ ਸਿੰਪਲ ਲਿਖੂੰਗਾ, ਸਮ ਪੀਪਲ ਸੇ ਡੈਟ ਵੀ ਡੂ ਨੋਟ ਨੀਡ ਪ੍ਰਿੰਟਡ ਮੀਡੀਆ, ਠੀਕ ਆ। ਮੈਂ ਹਮੇਸ਼ਾ ਇੱਟ ਤੋਂ ਸ਼ੁਰੂ ਕਰਦਾ ਹੁਣ, ਅੱਜ ਵੀ ਇੱਟ ਤੋਂ ਹੀ ਆਪਾਂ ਕਰਦੇ ਹਾਂ। ਇੱਟ ਇਜ਼ ਕੰਸੀਡਰਡ ਬਾਏ ਸਮ ਇੰਡੀਵਿਜੁਅਲਸ ਦੈਟ ਪ੍ਰਿੰਟਡ ਮੀਡੀਆ ਨੂੰ ਪ੍ਰਿੰਟਡ ਮੀਡੀਆ ਲਿਖ ਲਓ, ਕੋਈ ਚੱਕਰ ਨਹੀਂ ਹੁੰਦਾ। IDP ਕਹਿੰਦੀ ਹੈ ਜੇ ਤੁਸੀਂ ਇੱਕ ਵਰਡ ਦੀ ਵੀ ਪੈਰਾਫਰੇਜ਼ਿੰਗ ਕਰਦੇ ਹੋ ਇਨਫ ਆ, ਠੀਕ ਆ। ਪ੍ਰਿੰਟਡ ਮੀਡੀਆ ਇਜ਼ ਬਾਏ ਸਮ ਇੰਡੀਵਿਜੁਅਲ ਪ੍ਰਿੰਟਡ ਮੀਡੀਆ ਜਾਂ ਪ੍ਰਿੰਟਡ ਨਿਊਜ਼ ਪੇਪਰ ਲਿਖਦੇ ਨੇ ਆਪਾਂ, ਨਿਊਜ਼ ਪੇਪਰ ਆਰ ਨੋਟ ਮੱਚ, ਰਾਈਟਿੰਗ ਮੇਰੀ ਐਵੇਂ ਹੀ ਹੋਣੀ ਹੈ ਕਿਉਂਕਿ ਐਵੇਂ ਆ, ਨੋਟ ਮੱਚ ਪ੍ਰੈਫਰਡ ਵੀ ਨਹੀਂ ਕੀਤਾ ਜਾਂਦਾ ਪ੍ਰੈਫਰ, ਕਿਉਂ, ਬਾਏ ਪੀਪਲ ਇਨ ਦੀਜ ਡੇਜ਼। ਸੋਰੀ, ਮੈਂ ਨਾ ਪੈਨ ਨਾਲ ਹੀ ਲਿਖਦਾ ਹੈ ਨਾ, ਥੋੜ੍ਹਾ ਅੱਛਾ ਨਹੀਂ ਲੱਗ ਰਿਹਾ ਵੀ। ਇਟ ਇਜ਼ ਕੰਸੀਡਰਡ ਬਾਏ ਸਮ ਇੰਡੀਵਿਜੁਅਲ ਡੈਟ ਪ੍ਰਿੰਟਡ ਮੀਡੀਆ ਆਰ ਨੋਟ ਮੱਚ ਪ੍ਰੈਫਰਡ ਬਾਏ ਪੀਪਲ ਇਨ ਦੀਜ ਡੇਜ਼, ਵੀ ਅੱਜ ਕੱਲ੍ਹ ਨਹੀਂ ਯੂਜ਼ ਕੀਤਾ ਜਾਂਦਾ, ਪ੍ਰੈਫਰ ਨਹੀਂ ਕਰਦੇ ਲੋਕ
ਇਹਦੀ ਸਿੰਪਲ ਪੈਰਾਫਰੇਜ਼ਿੰਗ ਕਰਤੀ ਮੈਂ। ਹੁਣ ਸਿੱਧਾ ਦੂਜੇ ਕੁਐਸਚਨ ਤੁਸੀਂ ਕਹੋਗੇ ਵੀ ਥੀਸਿਸ ਨਹੀਂ ਲਿਖਣੀ ਫਿਰ ਕੀ ਲਿਖਣੀ ਆ, ਸੋ ਸਿੱਧਾ ਡਾਇਰੈਕਟ ਕੁਐਸਚਨ ਆਨਸਰ ਦਿਉ ਵੀ ਤੁਸੀਂ ਐਗਰੀ ਹੋ, ਡਿਸਐਗਰੀ ਹੋ, ਪਾਰਸ਼ਲੀ ਐਗਰੀ ਹੋ, ਕੀ ਹੋ। ਮੈਂ ਪਾਰਸ਼ਲੀ ਐਗਰੀ ਹੀ ਜ਼ਿਆਦਾਤਰ ਜਾਣਾ ਹੁਣ ਐਸਐਸਐਸ ਵਿੱਚ, ਕਿਉਂਕਿ ਇਹਦੇ 'ਚ ਨਾ ਲਿਖਣ ਦਾ ਕੰਟੈਂਟ ਮਿਲ ਜਾਂਦਾ, ਐਗਰੀ ਡਿਸਐਗਰੀ ਦੇ ਦੋਨੇ ਪੁਆਇੰਟ ਹੁੰਦੇ ਆ। ਮੈਂ ਲਿਖੂੰਗਾ ਆਈ ਐਮ ਪਾਰਸ਼ਲੀ ਐਗਰੀ ਵਿਦ ਦਾ ਸਟੇਟਮੈਂਟ, ਆਈ ਐਮ ਪਾਰਸ਼ਲੀ ਐਗਰੀ ਵਿਦ ਦਾ ਸਟੇਟਮੈਂਟ। ਕਿਉਂ ਪਾਰਸ਼ਲੀ ਐਗਰੀ ਹਾਂ, ਹੁਣ ਇਹਦੇ ਮੈਨੂੰ ਰੀਜ਼ਨ ਵੀ ਦੇਣੇ ਪੈਣਗੇ, ਜਿਵੇਂ ਐਗਰੀ ਹਾਂ ਤਾਂ ਇਸ ਕਰਕੇ ਐਗਰੀ ਹਾਂ, ਜਾਂ ਡਿਸਐਗਰੀ ਹਾਂ ਤਾਂ ਇਸ ਕਰਕੇ ਡਿਸਐਗਰੀ ਹਾਂ, ਦੋਨੋਂ ਦਊਂਗਾ ਮੈਂ ਇਹਦੇ 'ਚ। ਮੈਂ ਕੀ ਲਿਖਿਆ, ਆਲਦੋ ਵਾਲਾ ਸੈਂਟੈਂਸ ਲਾ ਦੂੰਗਾ, ਆਲਦੋ ਪੀਪਲ ਬਿਕਮ ਸੋ ਬਿਜ਼ੀ ਇਨ ਦੇਅਰ ਸਕੈਡਿਊਲ। ਮੈਂ ਤੁਹਾਨੂੰ ਕਿਹਾ ਸੀ ਮੈਂ ਬਿਜ਼ੀ ਵਾਲਾ ਲਿਖੂੰਗਾ, ਸੋ ਮੈਂ ਉਹ ਪੁਆਇੰਟ ਦੇ ਤਾ ਵੀ ਹਾਲਾਂਕਿ ਠੀਕ ਆ, ਮੰਨਦੇ ਹਾਂ ਵੀ ਪੀਪਲ ਬਿਜ਼ੀ ਹੋ ਗਏ ਇਸ ਕਰਕੇ ਉਹ ਪ੍ਰੈਫਰ ਨਹੀਂ ਕਰਦੇ, ਬਟ ਵੀ ਕੈਨ ਨੋਟ ਇਗਨੋਰ। ਫਿਰ ਵੀ ਆਪਾਂ ਜਿਹੜੀਆਂ ਉਹਦੀਆਂ ਫਾਇਦੇ ਨੇ ਜਿਹੜੇ ਨਿਊਜ਼ ਪੇਪਰ ਦੇ, ਇਗਨੋਰ ਇਟਸ ਐਡਵਾਂਟੇਜਸ, ਇਗਨੋਰ ਇਟਸ ਐਡਵਾਂਟੇਜਸ। ਕਿਹੜੀਆਂ ਕਿਹੜੀਆਂ ਐਡਵਾਂਟੇਜ ਮੈਂ ਤੁਹਾਨੂੰ ਦੱਸਿਆ ਸੀ, ਲਾਈਕ ਵੀ ਇਹ ਇੱਕ ਰੀਅਲ ਨਿਊਜ਼ ਇਹੀ ਦਿੰਦਾ, ਲਾਈਕ ਉਸ ਵਰਡ ਹੁੰਦਾ ਵਾ ਰਿਲਾਇਬਲ ਨੂੰ ਤੁਸੀਂ ਕਿਹਾ ਸੀ, ਰਿਲਾਇਬਿਲਿਟੀ ਮਤਲਬ ਵਿਸ਼ਵਾਸਨੀ ਆ ਜਿਹੜਾ ਸਾਧਨ ਆ, ਹੈ ਨਾ। ਐਂਡ ਚੀਪਰ, ਹੁਣ ਚੀਪਰ ਵੀ ਤਾਂ ਹੈਗਾ ਹੀ ਆ, ਚੀਪਰ ਕਿਵੇਂ ਆ ਤੁਸੀਂ ਕਹੋਗੇ, ਨਹੀਂ ਯਾਰ ਉਹਦੇ 'ਚ ਇਹ ਤਾਂ ਦੂਸਰੇ ਜਿਹੜੇ ਹੁੰਦੇ ਆ ਉਹ ਤਾਂ ਨੈੱਟ ਵੀ ਪਾਇਆ ਹੁੰਦਾ ਪਾ ਸਕਦੇ। ਦੇਖੋ ਪੈਕਰੋਨ ਲਈ ਵੀ ਨੈੱਟ, ਉਸ ਮੋਬਾਈਲ 'ਚ ਨਿਊਜ਼ ਦੇਖਣ ਲਈ ਤੁਹਾਡੇ ਕੋਲ ਨੈੱਟ ਪੈਕ ਹੋਣਾ ਚਾਹੀਦਾ, ਉਸ ਤੋਂ ਵੀ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਹੈ ਤੁਹਾਡੇ ਕੋਲ ਫੋਨ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਫੋਨ ਹੀ ਹੈ ਨਹੀਂ ਤੁਸੀਂ ਨਿਊਜ਼ ਕਿਵੇਂ ਨਿਊਜ਼ ਦੇਖੋਗੇ। ਸੋ ਫੋਨ ਲੈਣ ਲਈ, ਪੈਕ ਪਾਉਣ ਲਈ ਜ਼ਿਆਦਾ ਪੈਸੇ ਲੱਗਦੇ ਆ, ਅਖਬਾਰ ਕਿੰਨਾ 2-3 ਰੁਪਈਆਂ ਦਾ ਅਖਬਾਰ ਆ ਜਾਂਦਾ, ਸੋ ਜ਼ਿਆਦਾ ਚੀਪਰ ਮੋਡ ਇਹ ਆ। ਸੋ ਇਹ ਸੀਗੀ ਇੱਕ ਇੰਟਰੋ ਜਿਹ 'ਚ ਸਿੱਧੀ ਪੈਰਾਫਰੇਜ਼ਿੰਗ ਕੀਤੀ, ਫਿਰ ਮੈਂ ਆਪਣਾ ਵੈਲ ਡਿਵਲਪਡ ਆਨਸਰ ਦਿੱਤਾ ਇੱਕ ਕੁਸਚਨ ਦਾ, ਜੋ ਕਿ 9 ਬੈਂਡ ਕਹਿੰਦਾ ਵਾ ਵੀ ਵੈਲ ਡਿਵਲਪਡ ਆਨਸਰ ਹੋਣਾ ਚਾਹੀਦਾ। ਵੈਲ ਡਿਵਲਪਡ ਦਾ ਮਤਲਬ ਆ ਵੀ ਰੀਜ਼ਨ ਨਾਲ ਹੀ ਦੇਣੇ ਆ ਇੰਟਰੋ 'ਚ ਹੀ ਜੋ ਤੁਸੀਂ ਅੱਗੇ ਲਿਖਣੇ ਆ, ਤਾਂ ਉਹ ਵੀ ਮੈਂ ਦੱਸਤੇ ਵੀ ਮੈਂ ਇੱਕ 'ਚ ਤਾਂ ਬਿਜ਼ੀ ਵਾਲਾ ਲਿਖੂੰਗਾ ਅਤੇ ਦੂਸਰੇ ਵਿੱਚ ਆਹ ਦੋ ਜਿਹੜੇ ਪੁਆਇੰਟ ਆ ਇਹਨਾਂ ਬਾਰੇ ਗੱਲ ਕਰੂੰਗਾ। ਸੋ ਡਾਇਰੈਕਟ ਕੁਸਚਨ ਨੂੰ ਸਟਾਰਟ ਕਰਦੇ ਹਾਂ, ਅਗਲੇ ਟਾਈਮ ਆਪਾਂ ਵੇਸਟ ਨਹੀਂ ਕਰਨਾ। ਦੇਖੋ ਕਦੇ ਵੀ ਟੂ ਬਿਗਨ ਵਿਦ, ਟੂ ਕਮੈਂਸ ਵਿਦ ਤੋਂ ਸਟਾਰਟ ਨਹੀਂ ਕਰਨਾ, ਮੈਂ ਹਮੇਸ਼ਾ ਸਿੱਧੀ ਅਤੇ ਸਪਸ਼ਟ ਗੱਲ ਕਰਦਾ ਵਾਂ ਵੀ ਡਾਇਰੈਕਟ ਕੁਸਚਨ ਦਾ ਆਨਸਰ ਸਟਾਰਟ ਕਰੂੰਗਾ ਵੀ ਕੀ ਰੀਜ਼ਨ ਆ। ਦ ਫਸਟ ਰੀਜ਼ਨ ਮੈਂ ਲਿਖਿਆ, ਦ ਫਸਟ ਰੀਜ਼ਨ ਆਫ ਕਿਉਂ ਦੂਰ ਹੋ ਰਹੇ ਆ ਉਹ ਲਿਖੂੰਗਾ ਮੈਂ ਵੀ ਬਿਜ਼ੀ ਸਕੈਡਿਊਲ ਕਰਕੇ। ਦ ਫਸਟ ਰੀਜ਼ਨ ਆਫ ਡਿਸਕਨੈਕਟਿੰਗ ਵਰਡ ਲਾ ਸਕਦੇ ਹਾਂ ਵੀ ਉਹ ਡਿਸਕਨੈਕਟ ਹੋ ਰਿਹਾ, ਡਿਸਕਨੈਕਟਿੰਗ ਆਫ ਇੰਡੀਵਿਜੁਅਲਸ ਫਰੋਮ ਟ੍ਰਡੀਸ਼ਨਲ ਨਿਊਜ਼, ਟ੍ਰਡੀਸ਼ਨਲ ਨਿਊਜ਼ ਨਿਊਜ਼ ਪੇਪਰ ਵਾਲੇ, ਹੈ ਨਾ, ਪੁਰਾਣਾ ਤਰੀਕਾ। ਟ੍ਰਡੀਸ਼ਨਲ ਨਿਊਜ਼ ਪੇਪਰ ਇਜ਼ ਹੈਕਟਿਕ, ਉੱਤੇ ਬਿਜ਼ੀ ਲਿਖਿਆ ਸੀ, ਇੱਥੇ ਆਪਾਂ ਪਾ ਸਕਦੇ ਹਾਂ ਹੈਕਟਿਕ ਸਕੈਡਿਊਲ, ਉਹਨਾਂ ਦਾ ਹੈਕਟਿਕ ਸਕੈਡਿਊਲ ਕਰਕੇ ਡਿਸਕਨੈਕਟ ਹੋ ਰਿਹਾ। ਹੁਣ ਇਹਨੂੰ ਐਕਸਪਲੇਨ ਕਰਾਂਗੇ, ਹੈ ਨਾ, ਐਕਸਪਲੇਨ ਕਰਨੀ ਮੈਂ ਟੂ ਐਕਸਪਲੀਕੇਟ ਵਰਲਡ ਕੁਛ ਨਹੀਂ ਲਾਊਂਗਾ, ਸਿੱਧਾ ਲਿਖੂੰਗਾ ਦਿਸ ਮੀਨਸ ਡੈਟ, ਇਹਦਾ ਇਹ ਮਤਲਬ ਆ, ਦਿਸ ਮੀਨਸ ਡੈਟ ਵੀ ਮੋਸਟ ਆਫ ਦਾ ਪੀਪਲ, ਸਿੱਧੀ ਗੱਲ ਕਰਾਂਗੇ, ਮੋਸਟ ਆਫ ਦਾ ਪੀਪਲ ਸਪੈਂਡ ਦੇਅਰ ਮਜੋਰਟੀ ਆਫ ਟਾਈਮ ਔਨ ਦੇਅਰ ਵਰਕ, ਜੋਬਸ, ਸੋ ਉਹਨਾਂ ਕੋਲ ਐਕਸਟਰਾ ਟਾਈਮ ਹੀ ਹੈ ਨਹੀਂ, ਦੇ ਡੂ ਨੋਟ ਹੈਵ ਐਕਸਟਰਾ ਟਾਈਮ ਫੋਰ ਰੀਡਿੰਗ ਨਿਊਜ਼, ਕਿੱਥੋਂ, ਫਰੋਮ ਪ੍ਰਿੰਟਡ ਨਿਊਜ਼ ਪੇਪਰ। ਸੋ ਸਿੰਪਲ ਅਤੇ ਸਿੱਧੀ ਗੱਲ, ਉਹਨਾਂ ਕੋਲ ਟਾਈਮ ਹੀ ਹੈ ਨਹੀਂ ਗਾ ਐਕਸਟਰਾ ਕਿੱਥੋਂ ਉਹ ਨਿਊਜ਼ ਪੇਪਰ ਤੋਂ ਨਿਊਜ਼ ਰੀਡ ਕਰਨ। ਸੋ ਇਸ ਕਰਕੇ ਥੋੜ੍ਹਾ ਜਿਹਾ ਆਪਾਂ ਕੰਪੈਰੀਜ਼ਨ ਵੀ ਕਰਨਾ ਪਊਗਾ, ਡੈਟਸ ਵਾਈ ਦੇ ਆਰ ਟਰਨਿੰਗ ਟੁਆਰਡਸ, ਉਹ ਟਰਨ ਕਿੱਥੇ ਹੋ ਗਿਆ, ਟੁਆਰਡਸ ਦਾ ਔਨਲਾਈਨ ਮੋਡ ਆਫ ਨਿਊਜ਼, ਬਿਕੋਜ਼ ਕਿਉਂਕਿ ਹੋ ਗਈ ਆ, ਇਟ ਇਜ਼ ਮੋਰ ਫਾਸਟਰ, ਉਹ ਜ਼ਿਆਦਾ ਫਾਸਟਰ ਆ, ਇੱਕ ਮਿੰਟ 'ਚ ਇੱਕ ਕਲਿੱਕ ਨੱਪੋ ਸਾਰੀ ਵਰਲਡ ਦੀ ਇਨਫੋਰਮੇਸ਼ਨ ਆ ਜਾਂਦੀ ਆ, ਜ਼ਿਆਦਾ ਫਾਸਟਰ ਅਤੇ ਕਨਵੀਨੀਅੰਟ ਵੀ ਲਿਖ ਸਕਦੇ ਹਾਂ, ਐਂਡ ਕਨਵੀਨੀਅੰਟ ਵੇ, ਉਹ ਜ਼ਿਆਦਾ ਫਾਸਟਰ ਅਤੇ ਕਨਵੀਨੀਅੰਟ ਆ। ਦੇਖੋ ਇਹ ਸੀਗਾ ਪਹਿਲੇ ਜਿਹੜਾ ਆਪ ਪੁਆਇੰਟ ਲਿਖਿਆ ਉਹਦੀ ਐਕਸਪਲੇਨੇਸ਼ਨ, ਠੀਕ ਆ। ਹੁਣ ਇਗਜ਼ਾਮਪਲ ਵੀ ਉਵੇਂ ਦਾ ਪਾਉਣਾ ਪੈਣਾ ਆਪਾਂ ਨੂੰ ਜਿਹੜਾ ਫੁੱਲ ਰੈਲੇਵੈਂਟ ਹੋਵੇ, ਜਿਹੜਾ ਆਪਣੇ ਪੁਆਇੰਟ ਨਾਲ ਅਤੇ ਟੋਪਿਕ ਨਾਲ ਦੋਨਾਂ ਨਾਲ ਰਿਲੇਟ ਕਰਦਾ ਹੋਵੇ। ਸੋ ਮੈਂ ਉਸੇ ਤਰੀਕੇ ਦਾ ਬਿਜ਼ੀ ਸਕੈਡਿਊਲ ਕਰਕੇ, ਟਾਈਮ ਸੇਵਿੰਗ, ਐਵੇਂ ਦਾ ਕੋਈ ਇਗਜ਼ਾਮਪਲ ਆਊਗਾ
पहला कनैक्टर मेरा इतने लगता हूँ हमेशा फॉर एग्जाम्पल से, तो कद भी सर्वे वाला परसेंटेज वाला एग्जाम्पल नहीं पाना, वो बिल्कुल गलत आ। ठीक है, फॉर एग्जाम्पल दे विच मैं थोड़ा दसा, रुको आप दूसरे पेज पर जाने। सो फॉर एग्जाम्पल दे विच मैं एग्जाम्पल पा देना कोई जड़ा कि सही हो, जिमें आई थिंक आप ले देना इंप्लॉयज इन USA, इंप्लॉयज इन USA प्रैफर इंटरनेट न्यूज़ टू अपडेट देयर सेल्फ। वो अपने आप को अपडेट करने वास्ते इंटरनेट न्यूज़ का यूज़ कर देना एवरी मॉर्निंग, हर मॉर्निंग। ठीक है, वाइल ट्रैवलिंग टू देयर जॉब्स, जदों वो आपके जॉब्स वाल ट्रैवल करते हैं ज़्यादातर अपने आप को अपडेट इंटरनेट न्यूज़ तो करते हैं। क्यों क्यों एज इट सेव्स द टाइम, क्योंकि इन्हों का टाइम सेव करता। सो ओबियसली गल आ, सो उस तरीके मैं रिलेट करता इंटरनेट न्यूज़ में प्रैफर करते हैं, टाइम सेव होंगी है। जे रीड न्यूज़पेपर रीड करना पे उन्होंने टाइम खराब होगा, उही टाइम आप होर किसी यूटिलाइज कर सकते हैं। सो यदा रिजल्ट की होया, सो इंटरनेट से ज़्यादा डिपेंड हो गए सारे, न्यूज़पेपर से डिपेंड कोई भी नहीं होया। सो कि ये की हो, न्यूज़पेपर की जी सेल्स से घट गई। सो रिजल्ट तो यही हो, कोई भी रिजल्ट तुम अपने हिसाब से ला सकते हो। सो द सेल ऑफ प्रिंटड न्यूज़पेपर इज कॉन्टीन्यूसली डिक्रीज टू ए ग्रेट एक्सटेंट। देखो ऑनलाइन जो मैं लाइव च राइट करता पाया वा, मैं कोई भी गलती हो सकती है, मैं कोई लिख के नहीं आया, हमने जो जो दिमाग च आई जाता मैं लिखी जाना सिंपल तो सीधे वे ना वा, कोई वकैब नहीं, कोई कुछ नहीं। येगा बी पी नंबर वन की फायदे से, मतलब क्यों वो डिसकनैक्ट हो रहे अपने प्रिंट न्यूज़पेपर तो। ठीक है, बस एवें ही लिखना सारा। ठीक है, अनदर बी पी सीधा स्टार्ट करूँगा, ऑन द अदर हैंड वगैरह कुछ नहीं लाऊंगा, सीधा तो सीधा गल करूँगा हाँ भी आ फायदे आ, क्योंकि जैमें फायदा मैं उत्ते लिख के आया सी भी वो रिलायबिलिटी तो चीपर मोड आ, उही चीज़ मैं एक्सप्लेन करूँगा। ओके, सीधा मैं लिखूँगा असैसिंग लिख सकते हो या गैटिंग लिख सकते हो, बी गैटिंग द न्यूज़, मतलब न्यूज़पेपर तो न्यूज़ लैण के फायदे, गैटिंग द न्यूज़ फ्रॉम प्रिंटिड न्यूज़पेपर कैन बी प्रूवड, आ मेरी कोई एक लाइन है जो भी मैं फायदेमंद की गल करती हूँ ना, कैन बी प्रूवड बेनीफिशियल, कैन बी बेनीफिशियल इन द टर्म्स ऑफ रिलायबिलिटी, का एक होर वर्ड यूज़ करते हैं आप क्रैडिबल, इन द वर्ड ऑफ क्रैडिबल एंड अफोर्डेबल। वो चीपर गया से इतने आप अफोर्डेबल कहता, क्योंकि रैपीटेशन नहीं होनी चाहिए थोड़ी बहुत मेन सेंटेंस की, तो मेन आइडियाज की तो होनी नहीं चाहिए। ठीक है, सो आ हुण मैनू इन एक्सप्लेन करा इन कैवें क्रैडिबल आ, क्यों विश्वासनीय है वा। देखो आप लिख सकते एज द, मैं अगे भी कहा वो एग्जामिन की जी प्रिंट होने तो पहले, एज द न्यूज़ ऑन ट्रडिशनल न्यूज़पेपर्स, एज द न्यूज़ ऑन ट्रडिशनल न्यूज़पेपर्स आर मोस्टली बेस्ड ऑन रियल हैपनिंग, ज़्यादातर रियल हैपनिंग ते बेस्ड होंगे वा, तुम भी पता वा। वाइल नहीं आ लिखता, वो दूसरी लाइन रहेगी अपनी, एंड दीज आर आल्सो एग्जामिंड बाय द एडिटर्स बिफोर प्रिंटिंग, प्रिंटिंग तो पहला ये एग्जामिन कीतियां ने, एग्जामिंड कीतियां इन्हें एडिटर्स द्वारा। सो बट ऑन द अदर हैंड जिहड़ी कि दूजियां होंदियां वा वो कोई भी बंदा कितों भी चढ़ा सकदा, वाइल ऑन अदर हैंड न्यूज़ ऑन इंटरनेट कैन बी अपलोडेड बाय एवरीवन। ठीक है, कोई भी चढ़ा सकता, विच कुड बी फेक भी हो सकती है, विच कुड बी फेक, फेक नहीं लाना, अनरियलिस्टिक ला सकते हो, अनरियलिस्टिक। ओके, सो एग्जाम एक मैं होर पॉइंट लाया सी चीपर वाला, सो उन्होंने भी एक्सप्लेन करना पैना क्योंकि जो उत्तर लिखा वा। सैकेंडली वो मैं थोड़ा दसिया ही सी भी मोबाइल फोन होना चाहिए, सो बट ये
वीकन सोसाइटी लिए ज़्यादा वधिया वा क्योंकि सस्ती आ। सैकेंडली इट इज़ ऑलसो ए कोस्ट इफेक्टिव मोड। कोस्ट इफेक्टिव थानू पता ही है सस्ता। कोस्ट इफेक्टिव मोड फॉर वीकन सोसाइटीज, फॉर वीकन आप लिख सकते वीकन, हाँ सही है वीकन सोसाइटीज। ओके कैमें एज देर आर स्टिल, एज देर आर स्टिल हले भी बहुत से एवं दे लोग आ जिन्हों को स्मार्टफोन है नहीं, सो वो कैमें इंटरनेट न्यूज़ देख सकन। सो एज देर स्टिल नंबर ऑफ पीपल अराउंड द वर्ल्ड हु डू नॉट हैव स्मार्टफोन, so they mostly depend upon printed media। देखो नॉर्मल कोई भी इधर उधर की गल नहीं, डायरेक्ट पॉइंट पर क्वेश्चन है ना आंसर जरा अपना। सो रिजल्ट की होगा देयरफॉर इट इज़ मच बैटर वे टू गैट न्यूज़ कहते तो दैन ऑनलाइन मोड। ऑनलाइन मोड तो ज़्यादा ये ज़्यादा वधिया बैटर आ इनफॉर्मेशन गेन करन दा। ठीक है एक मैं थोड़ी थोड़ी जी इनफॉर्मेशन वीडियो दे वेच्ची दे देना भी जड़ी अपनी ऑनलाइन क्लासा ने और रनिंग च ने जड़े बच्चे नू ऑल मॉड्यूल्स की क्लास चाहिए आ प्लीज़ आ जड़ा नंबर आ अजे ते तुसी या फिर 9467422 या फिर इन दोनों नंबर तो एक ते व्हाट्सएप करो तो सारी इनफॉर्मेशन फीव करी दे देंगे। राइटिंग ऐसे तरीके ना करोना में पूरे वधिया तरीके ना राइटिंग कराई दी आ बहुत वधिया रिजल्ट आ रहे हैं। तुम साड़ी इंस्टा आई डी ते भी देख सकते हो ऑनलाइन बच्चे आने दे कितने वधिया रिजल्ट आ रहे हैं। राइटिंग दे विच कोई कमी नहीं आऊगी, सारे मॉड्यूल्स दे विच बड़े ही वधिया तरीके ना क्लास जाती है अपनी ऑनलाइन जूम ऐप ते जाती है। ठीक है सो बच्चे नूं इनफॉर्मेशन चाहिए हुई इन्होंने नंबर पर किसी से भी कॉन्टैक्ट कर लें। ठीक है ओके इस तरीके ना अपने दोनों बीपी बन गए बड़े अच्छे तरीके ना विदाउट यूजिंग एनी कॉम्प्लैक्स सेंटेंस विदाउट यूजिंग एनी वोकैब आप बड़े ही वधिया ढंग दे नाल जिहड़ा सिंपल तो ईजी टू अंडरसटैंड ऐसे आप लिखता। सो इन द लास्ट के कंकलूजन कंकलूजन की होंगे सारे ऐसे का निचोड़। सो ये इधर उधर की गल नहीं करनी सीधा जो उपर पहले बीपी जो सैकंड बीपी च लिखा उही चीज़ आप लिखते नहीं टू रेपचुकलेट वर्ड वाले वाले एवें देना यूज़ करे को। सो टू कनकल्यूड ठीक है मैं उही चीज़ हैक्टिक स्कैड्यूल तो दूजा अपने पता ही सी दूसरी जी आप लिखी भी वह भी जरूरी है। इट इज़ ट्रू डैट पीपल आर शिफ्टिंग टुवर्ड द डिजिटल मोड ऑफ न्यूज़। हाँ भी ये गल सच है भी डिजिटल मोड ऑनलाइन मीडिया जा रहे हैं बिकॉज ऑफ कादे करके आप दसे भी बिकॉज ऑफ बिजी एंड हैक्टिक लाइफ क्योंकि बिजी तो हैक्टिक लाइफ करके इट डज नॉट मीन्स दैट ऑनलाइन न्यूज़पेपर कैन रिप्लेस टोटली द प्रिंटेड वे टू गैट न्यूज़। बट यदा मतलब ये नहीं गा जड़ा ऑनलाइन मीडिया वा वह जमा ही जड़ा प्रिंटेड न्यूज़पेपर उन्होंने जमा ही खत्म कर सकता क्योंकि वह भी एक रिलायबल सोर्स है उत्ते आप लिखा सी वो लिखना तुम आ लिख दो एवं लिखना तुम आ लिख दो। सो इस तरीके ना अपना जाऊगा राइटिंग का टास्क टू बड़े ही वधिया ढंग दे नाल तुसी देख सकते हो आप लिखिया कुछ भी आप इन्ना इधर उधर की गल नहीं की पॉइंट पर गल की वधिया तरीके प्लैनिंग करो वधिया तरीके एक्सप्लेनेशन भी प्लैन करो एग्जाम्पल भी सोचो फिर लिखना स्टार्ट करो। उस तो बाद जो ऐसे हो जाता उस तो बाद मेन मुद्दा यह होंगे भी तुम एवं ना छड़ दो भी लिख के आ गए लो जी असं लिख आए। रीचैकिंग बहुत जरूरी है जिन्ना चर तुम रीचैकिंग नहीं करोगे मान लो भी रीचैकिंग नहीं की समझो 0.5 बैंड थोड़े कट गए जे रीचैकिंग कर ली 0.5 बैंड थोड़े बद गए 100% श्योरिटी आ भी थोड़े को 4-5-6-7 गलतियां मिलनगियां मिलेंगियां चाहे स्पैलिंग की मिसटेक हो चाहे कोई पास्ट प्रेजेंट दी चाहे कोई पंचुएशन दी कोई ना कोई गलती तो हमेशा ही मिलती ही मिलती है। सो रीचैकिंग बड़ी ही जरूरी है भावें टास्क 1 आ टास्क 2 का। सो सी आए सी अपना अज का
टॉपिक। सो जे वीडियो वधिया लगी होवे प्लीज़ कमेंट करके जरूर दस्या करो, तो तुसी टॉपिक भी मैनू कमेंट कर सकते हो, सर इस टॉपिक की वीडियो लैके आओ आप उस टॉपिक पर बनावांगे, ठीक है। सो प्लीज़ शेयर ते लाइक ते कमेंट करना ना भुल्यो, एवें ही मिलते हैं किसी नैक्सट वीडियो। थैंक यू सो मच। सो जिवें थोनू इंट्रो तो पता लग ही गया होना भी अज की वीडियो च मैं गल करूँगा भी मैनू किहड़े टाइप का एसे आया सी ते मैं किस तरीके दे नाल उनू हैंडल किया डील किया ते कैवें मैं लेके आया ते क्यों मेरे 7.5 बैंड्स आए सी, ठीक है। अज की वीडियो दे विच मैं सिर्फ टास्क 2 की गल करूँगा भी टास्क 2 दे विच मैनू किहड़ा टॉपिक आया सी, ठीक है। ये एक गल मैं क्लीयर कर देवां, मैं जिहड़ा ये टास्क लिखा मैनू लगभग मैं 80-90% तो श्योर हाँ मैं एज इट इज़ लिख के आया सी, फिर भी 10% बंदे नू भुल जांदा वा, ठीक है। वो चीज़ तुसी थोड़ी जी थोनू भी एडजस्ट करनी पैनी है क्योंकि मैं भी की सी, बाकी ये बहुत ज़्यादा बेनीफिशियल होने वाली है। कल्ली कल्ली चीज़ देखो भी मैं कैवें प्लैनिंग तो लैके कैवें मैं ऐसे लिखा तो क्यों मैनू बैंड दिते सी ओहदा कारण भी मैं पूरा अच्छे तरीके नाल दसूँगा, किन्ने मैं आइडियाज़ लिखे, किहड़ा मैं एग्जाम्पल्स दिता, कैवें मैं कंकलूजन लिखा, हर एक चीज़ बड़े ही वधिया तरीके नाल क्लीयर करूँगा मैं। देखी चलियो बहुत मज़ा आने वाला वीडियो दे विच, तो उस तो भी वधिया आने वाले जिहड़े बच्चों का पेपर आ एग्जाम आ, आई थिंक कल का भी एग्जाम आ, सो वो चीज़ां नूं तुसीं लैके चलियो भी असीं भी वो ए चीज़ां जिहड़ियां मैं कीतियां इंप्लीमेंट करो तुसीं भी अपने राइटिंग दे टास्क 2 दे विच। चलो सारे ना पहला आप टॉपिक ते आने भी मैनू किहड़ा टॉपिक आया सी। सो मेरे को जिहड़ा टॉपिक आया सी वो डिस्कस बोथ व्यू टाइप का सी, ठीक है। ये थोड़े सामने टॉपिक आ, टॉपिक की सी पहला देखो, सम पीपल थिंक इनक्रीजिंग बिजनेस एंड कल्चरल कॉन्टैक्ट बिटवीन कंट्रीज ब्रिंग मैनी पॉजिटिव इफेक्ट्स। कहिंदे भी कुछ लोग सोचते हैं जे आप बिजनेस ते कल्चरल जिहड़े कॉन्टैक्ट्स ने कंट्रीज़ दे विच वधावांगे तो इहदे नाल बहुत ज़्यादा पॉजिटिव इफेक्ट्स आऊगा दोनों कंट्रियां लई, ठीक है। बट अदर की कहें, अदर सेज इट कॉज लॉस ऑफ नैशनल आइडेंटिटी, पर कुछ कहें भी ये तो भी एक कंट्री की नैशनल आइडेंटिटी वो लॉस होंदा, उहदा लॉस्ट होंदा या वह लॉस्ट हो जाती है या उहदा लॉस होंदा, ठीक है। मतलब बहुत कन्फलिक्टिंग व्यू सीगे, कुछ लोग सोचते भी नहीं पॉजिटिव आ, कुछ सोचते भी नहीं नैगेटिव आ, ठीक है। डिस्कस बोथ व्यूज एंड गिव योर ओपीनियन, ठीक है। आप दोनों व्यूज़ नू डिस्कस करना, तो मैं अपना मतलब जेड़ा भी मतलब एग्जाम दे रहा बच्चा स्टूडेंट ने उन्हें अपना ओपीनियन देना वा, ठीक है। हुण मैं ये थोनू दसूँगा भी कई के दिमाग में यह हों भी ओपीनियन कैवें बनाइए, एक बीपी बनाइए, वह अलग बनाइए या उनू बेच ही इंट्रो च लिख दिए या कंकलूजन लिखिए। मैनू ये चीज़ा मैं थोनू क्लीयर करूँगा मैं कैवें लिखियाँ, ठीक है। भी मैं तुसी उस तो एस्टीमेट ला लियो भी हाँ भी ठीक है भी मैं किहड़े हिसाब नाल लिखी है, तुसी भी उवें ही लिख सकते हो जे मैनू 7.5 दित्ते आ उवें लिखण ते तुहानूं भी जरूर मिलणगे, तुसी सो उह चीज़ां नूं इंप्लीमेंट कर सकते हो। बाकी मैं पहला गल करना भी मैं प्लैनिंग कैवें कीती सी, ठीक है। देखो प्लैनिंग का बड़ा वड्डा रोल आ, मैं हमेशा कहना, ठीक है। 5 मिनट ला के प्लैनिंग करनी आ ते एवें ही 5 मिनट लास्ट दे विच बचाउणे आ ताकि तुसी अपनी रीचैकिंग कर सको, ठीक है। मैनू सी सारे ना पहला मैं देखा भी मैं अपना ओपीनियन कैवें दूंगा भी मैं किहड़ी साइड जावां, ठीक है। देखो मैं सीधा सीधा जा मैं मेरे दिमाग च पढ़ के आ ही पाया सी भी मैनू तां भी ये लगता वा भी पॉजिटिव ज़्यादा आ, क्योंकि पॉजिटिव ज़्यादा आ क्योंकि मेरे दिमाग दे विच आया सी जे कंट्रीज़ आपस च मिल के रहणगियां, मान लो एक डेव। देखो एक चीज़ मैं थोनू भी दसदा जिहड़ी मैं भी बड़े वधिया तरीके नाल सीखी सी ओह ही सी भी जदों भी एक वर्ड कंट्रीज़ आ जाए ना, कंट्रीज़ वर्ड थोड़े ऐसे दे विच आ जाए थोड़े दिमाग दे विच कंट्रीज़ तो दो चीज़ां क्लीयर होनियां चाहीदियां, एक कंट्रीज़ दे टाइप, कंट्रीज़ केड़े केड़े टाइप सॉरी पहली एक तो होंदी है कंट्री डेवलपिंग कंट्री, एक होंदी है डेवलप्ड कंट्री, ये थोड़े माइंड दे विच दोनों वर्ड आ जाने चाहिए आ। जो कंट्री की गल होगी तुसी दोनों की तरफ ले जा सकते हो, आपके एसे नू मोडिफाई कर सकते हो जे उन्हें क्योंकि उन्होंने पर्टिकुलर दस्या नहीं उत्थे, ठीक है। जो भी कंट्री वर्ड आए उन्हूं तुसी डेवलपिंग ते डेवलप्ड दोनों के अकॉर्डिंग सोचना, उहदे नाल की आ थोनू आइडियाज़ होणगे, क्योंकि मेरे भी दिमाग दे विच आही हुंदा सी जे कंट्री वर्ड आ गया नेशन वर्ड आ गया तो मेरे दिमाग दे विच उसे टाइम आ जाना एक डेवलप्ड एक अपनी डेवलपिंग कंट्री, डेवलपिंग कंट्री हुंदी आ जिहड़ी हले डेवलप्ड हुंदी हुंदी आ, कहिंदा मतलब जिवें इंडिया ये स्ट्रगल करी जांदी आ, ते डेवलप्ड कंट्रियां जिहदियां इकोनमी वधिया वा जिवें यू एस ए हो गया,
ठीक है, वो डेवलप्ड कंट्रियां जिहड़ियां ऑलरेडी डेवलप्ड आ, ठीक है। सो मेरे दिमाग दे विच सीधा सीधा ये आया सी भी जे पॉजिटिव इफेक्ट तो यह पेगा जे डेवलप्ड कंट्रियां डेवलपिंग जाके इंडस्ट्रियलाइजेशन करनी आ तो उहदे नाल की इंप्लॉयमेंट मिलेगी। सो तां मेरे दिमाग दे विच सीधा आ गया भी मैं तां फस्ट जी स्टेटमेंट आ उहदी तरफ जाऊँगा क्योंकि उहदे विच इंप्लॉयमेंट मिलती आ तो जिहदे नाल की हुंदा किसी कंट्री की इकोनमी तो उहदा लाइफ स्टैंडर्ड दोनों इनक्रीज हुंदे आ, ठीक आ। कहण दा मतलब आ इहदे विच की है तुसीं दोनों बारे लिखना सी, एक पहली फॉर्मल स्टेटमेंट ए सैकंड स्टेटमेंट। फस्ट दे विच मैं सोच ही लिया सी भी इहदे नाल की आ जदों डेवलप्ड कंट्रियां आके इंडस्ट्रीज सैट करनगियां डेवलपिंग दे विच, ठीक है, एवें तुसीं थोनू आ चीज़ सारी बनाउणी आ तां कि थोनू जदों लिखो थोनू कोई प्रॉब्लम ना आए। उहदे नाल की हुंदा इकोनमी प्लस इंप्लॉयमेंट ये दोनों चीज़ा उपर लैवल इन्हों का उपर जाता वा, प्लस आपू पता ही है लाइफ स्टैंडर्ड भी इंप्रूव हों, ठीक है। मेरे दिमाग में आ गया मैं पहला बीपी आपको जस्टिफाई इन चीज़ा ना करूँगा, मैं आपके ओपीनियन भी आ भी दसूँगा, ओपीनियन भी मेरा आ ही रहूगा भी हाँ भी मैं लगता भी मिल के रहना चाहिए क्योंकि ये चीज़ा बहुत ही जरूरी आ, ठीक है। डेवलपिंग कंट्री वास्ते डेवलप्ड दोनों वास्ते बहुत जरूरी है, ठीक है। दूजा पॉइंट भी आपां नूं जस्टिफाई करना पैना भी क्यों न दूजे लोग क्यों सोचते हैं कि उहदे नाल लॉस ऑफ नैशनल आइडेंटिटी होगा क्यों, ठीक है। ये चीज़ नूं क्लीयर करना तो पैना, ठीक है। इहदे वास्ते मैनूं वाले पॉइंट नहीं सी आए, सही दसा मेरे दिमाग दे विच कोई पॉइंट नहीं सी आया तां करके मैं पहले च ही गया सी। सो मैं उहनूं उस तरीके ही जिहड़े तरीके लिखिया उवें ही जस्टिफाई करता सी भी क्यों सोचते आ, क्योंकि मैनूं ये लगता भी जिहड़े अजकल दे जिहड़े टीनएजर्स आ वो मैं वो चीज़ लिखती सी वो वैसटर्न वाल ईजली इनफ्लुएंस हो जाते हैं। मान लो एक डेवलप्ड कंट्री, मान लो एक डेवलपिंग कंट्री का बच्चा डेवलप्ड कंट्री जाता, मान लो इंडिया का बच्चा एक USA च जाता वा, की होगा वो वाला बच्चा उत्थे पता ही आपां नूं क्यों जाऊगा, ठीक है। या उधर का कोई बंदा इधर आके आता वा तो दोनों आपस मिल के रेंदे आ, तो दूजे जो डेवलपिंग कंट्री वाला बच्चा की इन्फ्लुएंस हो जाता वा डेवलप्ड कंट्री के ट्रडिशन तो वो लैंग्वेज तो। कहने का मतलब आ जिमें मान लो अपन इंग्लिश लैंग्वेज की आ बच्चों कई भी सुन के ए लगता भी मान लो कोई बहरों बंदा आए उन्होंने ए लगता यार कि वधिया इंग्लिश बोलता मैनू भी बोलनी आनी चाहिए आ। कहने का मतलब ये आ भी वो उन्हों लैंग्वेज में उन्होंने ट्रडिशन अडोप्ट करना चाहता जिदे की नैगेटिव हो जाता वो आपकी ट्रडिशनल जी आइडेंटिटी आ उन्हें तो वो डिप्राइवड होना शुरू हो जाते दूर होना शुरू हो जाते। सो ये चीज़ में मैं इस तरीके ला लिया भी एवें मैं एक्सप्लेन करूँगा क्योंकि जस्टिफाई तो करनी पैनी सी। तो मैं सीधी सीधी पहला प्लैनिंग बनाई एवें, सैकेंड में एवें 5 मिनट लाए सी इन्हां दे विच, ते सीधा सीधा मैं ये भी आ गया सी मैं ओपीनियन आपका इधर रखूँगा। एक गल होर जी इस तो बाद लोगों के दिमाग हुंदी आ बई आपां ओपीनियन कैवें लिखा, ओपीनियन देखो जिहड़ा अपना बैंड डिस्क्रिप्टर आ, वेट जी इत्थे पिया वा तो मैं तुहानूं दिखा देना चाहुंदा आई थिंक इतने नहीं गया, ठीक है। बैंड डिस्क्रिप्टर दे विच साफ मैनशन आ, तुसीं जाके देखो 9 बैंड दे विच उपर जिहड़ा टास्क रिस्पोंस आ उहदे विच स्पैशली मैनशन आ इत्थे भी जे एक बच्चे दे 9 बैंड कदों आउणगे टास्क रिस्पोंस चों, उदों आउणगे जदों एक बच्चा इंट्रो नूं इंट्रो दे विच जिहड़े भी आपां नूं क्वेश्चन दे विच कहण दा मतलब क्या क्वेश्चन दे विच जिहड़े भी क्वेश्चनस पुछे गए अपने टॉपिक दे विच उहनूं इंट्रो दे विच उहदे वैल डेवलप्ड आंसर्स दिंदा वा, आपां नूं उहदे आंसर्स देने पैणगे वैल डेवलप्ड क्लीयर आंसर्स दिंदा। सो इहदे तों इह गल क्लीयर हुंदी आ वी तुसीं जिहड़ा आपां नूं उत्ते क्वेश्चन पुछिआ क्वेश्चन उत्ते आपां नूं पुछिआ गिव यूर ओपीनियन, इहदा ओपीनियन दा आंसर तुसीं इंट्रो दे विच ही देणा वा, ठीक है। ये गलती नहीं करनी भी उत्ते तुसीं इंट्रो च तुसीं आपदा ओपीनियन दवो ही ना, ठीक है। ये गलती तुसीं नहीं करनी, मैं भी नहीं कीती सी, यही कारण सी मेरे मैंस इन्ने आए, ठीक है। मैं भी नहीं कीती सी क्योंकि मैनूं इस चीज़ का पता सी। सो थोनूं भी मैं कहना जे थोनूं डिस्कस बोथ व्यू दा आवे टॉपिक आपदा ओपीनियन इंट्रो दे विच देना वा ते उहदा बकायदा नाल रीज़न लिखना भी मैं इहदे एस मैं एस स्टेटमेंट दे नाल एग्री हाँ क्योंकि इहदा रीज़न आ वा क्योंकि वैल डेवलप्ड दा आंसर हुंदा पार्टिकुलर उहदा रीज़न भी देना पऊगा नाल, ठीक है। सो एवें तुसीं उहदा ओपीनियन तुसीं आपदा लिखना वा
इंट्रो दे विच, ठीक है, पैराफ्रेज दैन अपना ओपीनियन दे दो, डैट्स इट, डैट्स द इंट्रो। हुण मैं तुहानूं दिखाऊंगा मैं कैवें इंट्रो लिखी, ठीक है, मैं अज लिख के लियाया वा प्रोपर, किवें मैनूं याद कर करके मैं लिखिया मैं कैवें लिखिया सी, ठीक है सर। ना उस तो भी जी दूजी गल आपके दिमाग के पा लो सीधी सीधी जी, हर वारी मैं कहना वा ए नाइन बैंड का सी, तो जीरो बैंड के भी साफ लिखा आया भी मैमोराइज्ड लाइन के थोनू जीरो बैंड मिलने। मैमोराइज्ड लाइन कि होंदियां, एक तो जनरल लाइन जी आप लिखते हैं, एक आप थेसिस स्टेटमेंट लिखते हैं, ये दोनों लाइन मैं नहीं सी लिखिया, ठीक है, इन्हों के बैंड नहीं मिलने, जीरो बैंड, ठीक है, सिर्फ ये चीज़ा दे नोट कर लो। जनरल लाइन लिखोगे इंप्रैशन डाउन जाऊँगा, बैंड कट्टे जाएंगे, ना ही थेसिस दे मिलने ना जनरल लाइन दे मिलने, कोई फायदा नहीं इन्होंने लिखन का, क्योंकि बैंड डिस्क्रिप्टर कहता भी मेमोराइज्ड लाइन आ जिहड़े उन्होंने जीरो बैंड आ, ठीक है। एवें ही मैनू बड़ा ही वधिया लग्या जदों मैं अपनी पिछली वीडियोज़ के जी मैं वीडियो बनाई है भी सिक्स बैंड तो एट बैंड जाना ना, भी वो कई बच्चों ने कमेंट्स आए थे भी उन्होंने जोड़े बैंडस ने बड़े ही वधिया आए आ मेरी वीडियो देखने तो बाद, ठीक है। कहने का मतलब ये चीज़ा बेनीफिशियल है वा क्योंकि कम आदियाँ वा, क्योंकि आई डी पी के इंस्ट्रक्शन के अकॉर्डिंग लिखा बैंड बदनगे ही बदनगे, सो उस तरीके ही मैं अच लिखाऊँगा, ठीक है। सो इंट्रो के जनरल लाइन नहीं लिखनी, टास्क रिस्प थेसिस लाइन थेसिस स्टेटमेंट लिखनी मैं नहीं सी लिखी। हूँ मैं थोड़ा दिखा वा इंट्रो कैम लिखी सर मैं, ठीक है। सम पीपल थिंक दैट सर ना पहला मैं सीधा नॉर्मल अपनी इंट्रो लिखी, इंट्रो दे विच कदे भी आप इंट्रो की स्टार्टिंग किसी भी कनैक्टर जिमें नाउ एडेज कोमा लाता, इट इज इन द कंटैम्परेरी एरा कोमा लाता, इन द मॉडर्नाइजेशन इंडस्ट्रियलाइजेशन, एवें दी चीज़ों तो कदे भी आपकी इंट्रो स्टार्ट नहीं करनी, नॉर्मल नैचुरल इंट्रो स्टार्ट करनी है। देखियो मैं कैसे की, देखो मैं लिखा सम पीपल थिंक दैट इनक्रीजिंग बिजनेस एंड कल्चरल कॉन्टैक्ट बिटवीन कंट्री बीइंग मैनी पॉजिटिव इफेक्ट, इहदी मैं पैराफ्रेजिंग की, इट इज़ कंसीडर्ड बाय सम इंडिविजुअल दैट, ठीक है, इट इज़ कंसीडर्ड बाय सम इंडिविजुअल दैट सम पीपल थिंक दैट दिखाते दैट इनक्रीजिंग इंट्रैक्शन बिटवीन नैशनल इकोनमीज वुड प्रूवड बेनीफिशियल। नॉर्मल सीधे वर्ड लाए मैं, सिर्फ कल्चरल कॉन्टैक्ट नू इंट्रैक्शन लिखता, नैशनल इकोनमीज लिखता कंट्रीज़ नू, ते पॉजिटिव इफेक्ट में लिखता बेनीफिशियल, इहदे विच कोई भी एवें दा वर्ड नहीं गा जिहड़ा किसी बच्चे नू पता ना होवे। नॉर्मल रेंज दी वोकैबलरी है क्योंकि नाइन बैंड दी बैंड डिस्क्रिप्टर अकॉर्डिंग नाइन बैंड दे विच वोकैबलरी दे विच साफ लिखा होया वा, देख सकदे हो तुसीं जाके भी, तुसीं वाइड रेंज ऑफ वोकैबलरी यूज़ जरूर करनी आ पर वो करनी है जिहड़ी नैचुरल होवे, ठीक है, जिहड़ी पढ़ते ही लोगों नू लगे समझ आ जाए, ईजी टू अंडरसटैंड हो गए, तुसीं देख सकते हो। सो इहदे विच कोई भी मैं एवें दी वड्डी वोकैबलरी यूज़ नहीं की जिहदे बारे तुहानू भी ना पता हो, जिहनू एग्जामिनर नू भी ना पता हो। नैशनल इकोनमीज लिखता वुड प्रूवड बेनीफिशियल, दैन दूजी थान पर उन्होंने कहा अदर से इट कॉज लॉस ऑफ नैशनल आइडेंटिटी, उन्होंने मैं लिखता वाइल अदरस थिंक दैट, लॉस नू की लिखता disappearing of natural identities might be happened, तो मैं दूजा लिखता भी शायद ये नैचुरल या कल्चरल आइडेंटिटीज आ उत्थे लॉस लिखा सी, इत्थे डिसअपीयर लिखता, ओके, ये कोई भी वड्डी गल नहीं मैं यूज़ की, नॉर्मल चीज़ा यूज़ की, ना ही मैं कोई ज़्यादा वोकैब यूज़ की, ना ही बाली पैराफ्रेजिंग की। ब्रिटिश काउंसिल कहता जे तुसी पैराफ्रेजिंग करनी है, जे तुसी एक वर्ड भी पैराफ्रेज कर दोगे ना वह भी इनफ आ, बस गल का मतलब यह आ भी उस गल का मतलब ना चेंज हो, ठीक है, एवें सिनोनिम्स यूज़ करने जो नैचुरल हो, एवें कैब जी नैचुरल हो, ठीक है। वाइल अदर थिंग्स आर डिसअपीयरिंग ऑफ कल्चर माइट बी हैपन, ठीक है। उस तो बाद जो क्वेश्चन पूछा सी मैं सीधा आंसर दूंगा वी गिव योर ओपीनियन, थोनू की लगता। मैं क्या अकॉर्डिंग टू मी बिजनेस एंड कल्चरल एक्सचेंजेस बिटवीन कंट्री इज एडवांटेजेस, मैं ये नहीं लिखा भी फॉर्मर स्टेटमेंट आ या लैटर स्टेटमेंट आ, एवें दे वर्ड ना यूज़ करो इंट्रो दे विच भी, मैं फॉर्मर स्टेट दे नाल या लैटर दे नाल कंप्लीट अगले दसो यार, जे थोड़े को वर्ड आ थोनू दिते आ 250 वर्ड कंप्लीट करने दो यूज़ करो उन्होंने। मैं लिखा मैं फिर दोबारा तो लिखा भी जिहड़ा पहली स्टेटमेंट सी बिजनेस एंड कल्चरल एक्सचेंजेस वाले वो ज़्यादा एडवांटेजियस आ, मैं लिखता क्यों एडवांटेजियस आ वो भी चीज़ रीज़न भी दसना पूगा। इन द फॉर्म ऑफ स्ट्रेंथनिंग, स्ट्रेंथनिंग का मतलब स्ट्रोंग करती है, की स्ट्रोंग करती है रिलेशनशिप एंड इकनोमिक ग्रोथ ऑफ कंट्री, क्योंकि जे एक दो देश रल के रहनगे उन्होंने रिलेशनशिप तो उन्होंने इकोनमी की ग्रोथ आ वो ज़्यादा स्ट्रेंथ
मिलेगी उन्होंने वो ज़्यादा मजबूत होगी। सो ये मैं उन्होंने जस्टिफाई करता आपका ओपीनियन, तो मैं क्यों वो एग्री हाँ पहले आपके ओपीनियन के नाल मैं रीजनस भी देते क्योंकि इकनोमिक ग्रोथ होंगी तो रिलेशनशिप बॉन्ड्स इनक्रीज होंगे। सो ये एक वधिया इंट्रो जी IDP की इंस्ट्रक्शन के अकॉर्डिंग सी, ठीक है। एवें आपां करनी आ ते आपां कोई भी फालतू चीज़ नहीं लिखनी, ना मैं इत्थे लिखा दिस एसे एक्सप्लेन विच विल बी एक्सप्लेन इन अपकमिंग पैराग्राफ, कुछ नहीं मैं एवें लिखा, ठीक है। तुसीं भी इन्हां चीज़ां नूं एवें नहीं लिखना, ठीक है। ते आपां ऐसे तरीके ना ही इंट्रो लिखनी आ, ओके। इकनोमिक ग्रोथ का प्रोपर मैं सारा कुछ दसता इहदे विच इंट्रो पैराफ्रेजिंग ते क्वेश्चन आंसर, दैट्स इट। एवें ही इंट्रो जाऊगी ते मैं एवें ही लिख के लिया सी, ओके। हुण मैं गल कर रहा अपनी बॉडी पैराग्राफ वन की, हुण आपां नूं इह पता ही आ कि बॉडी पैराग्राफ वन किहड़ा आऊगा, उह आऊगा जिहदे विच आपां पहली स्टेटमेंट सी वी अपना पॉजिटिव किवें आ कंटैक्ट बनाउणा, ठीक आ। हुण मैं तुहानूं दसदा, हुण मैं पूरा BP इत्थे लै के आया, इहदे विच मैं तुहानूं चीज़ां क्लीयर कर दां वी जदों भी BP लिखणा वा आपदा BP टू बिगन विद टू कमेंस विद एवं दिन लाइना तो कदे भी शुरू नहीं करना। ये की आडे जीज़ा वा ये बहुत ही नैगेटिव इंपैक्ट पैंता वा अपन चीज़ों पर, ठीक है। सो इन चीज़ों तो अपना BP शुरू नहीं करना, ये सही नहीं होंगे काम, ठीक है। उस तो बाद जी गल आ BP के चाहे मैं भी जो एग्जाम दिता से मैं यही एक चीज़ लिखी थी भी कई बच्चे कहते भी दो आइडियाज़ होने चाहिए, एक दो तीन, जिन आइडियाज़ भावें एक लिखो दो लिखो तीन लिखो कोई इशू नहीं गा। गल का मतलब यह है भी थोड़ी 250 जी वर्ड लिमिट आ वो पूरी होनी चाहिए आ। तो दूजा गल का मतलब यह आ भी जो भी तुसी आइडिया लिखो उन्हों प्रोपर तरीके जस्टिफाई कर पाओ, वह रीज़न एक एक्सप्लेनेशन दे पाओ, बस इन्ना क मतलब आ। आइडिया भावें दो लिख दो तीन लिखो, मैं आपकी गल दसा तो मैं एक आइडिया लिख के आया सी, एक आइडिया मैं बड़े चंगे तरीके जस्टिफाई करके आया सी, पर ठीक है। तो इन्ना क वर्ड लिमिट होनी चाहिए भी एक आइडिया लिख के थोड़ी वर्ड में लिमिट ना घटे, वो चीज़ मैं थोड़ा दिखाऊंगा भी मैं कैसे लिखा, ठीक है। सो एक आइडिया लिखा, एक एग्जाम्पल वो एक्सप्लेनेशन दे दी, बट मैं की किया सारे ना वड्डी गल मैं वो कनैक्टर्स बहुत ज़्यादा नहीं यूज़ किए थे। लोग की करते टू बिगन विद पहला कनैक्टर लाता, टू एक्सप्लेन इट दूजा लाता, ठीक है। एग्जाम्पल फॉर एग्जाम्पल तो तीजा लाता, ठीक है। एज ए रिजल्ट चौथा लाता, ठीक है। फरदर मोर 5-6 कनैक्टर्स, तो ये चीज़ा साफ साफ वो लिखिया हुई बैंड डिस्क्रिप्टर च, 6 बैंड उदू आ बच्चे के जो ओवर यूज़ करता कोहैशन तो कोहैसिव डिवाइस का, ठीक है। तुम एवें नहीं करना, सिर्फ ओ वाले कनैक्टर यूज़ करने हैं जोड़े नैचुरल आ, ठीक है। जोड़े नैचुरल लगन, ठीक है, जोड़े किसी की अटेंशन गेन ना कर। देखो तुम 9 बैंड के उत्ते जाके लिखा आ कोहैशन तो कोहैसिव डिवाइसिस दे विच स्टार्टिंग ते लिखा होया भी ओ वाले कनैक्टर्स यूज करो जिहड़े कि एक्यूरेट होण ते जिहड़े कि नैचुरल होण ते जिहड़े नो अटेंशन गेन करन, जिन्हों देख के ये ना लगे अगले नूं ऑकवर्ड फील ना होवे, ये ना लगे भी ये की यार किन्ने, ठीक है। एक या दो या तीन बस, उस तो ज़्यादा नहीं। तुहानूं दिखाउणा मैं कैसे शुरू किया, मैं पहले की किया, आपां पता ही आ भी मैं ये लिखना वा ये इकोनमिक ग्रोथ बढ़ती आ इंप्लॉयमेंट होती है, ठीक है। मैं कोई बिगन विद टोई किस तरह शुरू किया, मैं स्टार्टिंग वाली लाइन जी दी सी उदी तो ही शुरू किया, द एक्सपेंशन ऑफ बिजनेस एंड कल्चरल कॉन्टेक्स्ट कैन ब्रिंग इंप्लॉयमेंट इन द डेवलपिंग कंट्रीज। मैं क्या भी जे एक्सपेंशन होगी बिजनेस के कल्चरल कॉन्टेक्ट की, ये डेवलपिंग कंट्रीज के इंप्लॉयमेंट आऊगी, ठीक है। उस तो बाद मैं इनू एक्सप्लेन करने वास्ते टू एक्सप्लीकेट या टू एक्सप्लेन वर्ड नहीं यूज किया, मैं लिखा दिस मीनस डैट, इना मतलब ये आ डेवलप्ड नेशनस गैट चांस टू एस्टेबलिश देयर इंडस्ट्रियल प्रोजेक्ट इन द स्ट्रगलिंग नेशनस विच डायरैक्टली रेज द लैवल ऑफ इंप्लॉयमेंट एज वैल एज इकोनमी, ठीक है। इकोनमी इन द इतने तुम लिख सकते हो इन द वो तो चलो हो ही गया स्ट्रगलिंग नेशन की गल होगी जिदे नाल उन्हां दा इकोनमी ते उन्हां दा इंप्लॉयमेंट लैवल वध जांदा, ठीक है। ये कोई वकैब यूज़ नहीं की, इन्हां च कोई एक वर्ड दिखा दो भी जिहड़ा तुसीं कहो भी सारा असीं ये पहला सुनिया ही नहीं कदे, कोई मैटर नहीं करती। वकैब तुसीं किन्नी डूंगी पाई आ, वकैब पाई आ ये भी मैं वकैब दे विच मैं की पाया इंप्लॉयमेंट पाया रेस पाया डायरैक्टली पाया, पर गल का मतलब यह आ मैं पाई आ नैचुरल वकैब,
ਠੀਕ ਹੈ, ਜਿਹੜੀ ਸਾਰਿਆਂ ਨੂੰ ਸਮਝ ਲੱਗਦੀ ਹੈ ਪੜ੍ਹ ਕੇ, ਠੀਕ ਆ। ਸੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਇੰਪਲੀਮੈਂਟ ਕਰਨਾ ਪੈਣਾ ਵਾ ਜੇ ਬੈਡ ਇਨਕਰੀਜ਼ ਕਰਨੇ ਆ। ਸਿੱਧਾ ਸਿੱਧਾ ਮੈਂ ਆਪਦਾ ਜਸਟੀਫਾਈ ਕੀਤਾ, ਇੰਪਲੋਇਮੈਂਟ ਵੱਧਦੀ, ਇੰਪਲੋਇਮੈਂਟ ਕਿਵੇਂ ਵੱਧਦੀ ਆ ਜਦੋਂ ਡੈਵਲਪਡ ਇੱਥੇ ਆ ਕੇ ਆਪਣੀ ਇੰਡਸਟਰੀਅਲਸ ਲਾਉਂਦੇ ਆ, ਇੰਡਸਟਰੀਜ਼ ਐਸਟੈਬਲਿਸ਼ ਕਰਦੇ ਆ, ਜਿਹਦੇ ਨਾਲ ਉੱਥੋਂ ਦੀ ਇਕੋਨਮੀ ਆਪਣੇ ਆਪ ਵਧੂਗੀ, ਕਿਉਂਕਿ ਉੱਥੋਂ ਦੇ ਲੋਕਾਂ ਨੂੰ ਇੰਪਲੋਇਮੈਂਟ ਮਿਲ ਜਾਂਦੀ ਆ। ਹੁਣ ਇਹਦਾ ਇਗਜ਼ਾਮਪਲ, ਫੋਰ ਇਗਜ਼ਾਮਪਲ 'ਤੇ ਜਾ ਕੇ ਮੈਂ ਪਹਿਲਾਂ ਆਪਦਾ ਕਨੈਕਟਰ ਯੂਜ਼ ਕੀਤਾ, ਠੀਕ ਆ। ਇਹ ਨਹੀਂ ਮੈਂ ਕਹਿੰਦਾ ਵੀ ਲਾਉਣੇ ਨਹੀਂ, ਮੈਂ ਕਹਿੰਦਾ ਵੀ ਲਾਉਣੇ ਆ ਪਰ ਲਿਮਿਟ 'ਚ ਲਾਉਣੇ ਆ, ਠੀਕ ਆ, ਜਿਹੜੇ ਕਿਸੇ ਦੀ ਅਟੈਂਸ਼ਨ ਗੇਨ ਨਾ ਕਰਨ, ਠੀਕ ਆ। ਹੁਣ ਜਿਹੜਾ ਇਗਜ਼ਾਮਪਲ ਆ, ਇੱਕ ਗੱਲ ਦਿਮਾਗ 'ਚ ਰੱਖ ਲਓ, ਬ੍ਰਿਟਿਸ਼ ਕੌਂਸਲ ਨੇ ਸਿੱਧਾ ਸਿੱਧਾ ਲਿਖਿਆ ਹੋਇਆ ਸਰਵੇ ਵਾਲਾ ਇਗਜ਼ਾਮਪਲ ਕਦੇ ਵੀ ਨਹੀਂ ਪਾਉਣਾ। ਸਰਵੇ ਦਾ ਮਤਲਬ ਪਰਸੈਂਟੇਜ ਵਾਲਾ ਇਗਜ਼ਾਮਪਲ ਕਦੇ ਵੀ ਨਹੀਂ ਪਾਉਣਾ। ਇਹ ਚੀਜ਼ਾਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਕਲੀਅਰ ਕਰ ਚੁੱਕੀ ਹਾਂ, ਅਤੇ ਉਹੀ ਚੀਜ਼ ਮੈਨੂੰ ਪਤਾ ਸੀ ਅਤੇ ਮੈਂ ਨਹੀਂ ਯੂਜ਼ ਕੀਤਾ। ਮੈਂ ਲਿਖਿਆ USA ਐਸਟੈਬਲਿਸ਼ਡ ਲੋਟਸ ਆਫ ਫੈਕਟਰੀਜ਼ ਇਨ ਵੀਅਤਨਾਮ, ਠੀਕ ਆ, ਵਿਚ ਪ੍ਰੋਵਾਈਡ ਅ ਸੋਰਸ ਆਫ ਇੰਪਲੋਇਮੈਂਟ, ਠੀਕ ਆ। USA ਨੇ ਬਹੁਤ ਸਾਰੀਆਂ ਫੈਕਟਰੀਆਂ ਦੇ ਚਲਾਈਆਂ ਜਿਹਦੇ ਨਾਲ ਉਹਨਾਂ ਦੀ ਉੱਥੇ ਉਹਨਾਂ ਨੂੰ ਸੋਰਸ ਆਫ ਇੰਪਲੋਇਮੈਂਟ ਮਿਲਿਆ, ਠੀਕ ਹੈ। ਨੋਰਮਲ ਅਤੇ ਸਿੱਧਾ ਜਿਹਾ ਇਗਜ਼ਾਮਪਲ ਹੈ, ਜਿੱਥੋਂ ਲੋਕਾਂ ਨੂੰ ਸਮਝ ਲੱਗਦਾ ਵੀ ਹਾਂ ਵੀ ਵੀਅਤਨਾਮ ਕੀ ਆ, ਇੱਕ ਸਟਰਗਲਿੰਗ ਨੇਸ਼ਨ ਆ, USA ਕੀ ਆ, ਇੱਕ ਡਿਵੈਲਪਡ ਨੇਸ਼ਨ ਆ, ਜੇ ਉੱਥੇ ਜਾ ਕੇ ਇੰਡਸਟਰੀ ਲਾਈਆਂ ਉਹਨਾਂ ਨੂੰ ਬਹੁਤ ਸਾਰਾ ਇੰਪਲੋਇਮੈਂਟ ਮਿਲਿਆ। ਉਸ ਤੋਂ ਬਾਅਦ ਮੈਂ ਲਿਖਿਆ ਸਟਰੋਂਗ ਰਿਲੇਸ਼ਨਸ਼ਿਪ ਬੋਂਡਸ ਆਲਸੋ ਕੰਸੀਡਰਡ ਐਜ ਏ ਸਿਗਨੀਫਿਕੈਂਟ ਫੈਕਟਰ ਇਨ ਦਾ ਕੇਸ ਆਫ ਐਮਰਜੈਂਸੀ। ਉਸ ਤੋਂ ਬਾਅਦ ਮੈਂ ਇੱਥੇ ਕੋਈ ਫਰਦਰ ਮੋਰ ਜਾਂ ਮੋਰ ਓਵਰ ਨਹੀਂ ਲਾਇਆ। ਇਸ ਤੋਂ ਬਾਅਦ ਮੈਂ ਦੂਜਾ ਆਈਡੀਆ ਲਿਖਿਆ ਵੀ ਜੇ ਸਟਰੋਂਗ ਰਿਲੇਸ਼ਨਸ਼ਿਪ ਬੋਂਡਸ ਹੋਣਗੇ ਉਹ ਕੀ ਆ, ਉਹਦੇ ਵਾਸਤੇ ਦੋਵਾਂ ਕੰਟਰੀਆਂ ਵਾਸਤੇ ਉਦੋਂ ਫਾਇਦੇਮੰਦ ਸਾਬਿਤ ਹੋਣਗੇ ਕਦੋਂ, ਐਮਰਜੈਂਸੀ ਦੇ ਵਿੱਚ। ਐਮਰਜੈਂਸੀ ਕਿਵੇਂ, ਹੁਣ ਮੈਨੂੰ ਸਿੱਧਾ ਇਗਜ਼ਾਮਪਲ ਨਾ ਦੇਤਾ। ਐਜ਼ ਪਰ ਇਗਜ਼ਾਮਪਲ ਲਾਸਟ ਈਅਰ ਸਾਊਥ ਅਫਰੀਕਾ ਹੈਲਪ ਅਫਗਾਨਿਸਤਾਨ ਡਿਊਰਿੰਗ ਦਾ ਸਿਚੁਏਸ਼ਨ ਆਫ ਡਰੋਟ। ਮੈਂ ਲਿਖਤਾ ਵੀ ਸਾਊਥ ਅਫਰੀਕਾ ਆਪਣੇ ਸਾਊਥ ਅਫਰੀਕਾ ਅਤੇ ਅਫਗਾਨਿਸਤਾਨ ਦੇ ਰਿਲੇਸ਼ਨਸ਼ਿਪ ਵਧੀਆ ਸੀ, ਅਤੇ ਕੀ ਹੋਇਆ, ਅਫਗਾਨਿਸਤਾਨ ਦੇ ਲੋਕ ਕੀ ਆ ਡਰੋਟ ਦੀ ਕੰਡੀਸ਼ਨ ਦੇ ਵਿੱਚ ਸੀ, ਉਦੋਂ ਉਹਨੇ ਸਾਊਥ ਅਫਰੀਕਾ ਨੇ ਉਹਦੀ ਹੈਲਪ ਕੀਤੀ ਐਮਰਜੈਂਸੀ ਦੇ ਵਿੱਚ। ਸੋ ਐਵੇਂ ਦਾ ਇਗਜ਼ਾਮਪਲ ਲਿਖਣਾ ਜਿਹੜਾ ਤੁਹਾਡੇ ਪੁਆਇੰਟ ਨਾਲ ਜਸਟੀਫਾਈ ਕਰਦਾ ਹੋਵੇ, ਠੀਕ ਆ। ਐਮਰਜੈਂਸੀ ਅਤੇ ਇੱਥੇ ਵੀ ਐਮਰਜੈਂਸੀ ਦੀ ਕੰਡੀਸ਼ਨ ਕੀ ਸੀ, ਡਰੋਟ। ਸੋ ਦੋਨਾਂ ਦਾ ਰੈਲੇਵੈਂਟ ਇੱਕ ਰਿਲੇਸ਼ਨ ਬਣਾਉਣਾ ਪੈਣਾ ਵਾ, ਇਗਜ਼ਾਮਪਲ ਜਿਹੜਾ ਲਿਖਦੇ ਹੋ ਅਤੇ ਜਿਹੜਾ ਆਪਣਾ ਆਈਡੀਆ ਦਿੱਤਾ, ਠੀਕ ਆ। ਕੋਈ ਜ਼ਿਆਦਾ ਮੱਥਾ ਮਾਰਨ ਵਾਲੀ ਲੋੜ ਨਹੀਂ। ਸੋ ਲਾਸਟ ਦੇ ਵਿੱਚ ਰਿਜ਼ਲਟ 'ਤੇ ਲਾ ਕੇ ਜਾ ਕੇ ਮੈਂ ਦੂਜਾ ਕਨੈਕਟਰ ਲਾਇਆ, ਠੀਕ ਆ। ਤੀਜਾ ਆ ਸੀ ਤੀਜਾ, ਮੈਂ ਕੀ ਲਿਖਿਆ, ਬਿਜ਼ਨਸ ਐਂਡ ਕਲਚਰਲ ਕਨੈਕਸ਼ਨਸ ਕੈਨ ਹੈਲਪ ਦਾ ਬੋਥ ਦਾ ਕੰਟਰੀਜ਼। ਬਸ ਇਹਦੇ ਨਾਲ ਦੋਨਾਂ ਦੇਸ਼ਾਂ ਨੂੰ ਫਾਇਦਾ ਹੁੰਦਾ। ਜੇ ਮੈਂ ਕਹਾਂ ਇਕੱਲੇ ਡਿਵੈਲਪਡ ਨੂੰ ਹੁੰਦਾ ਜਾਂ ਇਕੱਲੇ ਡਿਵੈਲਪਿੰਗ ਨੂੰ ਹੁੰਦਾ, ਨਹੀਂ ਐਵੇਂ ਨਹੀਂ ਆ, ਵੀ ਦੋਨਾਂ ਨੂੰ ਇਹਦੇ ਫਾਇਦੇ ਹੁੰਦੇ ਆ। ਸੋ ਐਵੇਂ ਆਪਾਂ ਲਿਖ ਕੇ ਆਵਾਂਗੇ ਵਿਦਾਊਟ ਐਨੀ ਯੂਜ਼ ਆਫ, ਜਾਂ ਫਿਰ ਨਾ ਆਪਾਂ ਕੋਈ ਓਵਰ ਯੂਜ਼ ਕਰਨਾ ਵਾ ਵੋਕੈਬਲਰੀ ਦਾ, ਨਾ ਆਪਾਂ ਓਵਰ ਯੂਜ਼ ਕਰਨਾ ਆਪਣੇ ਕਨੈਕਟਰਸ ਦਾ, ਨਾ ਆਪਾਂ ਸਰਵੇ ਦੇ ਪਾਉਣੇ ਆ, ਨਾ ਆਪਾਂ ਕਨੈਕਟਰ ਤੋਂ ਸ਼ੁਰੂ ਕਰਨਾ, ਨੋਰਮਲ ਚੀਜ਼ਾਂ ਲਿਖਣੀਆਂ, ਠੀਕ ਆ। ਐਵੇਂ ਹੀ ਮੈਂ ਦੂਜਾ BP ਲਿਖਿਆ, ਉਹ ਵੀ ਤੁਹਾਨੂੰ ਦਿਖਾ ਦਿੰਦਾ। ਦੂਜੇ BP ਦੇ ਵਿੱਚ ਆਪਾਂ ਨੂੰ ਪਤਾ, ਮੈਂ ਦੂਜੇ ਵਿੱਚ ਆਪਾਂ ਲਿਖਣਾ ਸੀ ਵੀ ਕਿਉਂ ਲੋਸ ਆਫ ਆਈਡੈਂਟੀ ਕਿਉਂ ਹੁੰਦੀ ਆ, ਠੀਕ ਆ। ਆਪਾਂ ਦੇਖਦੇ ਹਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਇਨਫਲੂਐਂਸ ਹੋ ਜਾਂਦੇ ਉਵੇਂ ਹੀ ਮੈਂ ਦੂਜੇ BP 'ਤੇ ਓਨ ਦਾ ਅਦਰ ਹੈਂਡ ਤੋਂ ਨਹੀਂ ਸ਼ੁਰੂ ਕੀਤਾ, ਕਿਤੋਂ ਸ਼ੁਰੂ ਨਹੀਂ ਕੀਤਾ, ਸਿੱਧਾ ਮੈਂ ਲਿਖਿਆ ਸੀ ਵਾਇਲ ਸਮ ਪੀਪਲਸ ਹੈਵ ਕਨਫਲਿਕਟਿੰਗ ਵਿਊਜ਼। ਮੈਂ ਕਿਹਾ ਵੀ ਕਈ ਲੋਕਾਂ ਦੀ ਇਸ ਤੋਂ ਉਲਟ ਕਨਫਲਿਕਟਿੰਗ ਹੁੰਦਾ, ਅਪੋਜ਼ਿਟ ਵਿਊਜ਼ ਨੇ ਅਬਾਊਟ ਦਿਸ ਡਿਵਲਪਮੈਂਟ, ਕਿਉਂ। ਮੈਂ ਬਿਕੋਜ਼ ਵਰਡ ਲਾਇਆ ਇੱਥੇ, ਬਿਕੋਜ਼ ਦੇਖੋ ਬਿਕੋਜ਼ ਵਰਡ ਕੀ ਆ, ਬਿਕੋਜ਼ ਵਰਡ ਕੀ ਆ, ਇੱਕ ਸਿੰਪਲ ਸੈਂਟੈਂਸ ਨੂੰ ਕੰਪਲੈਕਸ ਬਣਾ ਦਿੰਦਾ। ਕਈ ਕਹਿੰਦੇ ਕਿ ਕੰਪਲੈਕਸ ਵਾਸਤੇ ਸਾਨੂੰ ਤਗੜੇ ਤਗੜੀ ਚੀਜ਼ਾਂ ਦੀ ਲੋੜ ਆ, ਨਹੀਂ। ਬਿਕੋਜ਼ ਇੱਕ ਐਵੇਂ ਦਾ ਵਰਡ ਆ, ਇੱਕ ਐਵੇਂ ਦਾ ਕਨੈਕਟਰ ਆ ਜਿਹੜਾ ਬਹੁਤ ਹੀ ਈਜ਼ਲੀ ਸਮਝ ਆਉਂਦਾ ਅਗਲੇ ਨੂੰ, ਅਤੇ ਐਗਜ਼ਾਮਿਨਰ ਨੂੰ ਦੂਜੀ ਵਾਰੀ ਸੋਚਣਾ ਵੀ ਨਹੀਂ ਪੈਣਾ। ਤੁਹਾਡੇ ਦਿਮਾਗ ਦੇ ਵਿੱਚ ਕੀ ਹੁੰਦਾ ਵੀ ਬਿਕੋਜ਼ ਤਾਂ ਬੜਾ ਨੋਰਮਲ ਜਿਹਾ ਵਰਡ ਆ ਸਰ, ਅਸੀਂ ਨਹੀਂ ਲਾਉਂਦੇ, ਸਾਨੂੰ ਹੋਰ ਕੋਈ ਵਰਡ ਕਰਾਓ ਨਾ। ਬਿਕੋਜ਼ ਜਿੰਨਾ ਵਧੀਆ ਚੀਜ਼ ਨੂੰ ਡਿਸਕ੍ਰਾਈਬ ਕਰਦਾ ਕੋਈ ਚੀਜ਼ ਨਹੀਂ ਕਰਦੀ, ਠੀਕ ਆ। ਮੈਂ ਲਿਖਿਆ ਬਿਕੋਜ਼ ਇਟ ਲੀਡਸ ਟੁਆਰਡ ਦਾ ਲੋਸ ਆਫ ਕਲਚਰਲ ਆਈਡੈਂਟੀਜ਼ ਇਨ ਸਮ ਕੰਟਰੀਜ਼। ਕਿਉਂਕਿ ਕਿਉਂ ਦੂਜੇ ਲੋਕ ਕਿਉਂ ਸੋਚਦੇ, ਉਹਨਾਂ ਦੇ ਕਿਉਂ ਉਹਦੇ 'ਤੇ ਉਲਟ ਵਿਚਾਰ ਨੇ, ਕਿਉਂਕਿ ਉਹ ਸੋਚਦੇ ਆ ਇਹਦੇ ਨਾਲ ਕੁਛ ਦੇਸ਼ਾਂ ਦੀ ਕਲਚਰਲ ਆਈਡੈਂਟੀ ਉਹ ਲੋਸ ਹੋ ਰਹੀ ਆ, ਲੋਸਟ ਹੋ ਰਹੀ ਆ। ਹੁਣ ਉਹਨੂੰ ਐਕਸਪਲੇਨ ਕਰਨੇ ਆ, ਐਜ਼ ਦਾ ਟੀਨੇਜਰਸ ਈਜ਼ਲੀ ਗੈਟ ਇਨਫਲੂਐਂਸਡ ਫਰੋਮ ਦਾ ਵੈਸਟਰਨ ਲੈਂਗੁਏਜ, ਉਹ ਵੈਸਟਰਨ ਟਰੈਡੀਸ਼ਨ ਐਂਡ ਟਰਾਈ ਟੂ ਅਡੋਪਟ ਦੇਅਰ ਕਲਚਰ ਐਂਡ ਲੈਂਗੁਏਜ, ਠੀਕ ਆ। ਮੈਂ ਲਿਖਿਆ ਵੀ ਜਿਹੜੇ ਟੀਨੇਜਰਸ ਨੇ ਅੱਜ ਕੱਲ੍ਹ ਉਹ ਈਜ਼ਲੀ ਇਨਫਲੂਐਂਸ ਹੋ ਜਾਂਦੇ ਆ ਵੈਸਟਰਨ ਕਲਚਰ ਅਤੇ ਵੈਸਟਰਨ ਲੈਂਗੁਏਜ ਤੋਂ, ਜਿਵੇਂ ਇੰਗਲਿਸ਼ ਤੋਂ ਆਪਾਂ ਵੀ ਪ੍ਰਭਾਵਿਤ ਹੋ ਜਾਂਦੇ ਹਾਂ ਵੀ ਸਾਨੂੰ ਵੀ ਆਵੇ, ਠੀਕ ਆ। ਆਪਾਂ ਵੀ ਉਹਨਾਂ ਦੇ ਡਰੈਸਿੰਗ ਸਟਾਈਲ ਆਪਣਾ ਪਤਾ ਹੀ, ਆਪਣਾ ਜਿਹੜਾ ਟ੍ਰੈਡੀਸ਼ਨਲ ਡਰੈਸਿੰਗ ਸਟਾਈਲ ਆ ਉਹ ਅਲੱਗ ਆ, ਆਪਾਂ ਵੈਸਟਰਨ ਕਲਚਰਲ ਜਾਈਏ ਨੇ। ਸੋ ਇਹ ਚੀਜ਼ਾਂ ਵੀ ਇਹ ਪਤਾ ਹੀ ਆਪਾਂ ਨੂੰ, ਇਹ ਸਿੱਧਾ ਸਿੱਧਾ ਆਪਣੀ ਨੈਸ਼ਨਲ ਆਪਣੀ ਟ੍ਰੈਡੀਸ਼ਨਲ ਆਈਡੈਂਟੀ ਦਾ ਲੋਸਟ ਹੀ ਆ, ਠੀਕ ਆ। ਇਗਜ਼ਾਮਪਲ ਦੇ ਵਿੱਚ ਜਾ ਕੇ ਮੈਂ ਪਹਿਲਾਂ ਕਨੈਕਟਿਵ ਯੂਜ਼ ਕੀਤਾ,
यंगस्टर ऑफ वियतनाम प्रेफर टू ड्रेस अप लाइक यूके एंड विच डिसकनैक्टिंग दैम फ्रॉम देयर ऑल ट्रडिशनल क्लॉथिंग लिखता एग्जाम्पल नॉर्मल का एग्जाम्पल कोई सर्वे नहीं कोई कुछ नहीं भी वियतनाम के जोड़े बच्चे आ प्रैफर करते हैं यूके के लोगों वागू ड्रैस करनी जिद की हो रहा वह डिसकनैक्टिंग हो रहा आपके ओन ट्रडिशनल क्लॉथिंग तो दस लार्ज नंबर ऑफ माइनोरिटी आइडेंटिटीज आर ओन इट्स एक्सटेंशन ये की हो रहा बहुत ज़्यादा जड़िया माइनोरिटी आइडेंटिटीज़ ने भी जिहड़े जिहड़े लोग थोड़े ने ठीक है उन्होंने जी आइडेंटिटी आ एक्सटिंक्शन पर पहुँच गई आ लॉस्ट हो रही है उन्होंने पता ही नहीं सा ट्रडिशनल वे की सी ट्रडिशनल साड़ी क्लॉथिंग की सी इस तरीके दे नाल आपां इनू इंप्रूव करना वा ठीक है इस तरीके दे नाल आपां इनू लिखना वा ठीक है कोई वड्डी गेम नहीं गी कोई कुछ नहीं गा बस तुसीं इह याद रखना असीं टैंपलेट तो दूर रहीए असीं कनैक्टरां तो असीं वोकैबलरी की जिहड़ी अजकल गेम चल रही उहदे तो दूर रहीए सारियां चीज़ां दूर रहीए असीं एक नैचुरल ते जैनुअन ऐसे लिखना जो क्वेश्चन ने पुछिया असीं उह दसना फिर ही बैंड आउणगे 7+ 100% श्योरिटी दा आउणगे जे एवें लिख के आउंगे ठीक आ दूजी जिहड़ी गल आ टास्क वन भी मैटर करता वह भी वधिया लिखा होगा फिर थोड़े ओवरऑल 7+ जाने 7.58 तक भी जा सकते हो ठीक है बट एवें जे तुसीं टास्क 2 लिख आए मैं कहना कि थोड़े 6.5 तो थले कदे भी नहीं आते गरंटी आ ठीक है हुण लास्ट च कंकलूजन की गल कंकलूजन दे विच कदे भी तुसीं आपदे वर्ड जिहड़े रट्टे होए टू रेप्चिकलेट ते ये ते वो नहीं लाने ठीक है वह एग्जिस्ट ही नहीं करते नॉर्मल ते नॉर्मल इंट्रो लिखना इंट्रो दे विच तुसीं आपदा ओपीनियन नहीं पाउणा क्योंकि ओपीनियन तुसीं आपदा ऑलरेडी इंट्रो दे विच पा चुके हो क्लीयर कर चुके हो सिर्फ इंट्रो दे विच की देना तुसीं बीपी दोनों दे विच की लिखिया उहदा जिहड़ा